ਵੱਡਾ ਧੰਨਵਾਦ ਹੈ ਇਹਨਾਂ ਭਰਾਵਾਂ ਦਾ। ਹਰਦਾਸੇ ਪਿੰਡ ਦਾ ਹਰਦਿਆਲ ਆਇਆ, ਬਿੰਦਰ ਦਾਦਰ ਪਿੰਡ ਦਾ ਦਾਦਰ ਤੇ ਬਰਿੰਦਰ ਨੇ ਕੀਤੀ ਨਮਸਕਾਰ ਧਰਤੀ ਮਾਂ ਨੂੰ, ਲੱਖਾਂ ਘਲਕਲਾਂ ਦੀ ਧਰਤੀ ਦਾ। ਨਾਲ ਘਲਕਲਾਂ ਪਿੰਡ ਦੇ ਅੰਬੂ ਨੇ ਟੇਕਿਆ ਮੱਥਾ, ਤੇ ਇਸ ਵੇਲੇ ਬਲਦੇਵ ਸਿੰਘ ਤਿਰਥੀ ਦਾਦਰ ਪਿੰਡ ਵਾਲਾ ਵਧਿਆ ਹੈ। ਖੇਡ ਦੇ ਮੈਦਾਨ ਦੇ ਵਿੱਚ ਦੁਨੀਆ ਭਰ ਦੇ ਟਾਪ ਦੇ ਪਲੇਅਰ ਪੁੱਜ ਗਏ ਨੇ, ਮੈਚ ਬੜਾ ਤਕੜਾ ਖੇਡਿਆ ਜਾਣਾ ਹੈ। ਇੱਕ ਵਾਰੀ ਜ਼ੋਰ ਨਾਲ ਤਾੜੀ ਮਾਰ ਦਿਓ ਦਰਸ਼ਕ ਵੀਰੋ, ਦੋਨਾਂ ਟੀਮਾਂ ਦੇ ਨਾਂ ਤੇ ਪੂਰੇ ਜਿਹੜੇ ਦੋਨੋਂ ਟੀਮਾਂ ਦੇ ਵਿੱਚ ਅੰਤਰਰਾਸ਼ਟਰੀ ਕਬੱਡੀ ਦੇ ਖਿਡਾਰੀ ਪੁੱਜੇ ਨੇ, ਪੂਰੀਆਂ ਟਾਪ ਦੀਆਂ ਟੀਮਾਂ ਆਈਆਂ। ਘਲਕਲਾ ਪਿੰਡ ਦਾ ਮੰਗਲ ਪੁੱਜ ਗਿਆ ਤੇ ਗੱਲ ਕਰਨੀ ਹੈ ਕੱਲਾ ਵਾਲੇ ਸੋਨੇ ਦੀ, ਸਰਦਾਰ ਸੁਖਦੇਵ ਸਿੰਘ ਦੇ ਸਪੁੱਤਰ ਦੀ ਗੱਲ ਕਰਾਂਗੇ। ਤੇ ਇਸ ਵੇਲੇ ਡਾਲੇ ਪਿੰਡ ਦੇ ਆਤਮੇ ਨੇ ਟੇਕਿਆ ਧਰਤੀ ਮਾਂ ਨੂੰ ਮੱਥਾ, ਤੇ ਮਾਣੂ ਕੇ ਗਿੱਲ ਪਿੰਡ ਦੇ ਸਰਦਾਰ ਰੂਪ ਸਿੰਘ ਗਿੱਲ ਦੇ ਸਪੁੱਤਰ ਦੀ ਗੱਲ ਕਰਾਂਗੇ। ਬੂਟਾ ਦੌਦਰ ਪਿੰਡ ਦਾ ਤੇ ਚੜ੍ਹਦੀ ਜਵਾਨੀ ਮੁੱਛ ਫੁੱਟ ਗੱਭਰੂ ਆ ਮੇਰੇ ਵੀਰੇ ਗੁੱਗੂ ਦੌਦਰ ਵਾਲਾ। ਸਾਡੇ 15 ਤੇ 16 ਪੁਆਇੰਟ ਹੋਣਗੇ ਇਸ ਮੈਚ ਦੇ, ਕਿਉਂਕਿ ਮੈਚ ਜਿਹੜਾ ਬੜਾ ਤਕੜਾ ਖੇਡਿਆ ਜਾਣਾ ਖੇਡ ਕਬੱਡੀ ਦਾ। ਇਸ ਵੇਲੇ ਖੇਡ ਮੈਦਾਨ ਦੇ ਵਿੱਚ 15 ਤੇ 16 ਮੈਚ ਪੂਰਾ ਤਕੜਾ ਖੇਡਿਆ ਜਾਣਾ, ਸ਼ੋ ਮੈਚ ਵਰਗਾ ਮੈਚ ਹੋਵੇਗਾ ਦਰਸ਼ਕ ਵੀਰੋ। ਜਿਹੜਾ ਆਹ ਮੈਚ ਖੇਡਿਆ ਜਾਣਾ ਪਹਿਲੇ ਰਾਊਂਡ ਦੇ ਵਿੱਚ ਜਿਹੜਾ ਪੂਰੇ ਜਿਹੜੇ ਵਧੀਆ ਮੈਚ ਬਣ ਗਏ ਨੇ। ਇਸ ਤੋਂ ਬਾਅਦ ਮੇਰੀ ਬੇਨਤੀ ਹੈ ਰਾਉਕੇ ਤੇ ਬਾਂਦਰ ਡੋਡ, ਇਹ ਮੈਚ ਵੀ ਬੜਾ ਤਕੜਾ ਹੋਵੇਗਾ। ਅੱਜ ਕਹਿੰਦੇ ਗੱਲ ਕਰਨੀ ਦੋਦੇ ਪਿੰਡ ਦੇ ਸੰਦੀਪ ਦੀ, ਅਲਕੜੇ ਪਿੰਡ ਦੇ ਦੌਲਤ ਸਿੰਘ ਦੌਲੀ ਦੀ ਗੱਲ ਕਰਨੀ ਹੈ। ਦੁਨੀਆ ਭਰ ਦੇ ਟਾਪ ਦੇ ਪਲੇਅਰ ਆਏ ਆ, ਪਿੱਛੋਂ ਪਿੰਡ ਦਾ ਸ਼ੀਰਾ ਆਇਆ ਤੇ ਰਾਣੀਵਾਲ ਦੀ ਧਰਤੀ ਦਾ ਘੋਨੀ ਆਇਆ। ਦੁਨੀਆ ਭਰ ਦੇ ਟਾਪ ਦੇ ਪਲੇਅਰਾਂ ਦੀ ਗੱਲ ਕਰਨੀ ਹੈ ਅੱਜ ਇਸ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ। 15.5 ਤੇ 16 ਪੁਆਇੰਟ ਹੈ, ਦੋਨੋਂ ਟੀਮਾਂ ਇਸ ਵੇਲੇ ਨੋਟ ਕਰ ਲੈਣ ਤੇ ਸਾਈਡਾਂ ਜਿਹੜੀਆਂ ਦੋਨੋਂ ਟੀਮਾਂ ਲੈ ਲੈਣ ਮੇਰੀ ਬੇਨਤੀ ਹੈ। ਅਮਰਪਾਲ ਸਾਈਡਾਂ ਨੋਟ ਕਰ ਲਈ, ਘੱਲਾਂ ਦੀ ਟੀਮ ਇਸ ਵੇਲੇ ਚੜ੍ਹਦੇ ਵਾਲੇ ਪਾਸੇ ਹੈ, ਘੱਲਾਂ ਪਿੰਡ ਦੀ ਟੀਮ ਇਸ ਵੇਲੇ ਚੜ੍ਹਦੇ ਵਾਲੇ ਪਾਸੇ ਆ ਗਈ ਹੈ ਤੇ ਲਹਿੰਦੇ ਵਾਲੇ ਪਾਸੇ ਟੀਮ ਜਿਹੜੀ ਹੈ ਮੇਰੇ ਵੀਰੋ ਰਾਣਾ ਕਬੱਡੀ ਕਲੱਬ ਦੌਦਰ ਦੀ ਹੈ। ਨਾਲ ਹੀ ਸਾਡਾ ਵੀਰ ਬੋਟਰ ਵਾਲਾ ਕਹਿੰਦੇ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਆ ਰਿਹਾ ਹੈ, ਉਹਦਾ ਤੁਸੀਂ ਮਾਨ ਸਨਮਾਨ ਜ਼ਰੂਰ ਕਰਿਓ, ਕਿਉਂਕਿ 5-5, 10-10 ਦੇ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਣਾ। ਪਰ ਕਹਿੰਦੇ ਵੀ ਕਿਹਨਾਂ ਦੇ ਜਿਹੜੇ ਘਰ ਤੁਰਦੇ ਹੈ ਇਸ ਕਬੱਡੀ ਤੋਂ, ਜਿਹੜੀ ਰੋਜੀ ਰੋਟੀ ਹੈ ਕਬੱਡੀ ਕੱਪਾਂ ਤੋਂ ਚੱਲਦੀ ਹੈ। ਪ੍ਰਬੰਧਕ ਵੀਰ ਕਹਿੰਦੇ ਵੀ ਜੀਪ ਪਾਸੇ ਕਰ ਦਿੱਤੀ ਜਾਵੇ, ਜਿਹੜੀ 0032 ਚਿੱਟੇ ਰੰਗ ਦੀ ਜੀਪ ਹੈ, ਪ੍ਰਬੰਧਕ ਵੀਰ ਕਹਿੰਦੇ ਵੀ ਪਾਸੇ ਕਰ ਦਿੱਤੀ ਜਾਵੇ। ਸਾਡੇ ਪ੍ਰਬੰਧਕ ਵੀਰ ਉਧਰ ਕੋਲੇ ਚਲੇ ਗਏ, ਉਹ ਕਹਿੰਦੇ ਵੀ ਅਸੀਂ ਚੱਕ ਕੇ ਕਣਕ 'ਚ ਰੱਖ ਦੇਣੀ ਹੈ। ਲਾਇਸੇਲੇ ਮੈਚ ਜਿਹੜਾ ਬੜਾ ਤਕੜਾ ਖੇਡਿਆ ਜਾਣਾ ਖੇਡ ਕਬੱਡੀ ਦਾ ਦਰਸ਼ਕ ਵੀਰ, ਤੇ ਅਗਲਾ ਮੈਚ ਵੀ ਪੂਰਾ ਵਧੀਆ ਹੋਵੇਗਾ ਜਿੱਥੇ ਕਹਿੰਦੇ ਵੀ ਬਾਂਦਰ ਡੋਡ ਤੇ ਰਾਉਕੇ ਪਲਾ ਪਿੰਡ ਦੀਆਂ ਜਿਹੜੀਆਂ ਟੀਮਾਂ ਦੇ ਦਰਮਿਆਨ ਜਿਹੜਾ ਅਗਲਾ ਮੈਚ ਖੇਡਿਆ ਜਾਣਾ ਹੈ। ਪਿਛਲੇ ਦਿਨੀ ਮਾੜੀ ਮੁਸਤਫਾ ਦੀ ਕਬੱਡੀ ਟੂਰਨਾਮੈਂਟ ਦੀ ਵਿਨਰ ਰਹਿਣ ਵਾਲੀ ਟੀਮ ਹੈ ਬਾਂਦਰ ਡੋਡ ਦੀ, ਉਹ ਟੀਮ ਦੇ ਪਲੇਅਰ ਵੀ ਅੱਜ ਪੁੱਜੇ ਹੋਏ ਨੇ, ਵੱਡਾ ਧੰਨਵਾਦ ਹੈ। ਰਾਉਕੇ ਕਲਾ ਤੇ ਬਾਂਦਰ ਡੋਡ ਦੀਆਂ ਟੀਮਾਂ ਦੇ ਦਰਮਿਆਨ ਇਸ ਵੇਲੇ ਮੈਚ, ਅਗਲਾ ਵੀ ਬੜਾ ਤਕੜਾ ਖੇਡਿਆ ਜਾਣਾ। ਉਸ ਤੋਂ ਬਾਅਦ ਪੁਰਾਣੇ ਵਾਲਾ ਤੇ ਬੁੱਗੀ ਭਰਾ, ਉਸ ਤੋਂ ਬਾਅਦ ਜਿਹੜਾ 40 ਸਾਲਾਂ ਦਾ ਮੈਚ ਹੋਣਾ ਹੈ, ਦੋ ਮੈਚ ਜਿਹੜੇ ਅਸੀਂ ਇੱਕ ਮੈਚ ਹੋਰ ਕਰਵਾਉਣਾ, ਉਸ ਤੋਂ ਬਾਅਦ ਜਿਹੜਾ ਅਸੀਂ 40 ਸਾਲਾਂ ਦੀਆਂ ਟੀਮਾਂ ਨੂੰ ਸੱਦਾ ਦੇਵਾਂਗੇ। ਬੜਾ ਧੰਨਵਾਦ ਹੈ ਕਪੂਰਥਲਾ ਤੇ ਮੋਗੇ ਦੀਆਂ ਟੀਮਾਂ ਜਿਹੜੀਆਂ ਤਿਆਰੀ ਰੱਖਣਗੀਆਂ ਕਿ ਅੰਬਰਵੇਲ ਲਈ ਸੁੱਟੀ ਦੀ ਬਲਹਾਰੇ ਬੂਟੇ ਤੇ ਪੁੱਤ ਕਿਸੇ ਦਾ ਨਸ਼ੇ ਨਾ ਲਾਈਏ, ਸੁਲਫੇ ਸੂਟੇ ਤੇ ਦੁੱਧ ਉਬਲਦੇ ਪੁੱਤ ਵਿਗੜਦੇ ਦੇਰ ਨਾ ਲਾਉਂਦੇ ਨੇ, ਬਹਿ ਕੇ ਵੇਖ ਜਵਾਨਾ ਬਾਬੇ ਕਬੱਡੀਆਂ ਪਾਉਂਦੇ ਨੇ। ਇਸ ਵੇਲੇ ਮੈਚ ਬੜਾ ਤਕੜਾ ਖੇਡਿਆ ਜਾਣਾ ਹੈ। ਘਲਕਲਾਂ ਦੀ ਟੀਮ ਜਿਹੜੀ ਮੇਰੇ ਵੀਰੋ ਚੜ੍ਹਦੇ ਵਾਲੇ ਪਾਸੇ ਹੈ ਤੇ ਦੂਜੇ ਪਾਸੇ ਟੀਮ ਜਿਹੜੀ ਰਾਣਾ ਕਬੱਡੀ ਕਲੱਬ ਦੌਦਰ ਦੀ ਹੈ। ਗੋਪੀ ਸਿੰਘ ਰਾਣੇਵਾਲ ਦਾ ਵੱਡਾ ਨਾਂ ਹੈ,
ਵਰਿੰਦਰ ਦੌਧਰ ਪਿੰਡ ਦਾ ਦੁਨੀਆਂ ਦਾ ਥੰਮ ਜਾਫੀ ਹੈ, ਨਾਲ ਆਤਮਾ ਆਇਆ ਡਾਲੇ ਪਿੰਡ ਦਾ ਮਾਣਾ ਦੌਧਰ ਦਾ ਬਿੰਦਰ ਦੌਧਰ ਦਾ। ਪਹਿਲੀ ਕਬੱਡੀ ਇੱਕ ਵਾਰੀ ਤਾੜੀਆਂ ਮਾਰ ਦੋ ਦਰਸ਼ਕ ਵੀਰੋ, ਕਹਿੰਦੇ ਵੀ ਮਾਣੂ ਕੇ ਗਿੱਲ ਪਿੰਡ ਹੈ, ਸਰਦਾਰ ਰੂਪ ਸਿੰਘ ਗਿੱਲ ਦਾ ਸਪੁੱਤਰ ਪਾ ਰਿਹਾ ਭੀਮ ਮਾਣੂ ਕੇ ਪਿੰਡ ਦਾ। ਮਾਪਿਆਂ ਨੇ ਨਾਂ ਕਹਿੰਦੇ ਜਗਦੀਪ ਸਿੰਘ ਰੱਖਿਆ ਤੇ ਦੁਨੀਆਂ ਭੀਮ ਕਹਿੰਦੀ ਹੈ। ਇਸ ਵੇਲੇ ਕਬੱਡੀ ਪਾ ਰਿਹਾ ਨੌਜਵਾਨ ਗੱਭਰੂ ਖੇਡ ਮੈਦਾਨ ਦੇ ਵਿੱਚ। ਲਓ ਸਾਹਮਣੇ ਕਹਿੰਦੇ ਵੀ ਸਾਧੂ ਸਿੰਘ ਬਰਾੜ ਕੋਲੇ ਲਾਈ ਹੈ ਕਲਾਸ, ਖੇਡਦਾ ਕਬੱਡੀ ਇਹਨੂੰ ਆ ਗਈ ਕੌਡੀ ਰਾਸ, ਪਾਉਂਦਾ ਇਹ ਕਬੱਡੀ ਲਾ ਕੇ ਪੂਰੀ ਇਹ ਸੁਜੀਵ, ਹੱਥ ਨਹੀਂ ਧਰਾਉਂਦਾ ਪਿੰਡ ਮਾਣੂਕੇ ਦਾ ਭੀਮ, ਹੱਥ ਨਹੀਂ ਧਰਾਉਂਦਾ ਪਿੰਡ ਮਾਣੂਕੇ ਦਾ ਭੀਮ। ਜਗਮੀਤ ਸਿੰਘ ਭੀਮ ਕਹਿੰਦੇ ਵੀ ਪੰਜਾਬ ਦੇ ਕਬੱਡੀ ਕੱਪਾਂ ਦੇ ਸਾਧੂ ਸਿੰਘ ਬਰਾੜ ਦੀ ਟੀਮ ਲਈ ਖੇਡਦਾ, ਔਰ ਦੇਖਾਂਗੇ ਵੀ ਹਰਦਿਆਲ ਸਿੰਘ ਹਰਦਾਸੇ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਕਿ ਪਾਉਂਦਾ ਇਹ ਕਬੱਡੀ ਨਾਲ ਪੂਰੇ ਜਨੂਨ ਦੇ, ਬਾ ਖੇਡ ਕਬੱਡੀ ਨੂੰ ਵਸਾਇਆ ਇਹਦੇ ਵਿੱਚ ਖੂਨ ਦੇ, ਬੈਸਟ ਉਸ ਕੱਪ ਦਾ ਜੋ ਕਰਾਉਂਦੇ ਪੂਰੇ ਵਾਲ ਹੈ। ਰੇਡਰ ਬੜਾ ਤਕਨੀਕੀ ਹਰਦਾਸੇ ਦਾ ਹਰਦਿਆਲ ਹੈ, ਰੇਡਰ ਬੜਾ ਤਕਨੀਕੀ ਹਰਦਾਸੇ ਦਾ ਹਰਦਿਆਲ ਹੈ। ਹੁਣ ਕੋਕਰੀ ਵਾਲਾ ਹਰਦੀਪ ਸਿਫਤ ਕਰੂ ਇਸ ਨੌਜਵਾਨ ਖਿਡਾਰੀ ਦੀ। ਲਓ ਸਾਹਮਣੇ ਇਸੇ ਦੌਧਰ ਪਿੰਡ ਹੈ, ਚੜ੍ਹਦੀ ਜਵਾਨੀ ਹੈ, ਮੁੱਛ ਮੁੱਠ ਗੱਭਰੂ ਹੈ, ਗੁੱਗੂ ਨਾ ਹੈ, ਕਹਿੰਦੇ ਮੱਲਿਆਂ ਦੇ ਕਬੱਡੀ ਕੱਪ ਤੇ ਐਲਸੀਡੀ ਜਿੱਤੀ ਹੈ ਸਵੀਰ ਨੇ। ਮੇਰੇ ਵੀਰੇ ਹੋਰ ਵੀ ਅਨੇਕਾਂ ਕਬੱਡੀ ਕੱਪਾਂ ਦੀ ਗੱਲ ਕਰਨੀ ਹੈ, ਇਸ ਵੇਲੇ ਚਾਰ ਸਟਾਪਰ ਮੇਰੇ ਵੀਰੇ ਘੱਲ ਕਲਾਂ ਦੀ ਧਰਤੀ ਦੇ ਹੈ, ਚੜ੍ਹਦੀ ਕਦੀ ਮੰਗਲ ਦੀ ਹੈ, ਨਾਲ ਲੱਖਾ ਇੱਕ ਬੰਨੇ ਸੋਨਾ ਘੱਲ ਕਲਾਂ ਦੇ ਤੇ ਕਰਮੇ ਘਾਲੀ ਦੇ ਸਪੁੱਤਰ ਨੂੰ ਕੀਤਾ ਟੱਚ, ਅੰਬੂ ਘੱਲਾਂ ਵਾਲੀ ਉੱਤੇ ਪੁਆਇੰਟ ਇਸ ਵੇਲੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਖੇਡ ਮੈਦਾਨ ਦੇ ਵਿੱਚ। ਲਓ ਇਸ ਵੇਲੇ ਸਾਹਮਣੇ ਭਲੂਰ ਪਿੰਡ ਦਾ ਹਰਸ਼ਦੀਪ ਸਿੰਘ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਚਾਰ ਜਾਫੀ ਇਸ ਵੇਲੇ ਦੌਧਰ ਪਿੰਡ ਦੇ ਹੈ, ਮਾਣਾ ਦੌਧਰ ਦਾ, ਆਤਮਾ ਡਾਲੇ ਦਾ, ਬਰਿੰਦਰ ਦੌਧਰ ਦਾ ਤੇ ਬਿੰਦਰ ਦੌਧਰ ਪਿੰਡ ਵਾਲਾ। ਚਾਰ ਸਟਾਪਰਾਂ ਦੀ ਘੁੰਮਦੀ ਚੈਨ, ਦੇਖਾਂਗੇ ਕਿਹੜਾ ਗੱਭਰੂ ਜੱਫਾ ਲਾਵੇਗਾ। ਲੰਗਿਆਣੀਆਂ ਜੋਧੇ ਨੇ ਵੀ ਬੜਾ ਸੋਹਣਾ ਲਿਖਿਆ ਕਿ ਮੋਗਿਓ ਪੱਧਰੀ ਜਾਂਦਿਆਂ ਲਗਭਗ ਪਿੰਡ ਵਿਚਾਲੇ ਦੇ ਤੇ ਧੁੰਮਾ ਪਾਈ ਫਿਰਦੇ ਨੇ ਦੋ ਜਾਫੀ ਡਾਲੇ ਦੇ। ਲੰਗਿਆਣੀਆਂ ਜੋਧਿਆ ਨਾ ਉਹ ਕਿਸੇ ਤੋਂ ਥੱਲੇ ਹੈ, ਮਨਪ੍ਰੀਤ ਤੇ ਆਤਮੇ ਦੀ ਹੁਣ ਬੱਲੇ ਬੱਲੇ ਹੈ। ਬੂਟਾ ਦੌਧਰ ਪਿੰਡ ਵਾਲਾ ਕਬੱਡੀ ਪਾ ਰਿਹਾ ਤੇ ਖੁਸ਼ੀਆਂ ਬੜਾ ਸਿਫਤ ਕਰੀ ਨੌਜਵਾਨ ਪਾਈ ਹੋਈ ਕਬੱਡੀ ਦੀ। ਲਓ ਸਾਹਮਣੇ ਬੂਟੇ ਦੀ ਪਾਈ ਹੋਈ ਕਬੱਡੀ, ਜਿਹੜੇ ਚਾਰ ਜਾਫੀ ਇੱਕ ਪਾਸੇ, ਕਹਿੰਦੇ ਵੀ ਮੰਗਲ ਘੱਲਾਂ ਦੀ ਧਰਤੀ ਦਾ ਦੇਵ ਸਿੰਘ ਪ੍ਰਧਾਨ ਦਾ ਪੁੱਤ ਹੈ। ਲਓ ਸਾਹਮਣੇ ਕਹਿੰਦੇ ਵੀ ਸੋਨਾ ਘੱਲਾਂ ਵਾਲਾ ਕਰਦਾ ਕੋਸ਼ਿਸ਼, ਪਰ ਪੁਆਇੰਟ ਜਿਹੜਾ ਕਹਿੰਦੇ ਵੀ ਬੂਟਾ ਦੌਧਰ ਦੀ ਧਰਤੀ ਦਾ ਆਪਣੀ ਟੀਮ ਲਈ ਜੋੜਦਾ ਹੋਇਆ। ਦੌਧਰ ਪਿੰਡ ਕਹਿੰਦੇ ਵੀ ਮੋਗੇ ਜ਼ਿਲ੍ਹੇ ਦਾ ਸਭ ਤੋਂ ਵੱਧ ਆਬਾਦੀ ਵਾਲਾ ਪਿੰਡ ਹੈ, ਬੱਧਨੀ ਕਲਾਂ ਤੋਂ 6 ਕਿਲੋਮੀਟਰ ਦੀ ਦੂਰੀ ਤੇ ਸਰਹੰਦ ਨਹਿਰ ਦੇ ਪੈਰਾਂ 'ਚ ਵਸਿਆ ਪਿੰਡ ਦੌਧਰ ਹੈ। ਤੇ ਅਗਲੀ ਕਬੱਡੀ ਕਹਿੰਦੇ ਵੀ ਹਰਦਿਆਲ ਹਰਦਾਸੇ ਦੀ ਧਰਤੀ ਦਾ ਪੌਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਲਓ ਸਾਹਮਣੇ ਇਸ ਵੇਲੇ ਹਰਦਾਸੇ ਵਾਲੇ ਸਾਧੂ ਸਿੰਘ ਦੇ ਸਪੁੱਤਰ ਨੇ ਕਬੱਡੀ ਪਾ ਦਿੱਤੀ ਹੈ, ਬਾਪ ਨੇ ਕਬੱਡੀ ਬੜੀ ਤਕੜੀ ਖੇਡੀ ਹੈ। ਤੇ ਪੁਰਾਣੇ ਵਾੜੀਏ ਜਸਵੰਤ ਨੇ ਵੀ ਬੜਾ ਸੋਹਣਾ ਲਿਖਿਆ ਕਿ ਚੀਤੇ ਜੀ ਦੀ ਫੁਰਤੀ ਤੇ ਮੈਟਰੋ ਜੀ ਚਾਲ, ਪਿੰਡ ਹਰਦਾਸਾ ਦਾ ਨਾਂ ਹੈ ਹਰਦਿਆਲ, ਖੇਡ ਦੇ ਮੈਦਾਨਾਂ ਵਿੱਚ ਫਿਰੇ ਬੁੱਕਦਾ ਤੇ ਸਾਧੂ ਸਿੰਘ ਦਾ ਪੁੱਤ ਨਹੀਂ ਕਿਸੇ ਤੋਂ ਰੁਕਦਾ, ਸਾਧੂ ਸਿੰਘ ਦਾ ਪੁੱਤ ਨਹੀਂ ਕਿਸੇ ਤੋਂ ਰੁਕਦਾ। ਮਾਣੂਕੇ ਗਿੱਲ ਪਿੰਡ ਦਾ ਜਗਦੀਪ ਸਿੰਘ ਭੀਮ ਅਗਲੀ ਕਬੱਡੀ ਪਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਕਿ ਗੋਰਾ ਰੰਗ ਗੱਭਰੂ ਦਾ ਅੰਗਾਂ ਦਾ ਇਸ਼ੋਲਾ, ਹੱਥ ਲਾ ਕੇ ਭੱਜੇ ਦੇ ਵੀ ਹੁੰਦਾ ਬਾਬ ਰੋਲਾ, ਬੋਲ ਦਿੰਦਾ ਧਾਵਾ ਲਾ ਕੇ ਪੂਰੀ ਜੋ ਸਕੀਮ, ਖੇਡੇ ਟੌਪ ਦੀ ਕਬੱਡੀ ਲੋਕੋ ਮਾਣੂਕੇ ਦਾ ਭੀਮ। ਇਸ ਵੇਲੇ ਘੱਲਾਂ ਵਾਲੇ ਸਰਦਾਰ ਸੁਖਦੇਵ ਸਿੰਘ ਦਾ ਸਪੁੱਤਰ ਸੋਨਾ ਘੱਲ ਕਲਾਂ ਪਿੰਡ ਦਾ ਕੋਸ਼ਿਸ਼ ਕਰਦਾ ਡੱਕਣ ਦੀ ਤੇ ਸਫਲਤਾ ਧਾਵੀ ਦੇ ਕਦਮ ਚੁੰਮਦੀ ਹੈ। ਭਲੂਰ ਪਿੰਡ ਦੇ ਅਰਸ਼ ਦੀ ਕਬੱਡੀ ਦੀ ਸਿਫਤ ਕਰਨੀ ਹੈ, ਖੋਸੇ ਕੋਟਲੇ ਪਿੰਡ ਦੇ ਅਮਰੀਕ ਸਿੰਘ ਨੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ। ਜਿਹੜਾ ਹੁਣ ਮੁੰਡਾ ਕਬੱਡੀ ਪਾ ਰਿਹਾ ਕਹਿੰਦੇ ਵੀ ਮਾਪਿਆਂ ਦੇ ਦੋ ਪੁੱਤ ਕਬੱਡੀ ਖੇਡਦੇ, ਇਹਨਾਂ ਦੇ ਮਾਪਿਆਂ ਵਾਸਤੇ ਇਹੀ ਵੱਡੀ ਮਾਣ ਦੀ ਗੱਲ ਹੈ। ਜਿਵੇਂ ਕਹਿੰਦੇ ਪੁਰਾਣੇ ਵਾਲੀ ਨਿੱਕੇ ਨੇ ਦੁਨੀਆ ਹਲਾ ਕੇ ਰੱਖ ਦਿੱਤੀ ਹੈ, ਪ੍ਰੀਤਮ ਦਾ ਕਹਿੰਦੇ ਨਾ ਚੱਲਦਾ। ਲਓ ਸਾਹਮਣੇ ਦੌਧਰ ਵਾਲਾ ਮਾਣਾ ਕਹਿੰਦੇ ਢਾ ਕੇ ਉੱਤੇ ਬਹਿ ਗਿਆ, ਜਿਵੇਂ
ਮੱਠਿਆਂ ਵਾਲੀ ਰੇੜੀ ਲੱਭ ਕੇ ਭਈਆ ਪੱਗ ਤੇ ਬਹਿੰਦਾ ਹੁੰਦਾ। ਕਹਿੰਦੇ ਵੀ ਦਾ ਪੇਚਾਂ ਦੀ ਪਟਾਰੀ ਹੈ ਮਾਣਾ ਦੌਧਰ ਦੀ ਧਰਤੀ ਦਾ। ਅਣਗਿਣਤ ਕਹਿੰਦੇ ਵੀ ਟੈਲੀਵਿਜ਼ਨ ਜਿੱਤੇ ਨੇ, ਅਣਗਿਣਤ ਐਲਸੀਡੀਆਂ ਜਿੱਤੀਆਂ ਨੇ, ਜਿੰਨੇ ਵਧੀਆ ਖਿਡਾਰੀ ਹੈ ਉਹਨੇ ਵਧੀਆ ਇਨਸਾਨ ਹੈ। ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਦੋਨੇ ਟੀਮਾਂ ਦੇ ਪਲੇਅਰਾਂ ਦਾ। ਲਓ ਗੁੱਗੂ ਦੀ ਪਾਈ ਹੋਈ ਕਬੱਡੀ ਤੇ ਚਾਰ ਜਾਫੀ ਕਹਿੰਦੇ ਸਰਕਾਰੀ ਸਕੂਲ ਦੇ ਥੰਮਾਂ ਵਰਗੇ ਹੈ। ਹੁਣ ਕੌਣ ਜੱਫਾ ਲਾ ਕੇ ਪੱਲੇ ਬੱਲੇ ਕਰਵਾਊ ਆਪਣੀ ਟੀਮ ਦੇ ਲਈ, ਇਹ ਤੇ ਸਮੇਂ ਨੇ ਦੱਸਣਾ। ਗੁੱਗੂ ਦੌਧਰ ਦੀ ਧਰਤੀ ਦਾ ਕਬੱਡੀ ਪਾਉਂਦਾ ਹੋਇਆ ਮਨੀ ਧੂੜ ਵਾਲਾ ਕਹਿੰਦਾ ਵੀ ਪੁਆਇੰਟ ਜਿਹੜਾ ਰੇਡਰ ਦੇ ਉਸੇ ਹੈ, ਗੁੱਗੂ ਦੌਧਰ ਦੀ ਧਰਤੀ ਦਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਲਓ ਸਾਹਮਣੇ ਇਸ ਵੇਲੇ ਅਗਲੀ ਕਬੱਡੀ ਹਰਦਾਸੇ ਵਾਲੇ ਸਾਧੂ ਸਿੰਘ ਦੇ ਸਪੁੱਤਰ ਦੀ ਹੈ। ਦੋ ਵੀਰ ਕਬੱਡੀ ਖੇਡਦੇ ਹੈ। ਵੱਡਾ ਕਹਿੰਦੇ ਮੇਰੇ ਵੀਰੋ ਹਰਦਿਆਲ ਕਬੱਡੀ ਪਾ ਰਹੇ ਤੇ ਛੋਟਾ ਸੁੱਖ ਹੈ ਹਰਦਾਸੇ ਵਾਲਾ। ਇਸ ਵੇਲੇ ਸਾਹਮਣੇ ਗੱਭਰੂ ਨੇ ਕਬੱਡੀ ਪਾ ਦਿੱਤੀ ਹੈ। ਚਾਰ ਜਾਫੀ ਦੌਧਰ ਦੀ ਧਰਤੀ ਦੇ ਹੈ ਕਿ ਸੋਨੂ ਦਾ ਜੰਪ, ਦੁੱਲੇ ਦਾ ਪੰਪ, ਸੁਖਵੀਰ ਦੀ ਭਾਜ, ਭੀਮ ਦਾ ਡੱਜ, ਇਹ ਚਾਰੇ ਦਿਲੋਂ ਲੁੱਟਦੇ ਨੇ। ਜਾਫੀ ਦੌਧਰ ਦਾ ਬਰਿੰਦਰ, ਪਿੱਛੋਂ ਦਾ ਸ਼ੀਰਾ, ਰੇਡਰ ਦੂਰੇ ਕਰ ਕਰ ਸੁੱਟਦੇ ਨੇ। ਆਤਮਾ ਨਾ ਹੈ ਡਾਲਾ ਪੈਂਦਾ ਹੈ ਤੇ ਗੱਭਰੂ ਇਸ ਵੇਲੇ ਡੱਕਣ ਦੀ ਕੋਸ਼ਿਸ਼ ਕਰਦਾ ਹੈ ਤੇ ਗੱਲ ਕਸੂਤੀ ਹੋ ਗਈ ਹੈ ਤੇ ਮੁੰਡਾ ਇਸ ਵੇਲੇ ਹੱਥਾਂ ਚੋਂ ਨਿਕਲਦਾ ਜਾ ਰਿਹਾ ਹੈ ਪੁਆਇੰਟ ਰੇਡਰ ਦਾ। ਅਗਲੀ ਕਬੱਡੀ ਦੌਧਰ ਪਿੰਡ ਦਾ ਬੂਟਾ ਸਿੰਘ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ। ਮਾਰੀਏ ਪਰਦੇ ਅੰਦਰਲੇ ਪਾਸੇ ਥਾਪੀ, ਗੱਲ ਜਿਹੜੀ ਸਮੇਂ ਦੀ ਹੈ। ਗਗਨ ਪੰਜਾਬ ਲਾਈ ਵਾਲਾ ਸਾਡਾ ਵੀਰ, ਮੇਰੇ ਵੀਰ ਕੱਲੀ ਕੱਲੀ ਤਸਵੀਰ ਲੈ ਰਿਹਾ ਤੇ ਮੇਰੇ ਵੀਰ ਸਾਡੇ ਵੀ ਜਾਸੋਣੀ ਦਿਖਾ ਰਹੇ ਨੇ ਪੂਰੀ ਦੁਨੀਆ ਦੇ ਵਿੱਚ। ਲਓ ਸਾਡਾ ਵੀ ਜਾਲ ਸਟੂਡੀਓ ਵਾਲਾ ਉਹ ਵੀ ਕੱਲੀ ਕੱਲੀ ਤਸਵੀਰ ਲੈ ਰਿਹਾ ਤੇ ਸੋਨਾ ਕੱਲਾਂ ਦਾ ਬੂਟਾ ਦੌਧਰ ਦਾ ਕਿ ਵਿੱਚ ਬਗੈਰੇ ਝੱਲਾਂ ਦੇ ਕਦੇ ਸ਼ੇਰ ਨਾ ਰਹਿੰਦੇ ਗੁੱਜੇ, ਕੌਣ ਠੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਾ ਪੈਂਦੇ ਗੁੱਜੇ, ਕੌਣ ਠੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਾ ਪੈਂਦੇ ਗੁੱਜੇ। ਅਰਸ਼ ਘਨੂਰ ਵਾਲਾ ਤੇ ਖੋਸਿਆਂ ਵਾਲਾ ਗੱਲ ਕਰੀਏ ਇਸ ਗੱਭਰੂ ਦੀ ਪਾਈ ਹੋਈ ਕਬੱਡੀ ਦੀ। ਲਓ ਸਾਹਮਣੇ ਅਰਸ਼ ਦੀ ਪਾਈ ਹੋਈ ਕਬੱਡੀ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਕਿ ਰੱਬਾ ਤੰਦਰੁਸਤੀ ਦੇ ਸਾਨੂੰ ਕਰੋ ਸਾਰੇ ਫਰਿਆਦ, ਜਿਹੜੇ ਨਸ਼ਿਆਂ 'ਚ ਪੈ ਗਏ ਹੋਏ ਸਾਰੇ ਬਰਬਾਦ, ਜਿਹਨਾਂ ਮੋੜਾਂ ਉੱਤੇ ਖੜੇ ਕਰੂ ਦੁਨੀਆ ਦੀ ਯਾਦ, ਜਿਹਨਾਂ ਸਾਹਮਣੇ ਨੇ ਸਰੀਰ ਮੇਰੇ ਮਿੱਤਰ, ਫਿਰ ਆੜ ਕੇ ਗਰਾਊਂਡਾਂ ਵਿੱਚ ਉਹੀ ਫੱਬਦੇ ਤੇ ਮੋੜਾਂ ਉੱਤੇ ਖੜਿਆਂ ਦੇ ਵੀ ਵੀਜੇ ਲੱਗਦੇ, ਤੇ ਮੋੜਾਂ ਉੱਤੇ ਖੜਿਆਂ ਦੇ ਵੀ ਵੀਜੇ ਲੱਗਦੇ, ਜਿਹੜੀ ਜਾਨ ਕਹਿੰਦੇ ਜਵਾਈਆਂ ਵਾਂਗੂ ਸਾਹਮਣੀ ਪੈਂਦੀ ਹੈ, ਫਿਰ ਲੋਕ ਸਰਨਾਵੇ ਪੁੱਛਦੇ ਹੈ, ਦੁਨੀਆ ਪਦੇ ਟਿਕਾਣੇ ਪੁੱਛਦੀ ਹੈ। ਲਓ ਸਾਹਮਣੇ ਕਹਿੰਦੇ ਵੀ ਜਗਮੀਤ ਸਿੰਘ ਕਬੱਡੀ ਪਾ ਰਿਹਾ, ਇੱਕ ਭੀਮਾ ਕਹਿੰਦੇ ਵੀ ਸਹੇੜੀ ਵਾਲਾ, ਇੱਕ ਭੀਮਾ ਕਹਿੰਦੇ ਬਿਜਲੀ ਬੋਰਡ ਦੇ ਲਈ ਤਕੜਾ ਖੇਡਿਆ, ਤੇ ਆਹ ਭੀਮ ਕਹਿੰਦੇ ਵੀ ਕਬੱਡੀ ਪਾ ਰਿਹਾ, ਇੱਕ ਭੀਮਾ ਕਹਿੰਦੇ ਵੀ ਮਹਾਭਾਰਤ ਵਾਲਾ ਜਿਹਨੇ ਹਾਥੀ ਚਲਾਏ ਤੇ ਹਜੇ ਤੱਕ ਵਾਪਸ ਨਹੀਂ ਆਏ। ਲਓ ਸਾਹਮਣੇ ਮਾੜੂ ਤੇ ਗਿੱਲਾਂ ਵਾਲਾ ਭੀਮ ਕਬੱਡੀ ਪਾ ਰਿਹਾ, ਜਿਹੜ ਆਹ ਸਾਹਮਣੇ ਕਹਿੰਦੇ ਵੀ ਨੌਜਵਾਨ ਅੰਬੂ ਹੈ ਕੱਲਾ ਦੀ ਧਰਤੀ ਦਾ, ਕਿ 7-7-91 ਲੋਕੋ ਇਹਦੀ ਹੈ ਜਨਮ ਤਰੀਕਾ, ਬੂਰੇ ਹੋ ਕੇ ਟੈਮ ਕਰਾਉਂਦਾ ਲੋਕ ਮਾਰਦੇ ਚੀਕਾ, ਖੋਸੇ ਕੋਟਲੇ ਵਾਲਾ ਕਰਦਾ ਮਾਈਕ ਦੇ ਉੱਤੋਂ ਤਰੀਫਾਂ, ਤੇ ਕਰਮ ਸਿੰਘ ਨੇ ਸੋਚਿਆ ਨਹੀਂ ਸੀ ਉਹਦੇ ਪੁੱਤ ਦੇ ਨਾਂ ਤੋਂ ਦੁਨੀਆ ਕੰਬੂ, ਠੱਲ ਦਿੰਦਾ ਤੂਫਾਨਾਂ ਨੂੰ ਲੋਕੋ ਕੱਲਾ ਵਾਲਾ ਅੰਬੂ, ਠੱਲ ਦਿੰਦਾ ਤੂਫਾਨਾਂ ਨੂੰ ਲੋਕੋ ਕੱਲਾ ਵਾਲਾ ਅੰਬੂ। ਲਓ ਸਾਹਮਣੇ ਕਹਿੰਦੇ ਸਿਰੇ ਦਾ ਜਾਫੀ ਹੈ ਹਰਦੀਪ। ਅਗਲੇ ਮੈਚ ਦੇ ਲਈ ਮੇਰੀ ਬੇਨਤੀ ਹੈ ਰਾਓ ਕਹਿੰਦੇ ਬੰਦ ਤੋੜ, ਉਸ ਤੋਂ ਬਾਅਦ ਪੁਰਾਣੇ ਵਾਲਾ ਤੇ ਬੁੱਗੀਪੁਰਾ, ਹਾਂ ਪੁਰਾਣੇ ਵਾਲਾ ਤੇ ਬੁੱਗੀਪੁਰਾ ਵੀ ਟੀਮਾਂ ਖੇਡ ਦੇ ਮੈਦਾਨ ਦੇ ਵੱਲੋਂ ਪੁੱਜਣਗੀਆਂ। ਇਸ ਵੇਲੇ ਹਰਦਾਸੇ ਦਾ ਹਰਦਿਆਲ ਕਬੱਡੀ ਪਾ ਰਿਹਾ ਤੇ ਦੌਧਰ ਪਿੰਡ ਦੇ ਬਰਿੰਦਰ ਨੇ ਪੱਟ ਕੇ ਖੁਦ ਜੱਫਾ ਲਾ ਦਿੱਤਾ ਹੈ ਖੇਡ ਦੇ ਮੈਦਾਨ ਦੇ ਵਿੱਚ, ਕਿ ਜੋਸ਼ ਉਹ ਤਕਨੀਕ ਦੀ ਅੱਜ ਕੱਲ ਖੇਡ ਕਬੱਡੀ ਹੋਈ, ਨਿਰੇ ਜੋਰ ਵਾਲੇ ਨੂੰ ਜਾਫੀ ਢਾ ਹੀ ਜਾਂਦੇ ਨੇ, ਤੇਜ ਨਿਗਾਹ ਤਾਂ ਵਰਗੀ ਹੁੰਦੀ ਜਿਹੜੇ ਰੇਡਰਾਂ ਦੀ, ਪਤਾ ਨਹੀਂ ਲੱਗਦਾ ਕਿਹੜੇ ਵੇਲੇ ਹੱਥ ਲਾ ਹੀ ਜਾਂਦੇ ਨੇ, ਰੱਬ ਵਾਂਗੂ ਜਿਹੜੇ ਗੇਮ ਪੂਜਦੇ ਜਤੀ ਲੰਗੋਟੇ ਦੇ, ਇੱਕ ਦਿਨ ਉਹ ਖਿਡਾਰੀ ਨਾਮ ਕਮਾ ਹੀ ਜਾਂਦੇ ਨੇ। ਲੰਗਿਆੜੀਆਂ ਜੋਧਿਆ ਦਿਨ ਚਾਰ ਜਵਾਨੀ ਦੇ ਜਿਹੜੇ ਸਾਂਭ ਲੈਂਦੇ ਹਰ ਮੈਦਾਨੇ ਸ਼ਾਹ ਹੀ ਜਾਂਦੇ ਨੇ। ਮੇਰੇ ਵੀਰੋ ਇਸ ਵੇਲੇ ਕਲਕਲਾ ਪਿੰਡ ਦੇ ਕਰਮ ਸਿੰਘ ਦੇ ਸਪੁੱਤਰ ਨੇ ਕੋਸ਼ਿਸ਼ ਕੀਤੀ ਹੈ ਤੇ ਗੁੱਗੂ ਦੌਧਰ ਪਿੰਡ ਵਾਲਾ ਲੈ ਕੇ ਪੁਆਇੰਟ ਭੱਜਾ ਆਉਂਦਾ ਹੈ ਖੇਡ ਦੇ ਮੈਦਾਨ ਦੇ ਵਿੱਚ। ਲਓ ਅਗਲੀ ਕਬੱਡੀ ਅਰਸ਼ ਭਲੂਰ ਵਾਲਾ ਗੱਭਰੂ ਪਾ ਰਿਹਾ ਹੈ,
ਚਾਰ ਜਾਫੀ ਦੁੱਧ ਪਿੰਡ ਦੇ ਬਿਲਕੁਲ ਤਿਆਰ ਹੈ ਮੇਰੇ ਵੀਰੋ, ਖੇਡ ਦੇ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਹੈ ਤੇ ਮੇਰੇ ਵੀਰੋ ਕਿਹੜੇ ਗੱਭਰੂ ਨੇ ਠੱਲ ਪਾਉਣੀ ਹੈ ਇਸ ਪਾਈ ਹੋਈ ਕਬੱਡੀ ਨੂੰ, ਗੱਲ ਆਪਾਂ ਸਮੇਂ ਦੀ ਕਰਨੀ ਹੈ। ਚਮਕੌਰ ਸਿੰਘ ਕੱਲੀ ਕੱਲੀ ਕਬੱਡੀ ਕੈਮਰੇ ਦੀ ਅੱਖ ਦੇ ਵਿੱਚ ਬੰਦ ਕਰਨੀ ਹੈ। ਗੁਰਦੇਵ ਸਿੰਘ ਦੇਵ ਦਿਆਲਪੁਰੇ ਪਿੰਡ ਵਾਲਾ ਮਾਰ ਕੇ ਵਿਸਲ ਫੈਸਲਾ ਕਰੇਗਾ। ਦੁੱਧ ਪਿੰਡ ਦਾ ਬਰਿੰਦਰ ਇਸ ਵੇਲੇ ਲਾਹ ਤਕੜਾ ਜੱਫਾ ਬੱਲੇ ਬੱਲੇ ਕਰਵਾ ਰਿਹਾ ਹੈ। ਦਰਸ਼ਕ ਵੀਰ ਇੱਕ ਵਾਰੀ ਜ਼ੋਰ ਨਾਲ ਤਾੜੀ ਮਾਰ ਦਿਓ ਜੇਕਰ ਮੈਚ ਵਧੀਆ ਲੱਗ ਰਿਹਾ ਹੈ। ਲਓ ਇਸ ਵੇਲੇ ਬੂਟਾ ਦੁੱਧ ਪਿੰਡ ਦਾ ਕਬੱਡੀ ਪਾਉਂਦਾ ਹੋਇਆ, ਲਓ ਸਾਹਮਣੇ ਕਹਿੰਦੇ ਵੀ ਬੂਟੇ ਦੀ ਪਾਈ ਹੋਈ ਕਬੱਡੀ ਤੇ ਕੱਲਾ ਵਾਲੇ ਸੁਖਦੇਵ ਸਿੰਘ ਦੇ ਸਪੁੱਤਰ ਨੇ ਕਹਿੰਦੇ ਵੀ ਮੁੰਡੇ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਜਿਵੇਂ ਅਖੰਡ ਪਾਠ ਵਾਲੇ ਘਰੋਂ ਸ਼ਰਾਬੀ ਕੱਢੀ ਦਾ, ਤੇ ਪੁਆਇੰਟ ਕਹਿੰਦੇ ਵੀ ਕੱਲਾ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ। ਨਾਲ ਹੀ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸਰਦਾਰ ਸੁਖਵੀਰ ਸਿੰਘ ਜੀ, ਪੰਚਾਇਤ ਸਕੱਤਰ, ਸਰਪੰਚ ਸਰਦਾਰ ਹਰਪਾਲ ਸਿੰਘ ਜੀ ਮਹਿਣਾ, ਚੇਅਰਮੈਨ ਸਰਦਾਰ ਕੁਲਦੀਪ ਸਿੰਘ ਜੀ ਮਹਿਣਾ, ਸਾਡੇ ਵੀਰ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ, ਆਪਾਂ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾਂ ਦੇ ਵਿੱਚ ਰੱਖੇ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ। ਸਾਡੇ ਸਤਿਕਾਰਯੋਗ ਵੀਰ ਪੁੱਜੇ ਹੋਏ ਨੇ ਸਰਦਾਰ ਸੁਖਬੀਰ ਸਿੰਘ ਜੀ ਪੰਚਾਇਤ ਸਕੱਤਰ, ਸਰਪੰਚ ਸਰਦਾਰ ਹਰਪਾਲ ਸਿੰਘ ਜੀ ਮਹਿਣਾ, ਚੇਅਰਮੈਨ ਸਰਦਾਰ ਕੁਲਦੀਪ ਸਿੰਘ ਜੀ ਮਹਿਣਾ, ਇਹਨਾਂ ਸਾਰੇ ਵੀਰਾਂ ਦੇ ਇੱਥੇ ਪੁੱਜਣ ਤੇ ਧੰਨਵਾਦ ਹੈ। ਜਗਮੀਤ ਸਿੰਘ ਭੀਮ ਕਹਿੰਦੇ ਵੀ ਮਾਨੂ ਕੇ ਗਿੱਲਾਂ ਵਾਲਾ ਕਬੱਡੀ ਪਾ ਰਿਹਾ, ਮਾਨੂ ਕੇ ਗਿੱਲ ਪਿੰਡ ਹੈ ਤੇ ਕਹਿੰਦੇ ਤਾਰਾ ਸਿੰਘ ਜੀ ਸਰਪੰਚ ਹੈ ਉਸ ਪਿੰਡ ਦੇ, ਗੁਰਲਾਲ ਕਹਿੰਦੇ ਕੈਨੇਡਾ ਦੇ ਵਿੱਚ ਰਹਿੰਦਾ ਤੇ ਜੀਵਨ ਕਹਿੰਦੇ ਸਿਰੇ ਦਾ ਪਲੇਅਰ ਹੈ। ਲਓ ਸਾਹਮਣੇ ਇਸ ਵੇਲੇ ਕਹਿੰਦੇ ਵੀ ਜਗਮੀਤ ਸਿੰਘ ਭੀਮ ਕਬੱਡੀ ਪਾ ਰਿਹਾ, ਹੁਣ ਚਾਰ ਜਾਫੀ ਹੈ, ਚਾਰਾਂ ਜਾਫੀਆਂ ਵਿੱਚੋਂ ਵੱਧ ਕੇ ਕੌਣ, ਕਹਿੰਦੇ ਵੀ ਮੰਗਲ ਕੱਲਾਂ ਦੀ ਧਰਤੀ ਦਾ ਕਰਦਾ ਕੋਸ਼ਿਸ਼, ਪਰ ਪੁਆਇੰਟ ਕਹਿੰਦੇ ਵੀ ਭੀਮ ਆਪਣੀ ਟੀਮ ਲਈ ਜੋੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ, ਹਰਦਿਆਲ ਹਰਦਾਸੇ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਅਗਲੀ ਕਬੱਡੀ ਹਰਦਾਸੇ ਵਾਲੇ ਸਾਧੂ ਸਿੰਘ ਦੇ ਸਪੁੱਤਰ ਦੀ ਹੈ ਕਿ ਪਿਤਾ ਪਰ ਪੂਤ ਨਸਲ ਪਰ ਘੋੜਾ, ਬਹੁਤਾ ਨੀ ਤਾਂ ਥੋੜਾ ਥੋੜਾ, ਬਾਪ ਨੇ ਬੜੀ ਤਕੜੀ ਕਬੱਡੀ ਖੇਡੀ ਹੈ ਮਾਣਾ ਜ਼ਿਲ੍ਹੇ ਫਿਰੋਜ਼ਪੁਰ ਨੂੰ, ਤੇ ਇਸ ਵੇਲੇ ਗੱਭਰੂ ਕਬੱਡੀ ਪਾ ਰਿਹਾ ਹਰਦਾਲ ਹਰਦਿਆਲ ਮੇਰੇ ਵੀਰ ਹਰਦਾਸੇ ਪਿੰਡ ਦਾ, ਆਤਮਾ ਡਾਲੇ ਵਾਲਾ ਅਸਫਲ ਕੋਸ਼ਿਸ਼ ਕਰਦਾ ਹੈ ਤੇ ਦੇਵ ਦਿਆਲਪੁਰੇ ਵਾਲਾ ਵਿਸਲ ਮਾਰਦਾ ਹੈ ਵੀ ਪੁਆਇੰਟ ਇਸ ਵੇਲੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਕਿ ਗੱਲ ਜੋਧਿਆ ਰੈਫਰੀਆਂ ਦੀ ਕਰਨੀ ਬਣੇ ਜ਼ਰੂਰ, ਬਿੱਲਾ ਗੱਲ ਦੇਵ ਦਿਆਲਪੁਰਾ ਖਿਡਾਰੀ ਰਹੇ ਮਸ਼ਹੂਰ, ਕਿਸੇ ਸਮੇਂ ਸੀ ਸਰੀਰ ਬੜੇ ਹੀ ਘੈਂਟ ਪਲੇਅਰਾਂ ਦੇ, ਹੁਣ ਮੁੱਠੀਆਂ ਦੇ ਵਿੱਚ ਗੁੱਟੀ ਫਿਰਨ ਪੁਆਇੰਟ ਪਲੇਅਰਾਂ ਦੇ, ਆਪ ਆਪਣੇ ਸਮੇਂ ਦੇ ਬੜੇ ਟੌਪ ਦੇ ਖਿਡਾਰੀ ਰਹੇ ਹੈ। ਦੁੱਧ ਪਿੰਡ ਹੈ ਗੁੱਗੂ ਕਬੱਡੀ ਪਾ ਰਿਹਾ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ, ਚਾਰ ਜਾਫੀ ਹੈ, ਕੱਲਾ ਵਾਲੇ ਸੁਖਦੇਵ ਸਿੰਘ ਦਾ ਸਪੁੱਤਰ ਇਸ ਵੇਲੇ ਮੇਰੇ ਵੀਰੋ ਡੱਕਣ ਦੀ ਕੋਸ਼ਿਸ਼ ਕਰਦਾ ਹੈ, ਕਹਿੰਦੇ ਵੀ ਪਿਛਲੇ ਵਾਰੇ ਖੇਡਿਆ ਸਾਫ ਵਾਲੀ ਧਰਮੰਤ ਦੇ ਨਾਲ ਜਿੱਥੇ ਬੱਲੇ ਬੱਲੇ ਕਰਵਾਈ ਰੌਲੀ ਪਿੰਡ ਦੇ ਹਰਪ੍ਰੀਤ ਸਿੰਘ ਬੰਬ ਨੇ, ਤੇ ਪੁਆਇੰਟ ਇਸ ਵੇਲੇ ਰੇਡਰ ਦਾ, ਪੁਆਇੰਟ ਇਸ ਵੇਲੇ ਦੌਦਰ ਪਿੰਡ ਦੀ ਟੀਮ ਦਾ, ਸਾਡੇ 15 ਤੇ 16 ਪੁਆਇੰਟ ਹੈ, ਸਾਡੇ 15 ਤੇ 16 ਪੁਆਇੰਟ ਅਸੀਂ ਸਮਾਂ ਜਿਹੜਾ ਪਹਿਲਾਂ ਅਨਾਊਂਸ ਕਰਿਆ ਹੈ। ਲਓ ਸਾਹਮਣੇ ਇਸ ਵੇਲੇ ਅਗਲੀ ਕਬੱਡੀ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਘੱਲ ਕਲਾਂ ਵਾਲੇ ਗੱਭਰੂ ਨੇ ਪਾ ਦਿੱਤੀ ਹੈ, ਮਾਣ ਆਉਣੇ ਅੱਜ ਰੌਲੀ ਪਿੰਡ ਦੇ ਹਰਪ੍ਰੀਤ ਸਿੰਘ ਬੰਬ ਦੇ, ਗੱਲ ਕਰਨੀ ਹੈ ਕਪੂਰੇ ਪਿੰਡ ਦੇ ਅਮਰਜੀਤ ਸਿੰਘ ਗੇਜੀ ਦੀ, ਤੇ ਨਾਲ ਕਹਿੰਦੇ ਕਪੂਰੇ ਪਿੰਡ ਦੇ ਪ੍ਰੇਮ ਦੇ ਵੀ ਜਿਹੜੇ ਵਿਸ਼ੇਸ਼ ਮਾਣ ਸਨਮਾਨ ਕੀਤੇ ਜਾਣੇ ਹੈ। ਇਸ ਵੇਲੇ ਗੱਭਰੂ ਨੌਜਵਾਨ ਜਾਫੀ ਮਾਣਾ ਦੌਦਰ ਵਾਲਾ ਲਾ ਕੇ ਜੱਫਾ ਬੱਲੇ ਬੱਲੇ ਕਰਵਾਉਂਦਾ ਹੋਇਆ ਸਮਾਪਤ, ਤੇ ਇਸ ਮੈਚ ਦੇ ਵਿੱਚੋਂ ਟੀਮ ਜਿਹੜੀ ਦਾਦਰ ਦੀ ਜੇਤੂ ਹੈ, ਸਾਡੇ 15 ਪੁਆਇੰਟ ਲੈ ਕੇ ਦਾਦਰ ਜਿਹੜੀ ਵਿਨਰ ਰਹੀ ਇਸ ਮੈਚ ਦੇ ਵਿੱਚ, ਰਾਣਾ ਕਬੱਡੀ ਕਲੱਬ ਦਾਦਰ ਵਿਨਰ ਰਹੀ ਹੈ। ਆਓ ਜੀ ਬਾਂਦਰ ਡੋਡ ਤੇ ਰਾਉ ਕੇ ਕਲਾ ਟੀ ਸ਼ਰਟਾਂ ਵੀਰੇ ਬਾਹਰ ਲਾਉਣੀਆਂ, ਮੈਂ ਬਾਰ ਬਾਰ ਬੇਨਤੀਆਂ ਕਰ ਰਿਹਾ, ਬਾਂਦਰ ਡੋਡ ਤੇ ਰਾਉ ਕੇ ਕਲਾ ਦੋਨੋਂ ਟੀਮਾਂ ਜਿਹੜੀਆਂ ਇਸ ਵੇਲੇ ਸੈਂਟਰਾਂ ਦੇ ਉੱਪਰ ਆ ਜਾਣ, ਨਾਲ ਹੀ ਉਸ ਤੋਂ ਬਾਅਦ ਪੁਰਾਣੇ ਵਾਲਾ ਤੇ ਬੁੱਕੀਪੁਰਾ, ਤੇ ਉਸ ਤੋਂ ਬਾਅਦ ਜਿਹੜਾ ਮੈਚ ਖੇਡਿਆ ਜਾਣਾ ਹੈ 40 ਸਾਲੇ ਗੱਭਰੂਆਂ ਦੀਆਂ ਟੀਮਾਂ ਤਿਆਰੀ, ਉਸ ਤੋਂ ਬਾਅਦ ਜਿਹੜਾ ਮੈਚ ਖੇਡਿਆ ਜਾਣਾ 40 ਸਾਲੀਆਂ ਦੀਆਂ ਟੀਮਾਂ ਜਿਹੜੀਆਂ ਦੋਨੋਂ ਤਿਆਰੀ ਰੱਖਣਗੀਆਂ। ਟੀਮਾਂ ਦੋਨੇ ਖੇਡ ਦੇ ਮੈਦਾਨ ਦੇ ਵਿੱਚ ਆ ਗਈਆਂ ਨੇ, ਇੱਕ ਪਾਸੇ ਦੇਖਾਂਗੇ ਵੀ ਜਿਹੜੀ ਬਾਂਦਰ ਡੋਡ ਦੀ ਟੀਮ ਹੈ, ਦੂਜੇ ਪਾਸੇ ਟੀਮ ਕਹਿੰਦੇ ਵੀ ਰਾਉਕਿਆਂ ਦੀ ਹੈ। ਮੈਚ ਪੂਰਾ ਟੌਪ ਦਾ ਖੇਡਿਆ ਜਾਣਾ ਖੇਡ ਦੇ ਮੈਦਾਨ ਦੇ ਵਿੱਚ,
ਜਿਵੇਂ ਪਹਿਲਾ ਮੈਚ ਆਪ ਸਭ ਨੇ ਦੇਖਿਆ ਵੀ ਉਹਦੇ ਵਿੱਚ ਦੌਧਰ ਦੀ ਟੀਮ ਜਿਹੜੀ ਜਿੱਤ ਪ੍ਰਾਪਤ ਕਰ ਗਈ ਹੈ ਮੈਚ ਦੇ ਉੱਪਰ। ਹੁਣ ਆਪਾਂ ਦੇਖਾਂਗੇ ਵੀ ਇਸ ਮੈਚ ਦੇ ਵਿੱਚ ਕੌਣ ਜਿੱਤ ਕੇ ਜਾਵੇਗੀ। ਇੱਕ ਪਾਸੇ ਟੀਮ ਕਹਿੰਦੇ ਵੀ ਵਾਂਦਰ ਡੋੜਦੀ ਹੈ ਮਾੜੀ ਮੁਸਤਫਾ ਦੀ ਕਬੱਡੀ ਕੱਪ ਦੀ ਜਿਹੜੀ ਉੱਤਮ ਰਹੀ ਟੀਮ ਹੈ, ਦੂਜੇ ਪਾਸੇ ਟੀਮ ਕਹਿੰਦੇ ਵੀ ਰਾਉਕਿਆਂ ਦੀ ਟੀਮ ਹੈ, ਮੈਚ ਪੂਰਾ ਵਧੀਆ ਖੇਡਿਆ ਜਾਣਾ। ਸਾਡਾ ਵੀਰ ਬਲਦੇਵ ਸਿੰਘ ਚਾਂਦਰਵੇ ਵਾਲਾ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਦਿਖਾਵੇਗਾ, ਤੁਸੀਂ ਇਹਨੂੰ ਵੀ ਵੱਧ ਤੋਂ ਵੱਧ ਮਾਣ ਪਿਆਰ ਬਖਸ਼ਣੇ ਆ। ਤਾੜੀਆਂ ਮਾਰ ਦਿਓ ਚੰਦਾ ਵਾਲੇ ਬਲਦੇਵ ਸਿੰਘ ਦੇ ਲਈ ਜਿਹੜਾ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਦਿਖਾ ਰਿਹਾ ਹੈ। ਇਸ ਮੈਚ ਤੋਂ ਬਾਅਦ ਪੁਰਾਣੇ ਵਾਲਾ ਤੇ ਬੁੱਗੀਪੁਰਾ ਖੇਡਣਗੇ, ਉਸ ਤੋਂ ਬਾਅਦ ਜਿਹੜਾ 40 ਸਾਲਾਂ ਦਾ ਕਿੱਕਰ ਜੀ ਜ਼ਿੰਮੇਵਾਰੀਆਂ ਸਾਂਭੋ ਸਾਡੇ ਵੀਰ ਕੌਂਸਾਟ ਜੀਰਾ, ਵੱਡਾ ਧੰਨਵਾਦ ਹੈ। ਬਲਦੇਵ ਸਿੰਘ ਚਾਂਦਰਵੇ ਵਾਲਾ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਦਿਖਾ ਰਿਹਾ ਹੈ, ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦੇ। ਸਾਡਾ ਵੀਰ ਅਵਤਾਰ ਬਰਾੜ ਲੰਘਿਆ ਨਾ, ਹਾਂਗਕਾਂਗ ਦੇ ਵਿੱਚ ਬੈਠਾ ਹੈ, ਨਾਲ ਬੈਠੇ ਨੇ ਰਿੱਕੀ ਰੰਧਾਵੇ ਹੋਣੀ, ਸਾਡੇ ਵੀਰ ਪਰਮ ਗਿੱਲ ਜੀ ਤੇ ਮੋਪਲ ਹੋਣੀ ਬੈਠੇ ਨੇ, ਮੇਰੇ ਵੀਰ ਕੈਨੇਡਾ ਦੇ ਵਿੱਚ ਮਨਜੀਤ ਗਿੱਲ ਹੋਣੀ ਬੈਠੇ ਨੇ, ਵੱਡਾ ਧੰਨਵਾਦ ਹੈ ਇਹਨਾਂ ਭਰਾਵਾਂ ਦਾ ਜਿਹੜੇ ਪੰਜਾਬ ਲਾਈਵ ਆਨ ਡੋਟ ਕੌਮ ਦੇ ਜ਼ਰੀਏ ਇਹਨਾਂ ਮੈਚਾਂ ਦਾ ਆਨੰਦ ਮਾਣ ਰਹੇ ਨੇ। ਨਾਲ ਸਾਡੇ ਦਰਮਿਆਨ ਜਥੇਦਾਰ ਸਰਦਾਰ ਗੁਰਬਖਸ਼ ਸਿੰਘ ਜੀ, ਚੇਅਰਮੈਨ ਸਾਹਿਬ ਜ਼ਿਲ੍ਹਾ ਪ੍ਰੀਸ਼ਦ ਮੋਗਾ, ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ, ਅਸੀਂ ਇਹਨਾਂ ਨੂੰ ਵੀ ਉੱਥੇ ਪਹੁੰਚਣ ਤੇ ਜੀ ਆਇਆਂ ਆਖਦੇ ਹਾਂ। ਜਥੇਦਾਰ ਸਰਦਾਰ ਗੁਰਬਖਸ਼ ਸਿੰਘ ਜੀ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮੋਗਾ, ਉਹ ਵੀ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਤਸ਼ਰੀਫ ਲੈ ਕੇ ਆਏ ਨੇ, ਇਹਨਾਂ ਨੂੰ ਵੀ ਅਸੀਂ ਜੀ ਆਇਆਂ ਆਖਦੇ ਹਾਂ, ਵੱਡਾ ਧੰਨਵਾਦ ਹੈ। ਔਰ ਇਸ ਵੇਲੇ ਮੈਚ ਜਿਹੜਾ ਰਾਉਕੇ ਕਲਾਂ ਦੀ ਟੀਮ ਜਿਹੜੀ ਲਹਿੰਦੇ ਵਾਲੇ ਪਾਸੇ ਅਕੈਡਮੀ ਵਾਲੇ ਪਾਸੇ ਹੈ, ਔਰ ਬਾਂਦਰ ਡੋੜ ਦੀ ਟੀਮ ਜਿਹੜੀ ਮੇਰੇ ਵੀਰ ਬਿਲਕੁਲ ਚੜ੍ਹਦੇ ਵਾਲੇ ਪਾਸੇ ਹੈ। ਪਹਿਲੀ ਕਬੱਡੀ ਦੇਖਦਾ ਵੀ ਰਾਉਕੇ ਕਲਾਂ ਪਿੰਡ ਦਾ ਬੇਅੰਤ ਸਿੰਘ ਨਾਟਵਾਨ ਗੱਭਰੂ ਪਾਉਣ ਦੇ ਲਈ ਵਾਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ, ਚਾਰ ਜਾਫੀ ਬਾਂਦਰ ਡੋੜ ਦੇ ਹੈ ਬਿਲਕੁਲ ਤਿਆਰ, ਚੜ੍ਹਦੀ ਕਦੀ ਸੋਨੇ ਦੀ ਹੈ, ਗੱਲ ਆਪਾਂ ਸਮੇਂ ਦੀ ਕਰਨੀ। ਇਸ ਵੇਲੇ ਸਾਹਮਣੇ ਨਾਟਵਾਨ ਗੱਭਰੂ ਸੋਨਾ ਬਾਂਦਰ ਡੋੜ ਵਾਲਾ ਕਰਦਾ ਹੋਇਆ ਕੋਸ਼ਿਸ਼ ਡੱਕਣ ਦੀ, ਤੇ ਬੇਅੰਤ ਸਿੰਘ ਨਾਟਵਾਨ ਗੱਭਰੂ ਕੈਨੇਡਾ ਵੀ ਖੇਡ ਆਇਆ ਹੈ ਮੇਰੇ ਵੀਰ, ਲੈ ਕੇ ਪੁਆਇੰਟ ਨਾਟਵਾਨ ਭੱਜਦਾ ਹੈ। ਅਗਲੀ ਕਬੱਡੀ ਕਪੂਰੇ ਪਿੰਡ ਦਾ ਅਮਰਜੀਤ ਸਿੰਘ ਗੇਜੀ ਪਾ ਰਿਹਾ ਹੈ ਖੇਡ ਦੇ ਮੈਦਾਨ, ਕਹਿੰਦੇ ਵੀ ਅਮਰਜੀਤ ਸਿੰਘ ਆਏ ਤੇ ਮਾਸ ਗੱਭਰੂ ਨੂੰ ਗੇਜੀ ਕਹਿ ਕੇ ਬਾਜ ਮਾਰਦੀ ਹੈ ਮੇਰੇ ਵੀਰ। ਉਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਗੱਲ ਜਿਹੜੀ ਸਮੇਂ ਦੀ ਹੈ, ਸਾਢੇ 12 ਤੇ 13 ਦਾ ਜਿਹੜਾ ਮੈਚ ਖੇਡਿਆ ਜਾ ਰਿਹਾ ਗਰਾਊਂਡ ਦੇ ਵਿੱਚ, ਸਾਡੇ ਦੋਨੇ ਟੀਮਾਂ ਧਿਆਨ ਦੇਣ, ਕਿਰਪਾ ਕਰਕੇ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਵੀ 12:30 ਤੇ 13 ਦਾ ਮੈਚ ਖੇਡਿਆ ਜਾ ਰਿਹਾ ਗਰਾਊਂਡ ਦੇ ਵਿੱਚ। ਲਓ ਸਾਹਮਣੇ ਦੇਖਦੇ ਹਾਂ ਵੀ ਨੌਜਵਾਨ ਇਸ ਵੇਲੇ ਕਾਲਾ ਬਾਂਦਰ ਡੋੜ ਵਾਲਾ ਲਾਹ ਤਗੜਾ ਜੱਫਾ ਬੱਲੇ ਬੱਲੇ ਕਰਵਾਉਂਦਾ ਹੋਇਆ ਆਪਣੀ ਟੀਮ ਦੇ ਲਈ। ਲਓ ਅਗਲੀ ਕਬੱਡੀ ਪਾਉਣ ਦੇ ਲਈ ਕਹਿੰਦੇ ਵੀ 2010 ਦੇ ਵਿੱਚ ਮੇਜਰ ਸਿੰਘ ਸਟੂਰ ਦੀ ਟੀਮ ਲਈ ਖੇਡਿਆ ਹੈ। ਨੌਜਵਾਨ ਕਹਿੰਦੇ ਵੀ ਨਾਲ ਸੇਮੇ ਵਰਗੇ ਸਾਡੇ ਵੀਰ, ਫੌਜੀ ਵਰਗੇ, ਗੁਰਪ੍ਰੀਤ ਵਰਗੇ, ਬੂਟੇ ਵਰਗਿਆਂ ਦਾ ਪਿੰਡ ਹੈ, ਕੁਲਵੀਰ ਵਰਗੇ ਜਿਹੜੇ ਸਿਰੇ ਦੇ ਪਲੇਅਰ ਪੈਦਾ ਕੀਤੇ ਨੇ ਭਲੂਰ ਦੀ ਧਰਤੀ ਨੇ, ਤੇ ਲੰਮਾ ਸਮਾਂ ਕਹਿੰਦੇ ਭਲੂਰ ਦੀ ਟੀਮ ਲਈ ਖੇਡਿਆ ਪੰਜਾਬ ਦੇ ਕਬੱਡੀ ਕੱਪਾਂ ਦੇ ਨਿਰਭੈ ਖੋਸੇ ਕੋਟਲੇ ਵਾਲਾ ਕਬੱਡੀ ਪਾ ਰਿਹਾ। ਚਾਰ ਜਾਫੀ ਹੈ, ਚਾਰਾਂ ਜਾਫੀਆਂ ਵਿੱਚੋਂ ਵੱਧ ਕੇ ਕੌਣ ਬੱਲੇ ਬੱਲੇ ਕਰਵਾਊ ਇਹ ਤੇ ਸਮੇਂ ਨੇ ਦੱਸਣਾ। ਲਓ ਸਾਹਮਣੇ ਇੱਕ ਮੁੰਡੇ ਨੇ ਕਹਿੰਦੇ ਵੀ ਵੱਧ ਕੇ ਘੇਰਾ ਕੱਤਿਆ। ਲਓ ਇੱਕ ਪਾਸੇ ਨਿਰਭੈ ਖੋਸੇ ਕੋਟਲੇ ਦੀ ਧਰਤੀ ਕਹਿੰਦੇ ਵੀ ਸੰਤ ਬਾਬਾ ਫਤਿਹ ਸਿੰਘ ਜੀਆਂ ਦੀ ਧਰਤੀ ਹੈ ਕਿ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜਿਹੜੇ ਮੂੰਹ ਚੋਂ ਵਾਕ ਨਿਕਲ ਗਏ ਉਹ ਬਿਰਥੇ ਨਹੀਂ ਜਾਣੇ, ਜਿਹੜੇ ਮੂੰਹ ਚੋਂ ਵਾਕ ਨਿਕਲ ਗਏ ਉਹ ਬਿਰਥੇ ਨਹੀਂ ਜਾਣੇ। ਖੋਸੇ ਨਿਰਭੈ ਖੋਸੇ ਕੋਟਲੇ ਵਾਲਾ ਪੁਆਇੰਟ ਬਾਂਦਰ ਡੋੜ ਦੀ ਟੀਮ ਲਈ ਜੋੜਦਾ ਹੋਇਆ। ਅਗਲੀ ਕਬੱਡੀ ਪਾਉਣ ਦੇ ਲਈ ਬੇਅੰਤ ਸਿੰਘ ਰਾਉਕੇ ਕਲਾਂ ਪਿੰਡ ਵਾਲਾ ਵਾਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ, ਸਾਹਮਣੇ ਚਾਰ ਜਾਫੀ ਜਿਹੜੇ ਬਾਂਦਰ ਡੋੜ ਦੀ ਧਰਤੀ ਦੇ ਹੈ, ਤੇ ਇਸ ਵੇਲੇ ਸੋਨਾ ਫੇਰ ਕੋਸ਼ਿਸ਼ ਕਰਦਾ ਗੱਲ ਸਮੇਂ ਦੀ ਹੈ ਮੇਰੇ ਵੀਰ, ਐਨ ਦੇਖਦਾ ਵੀ ਗੱਲ ਰਣ ਸਿੰਘ ਪਿੰਡ ਦਾ ਬਿੱਲਾ ਤੇ ਮਣੀ ਧੂੜ ਵਾਲਾ
ਨਾਲ ਦੇਵ ਦਿਆਲਪੁਰੇ ਵਾਲਾ ਤੇ ਪੁਆਇੰਟ ਰਾਉਤਾਲਾ ਪਿੰਡ ਦੇ ਬੇਅੰਤ ਸਿੰਘ ਦਾ। ਅਗਲੀ ਕਬੱਡੀ ਸਵਰਗਵਾਸੀ ਸਰਦਾਰ ਜਰਨੈਲ ਸਿੰਘ ਦੇ ਸਪੁੱਤਰ ਦੀ ਹੈ। ਮੇਰੇ ਵੀਰ ਅਮਰਜੀਤ ਸਿੰਘ ਨਾਂ ਹੈ ਤੇ ਮਾਂ ਗਬਰੂ ਨੂੰ ਗੇਜੀ ਕਹਿ ਕੇ ਆਵਾਜ਼ ਮਾਰਦੀ ਹੈ ਤੇ ਲੱਗਿਆਣੀਆਂ ਜੋਧੇ ਨੇ ਵੀ ਬੜਾ ਸੋਹਣਾ ਲਿਖਿਆ ਕਿ ਸੱਟਾਂ ਫੇਟਾਂ ਵੱਜ ਗਈਆਂ ਨੇ ਤਾਂ ਵੀ ਰੇਡਾ ਪਾਵੇ ਡੱਡੂ ਵਾਂਗੂ ਮਾਰ ਛੜੱਪਾ ਆਹ ਕੈਂਚੀ ਚੋਂ ਜਾਵੇ ਕਿ ਨਾਟ ਗਿਆਰਾਂ ਜਿੰਨੀ ਤਾਕਤ ਫੋੜ ਦੇ ਜਿੰਨੀ ਤੇਜ਼ੀ ਰੇਡਰ ਕਿਸੇ ਤੋਂ ਘੱਟ ਨੀ ਜੋਧਿਆ ਕਪੂਰੇ ਪਿੰਡ ਦਾ ਗੇਜੀ ਰੇਡਰ ਕਿਸੇ ਤੋਂ ਘੱਟ ਨੀ ਕਹਿੰਦੇ ਕਪੂਰੇ ਪਿੰਡ ਦਾ ਗੇਜੀ। ਇਸੇ ਲਈ ਗੱਭਰੂ ਰਾਉਕੇ ਕਲਾ ਪਿੰਡ ਵਾਲਾ ਕਬੱਡੀ ਪਾ ਰਿਹਾ ਤੇ ਖੋਸੇ ਕੋਟਲੇ ਪਿੰਡ ਦੇ ਅਮਰੀਕ ਸਿੰਘ ਨੇ ਸਿਫਤ ਕਰਨੀ ਹੈ ਇਸ ਨੌਜਵਾਨ ਗੱਭਰੂ ਦੀ ਪਾਈ ਹੋਈ ਕਬੱਡੀ ਦੀ। ਲਓ ਸਾਹਮਣੇ ਹੁਣ ਚਾਰ ਜਾਫੀ ਹੈ ਸੋਨਾ ਕਹਿੰਦੇ ਵੀ ਬਾਂਦਰ ਡੋਰ ਦੀ ਧਰਤੀ ਦਾ ਸਵੇਰੇ ਦਾ ਪਲੇਅਰ ਹੈ ਪਹਿਲਾਂ ਕਹਿੰਦੇ ਵੀ ਵਜਨੀ ਕਬੱਡੀ ਖੇਡੀ ਹੈ ਲੰਮਾ ਸਮਾਂ ਬੱਲੇ ਬੱਲੇ ਕਰਵਾਈ ਤੇ ਹੋਰ ਕਹਿੰਦੇ ਵੀ ਓਪਨ ਭਾਰ ਦੇ ਵਿੱਚ ਸਿਰੇ ਦੇ ਜਾਫੇ ਲਾਉਂਦਾ ਹੈ ਸੋਨਾ ਬਾਂਦਰ ਡੋਰ ਵਾਲਾ ਕਹਿੰਦੇ ਵੀ ਸਿਰੇ ਦਾ ਪਲੇਅਰ ਹੈ ਨਿਰਭੈ ਕਹਿੰਦੇ ਵੀ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਲਓ ਸਾਹਮਣੇ ਖੋਸੇ ਕੋਟਲੇ ਵਾਲੇ ਦੀ ਪਾਈ ਹੋਈ ਕਬੱਡੀ ਤੇ ਚਾਰ ਜਾਫੀ ਕਹਿੰਦੇ ਵੀ ਰਾਉਕਿਆਂ ਦੀ ਧਰਤੀ ਦੇ ਹੈ ਹੁਣ ਕੌਣ ਜੱਫਾ ਲਾ ਕੇ ਬੱਲੇ ਬੱਲੇ ਕਰਵਾਊ ਆਪਣੀ ਟੀਮ ਦੇ ਲਈ। ਲਓ ਸਾਹਮਣੇ ਕਹਿੰਦੇ ਵੀ ਪੋਲੇ ਪੋਲੇ ਕਦਮ ਵਿਰੋਧੀਆਂ ਦੇ ਵਿਹੜੇ ਵੱਧਦੇ ਜਾ ਰਹੇ ਨੇ ਇੱਕ ਦੇ ਕਹਿੰਦੇ ਵੱਧ ਕੇ ਕੋਸ਼ਿਸ਼ ਕੀਤੀ ਹੈ ਪਰ ਪੁਆਇੰਟ ਜਿਹੜਾ ਖੋਸੇ ਕੋਟਲੇ ਵਾਲਾ ਨਿਰਭੈ ਆਪਣੀ ਟੀਮ ਲਈ ਜੋੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਅਗਲੀ ਕਬੱਡੀ ਬੇਅੰਤ ਸਿੰਘ ਅਗਲੀ ਕਬੱਡੀ ਇਸੇ ਲਈ ਖੇਡ ਦੇ ਮੈਦਾਨ ਦੇ ਵਿੱਚ ਰਾਉਕੇ ਕਲਾ ਪਿੰਡ ਦਾ ਬੇਅੰਤ ਸਿੰਘ ਪਾ ਰਿਹਾ ਹੈ ਖੇਡਿਆ ਸਿਕੰਦਰ ਗਰੇਵਾਲ ਹੁਣਾਂ ਦੀ ਟੀਮ ਲਈ ਮੇਰੇ ਵੀਰੋ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ। ਅਵਤਾਰ ਸਿੰਘ ਜੀ ਮੈਂਬਰ ਸਾਡੇ ਸਤਿਕਾਰਯੋਗ ਬਲਜੀਤ ਸਿੰਘ ਜੀ ਗੈਲੋਂ ਦੇ ਨਾਲ ਸੰਪਰਕ ਕਰ ਲੈਣ ਅਵਤਾਰ ਸਿੰਘ ਜੀ ਮੈਂਬਰ ਬਲਜੀਤ ਸਿੰਘ ਜੀ ਹੁਣਿਆਂ ਦੇ ਨਾਲ ਸੰਪਰਕ ਕਰ ਲੈਣ ਅਵਤਾਰ ਸਿੰਘ ਜੀ ਮੈਂਬਰ ਮੇਰੀ ਬੇਨਤੀ ਹੈ। ਲਓ ਇਸੇ ਲਈ ਸਟੇਜ ਦੇ ਉੱਪਰ ਬੈਠੀਆਂ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਦਾ ਬੜਾ ਧੰਨਵਾਦ ਹੈ। ਲੱਕਪੂਰੇ ਪਿੰਡ ਹੈ ਸਰਦਾਰ ਗੁਰਬੰਸ ਸਿੰਘ ਜੀ ਚੇਅਰਮੈਨ ਸਾਹਿਬ ਹੋਣੀ ਬੈਠੇ ਨੇ ਤੇ ਗੇਜੀ ਕਬੱਡੀ ਪਾ ਰਿਹਾ ਹੈ ਚਾਰ ਜਾਫੀ ਬਿਲਕੁਲ ਤਿਆਰ ਨੇ ਮੇਰੇ ਵੀਰ ਰਾਉਕੇ ਕਲਾ ਪਿੰਡ ਕਹਿੰਦੇ ਏਰੀਆ ਬੱਦਰੀ ਕਲਾਂ ਦਾ ਤੇ ਬਿਲਕੁਲ ਕਹਿੰਦੇ ਜ਼ਿਲ੍ਹੇ ਬਠਿੰਡੇ ਦੀ ਹੱਦ ਤੇ ਵਸਿਆ ਪਿੰਡ ਹੈ ਦੇਵ ਦਿਆਲਪੁਰੇ ਵਾਲੇ ਦਾ ਮਾਰਦਾ ਵਿਸਲ ਤੇ ਇਸੇ ਲਈ ਪੁਆਇੰਟ ਕਹਿੰਦੇ ਰੇਡਰ ਦੇ ਇਸੇ ਜੁੜਦਾ ਹੋਇਆ ਕਿ ਧਾਵੀ ਦੇ ਲਈ ਭਾ ਜ਼ਰੂਰੀ ਜਾਫੀ ਦੇ ਹੱਥ ਪੱਕੇ ਵਧੀਆ ਉਹ ਜਾਫੀ ਜਿਹੜਾ ਉੜਦੀ ਰੇਡ ਤੇ ਨੱਪੇ ਕਿਹੜੇ ਜਾਫੀ ਨੇ ਉੜਦੀ ਰੇਡ ਨੂੰ ਨੱਪਣਾ ਹੈ ਗੱਲ ਆਪਾਂ ਸਮੇਂ ਦੀ ਕਰਨੀ ਹੈ ਕਬੱਡੀ ਖੇਡਣ ਦੇ ਲਈ ਮਿਹਨਤ ਕਰਨੀ ਪੈਂਦੀ ਹੈ ਮੁਸ਼ਕਲ ਕਰਨੀ ਪੈਂਦੀ ਹੈ ਘਾਲਣਾ ਘਾਲਣੀ ਪੈਂਦੀ ਹੈ ਮੇਰੇ ਵੀਰ ਕਬੱਡੀ ਦੇ ਸਟਾਰ ਬਣਨ ਦੇ ਲਈ ਤੇ ਇਸੇ ਲਈ ਜਾਫੀ ਸੋਨੇ ਨੇ ਜੱਫਾ ਲਾ ਦਿੱਤਾ ਹੈ ਬਾਂਦਰ ਡੋਡ ਪਿੰਡ ਵਾਲਾ ਸੋਨਾ ਇਸੇ ਲਈ ਲਾ ਕੇ ਜੱਫਾ ਆਪਣੀ ਟੀਮ ਦੇ ਲਈ ਬੱਲੇ ਬੱਲੇ ਕਰਵਾਉਂਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਖੋਸੇ ਕੋਟਲੇ ਪਿੰਡ ਦਾ ਨਿਰਭੈ ਸਿੰਘ ਨੌਜਵਾਨ ਗੱਭਰੂ ਕਰਦਾ ਹੋਇਆ ਤਿਆਰੀ ਖੇਡ ਦੇ ਮੈਦਾਨ ਦੇ ਵਿੱਚ। ਖੋਸਾ ਕੋਟਲਾ ਪਿੰਡ ਕਹਿੰਦੇ ਬੰਤ ਬਾਬਾ ਫਤਿਹ ਸਿੰਘ ਦੀ ਵੱਡੀ ਅਪਾਰ ਕਿਰਪਾ ਤੇ ਖੋਸਾ ਵਾਲੇ ਨਿਰਭੈ ਦਾ ਮੇਰੇ ਵੀਰ ਛੋਟਾ ਵੀਰ ਇਸੇ ਲਈ ਕਬੱਡੀ ਪਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਖੋਸਾ ਵਾਲੇ ਅਮਰੀਕ ਦਾ ਛੋਟਾ ਵੀਰ ਹੈ ਇਸੇ ਲਈ ਖੋਸੇ ਕੋਟਲੇ ਪਿੰਡ ਦਾ ਨਿਰਭੈ ਕਬੱਡੀ ਪਾਉਂਦਾ ਹੋਇਆ ਪਹਿਲੇ ਸਾਲ ਖੇਡਿਆ 70 ਕਿਲੋ ਭਾਰ ਦੇ ਵਿੱਚ ਮੇਰੇ ਵੀਰ ਮੇਧਰ ਭਰੂੜਨ ਦੀ ਟੀਮ ਲਈ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ। ਲਾ ਇਸੇ ਲਈ ਨਿਰਭੈ ਦੀ ਕਬੱਡੀ ਹੈ ਤੇ ਖਹਿਰਾ ਰਾਉਕੇ ਪਿੰਡ ਵਾਲਾ ਖੁੱਚ ਪੱਟਣ ਦੀ ਕੋਸ਼ਿਸ਼ ਕਰਦਾ ਹੈ ਤੇ ਪੁਆਇੰਟ ਇਸੇ ਲਈ ਰੇਡਰ ਦਾ ਪਿੱਛੋਂ ਦੀ ਧਰਤੀ ਦਾ ਸ਼ੀਰਾ ਆਇਆ ਅੱਜ ਕਹਿੰਦੇ ਪੁਰਾਣੇਵਾਲ ਦੀ ਟੀਮ ਲਈ ਬੱਲੇ ਬੱਲੇ ਕਰਵਾਉਣੀ ਹੈ ਰੌਲੀ ਪਿੰਡ ਦੇ ਹਰਪ੍ਰੀਤ ਸਿੰਘ ਬੰਬ ਨੇ ਮਨਜਿੰਦਰ ਵਰਗੇ ਛਿੰਦਿਓਣੀ ਗੁਰਬੀਤ ਹੋਣੀ ਤੇ ਵੱਡਾ ਨਾਂ ਹੈ ਕਹਿੰਦੇ ਸਰਦਾਰ ਲਕਸ਼ਮਣ ਸਿੰਘ ਗਿੱਲ ਦੇ ਸਪੁੱਤਰ ਦਾ ਗੱਲ ਨਿੱਕੇ ਦੀ ਕਰਨੀ ਹੈ ਨਾਲ ਗੱਲ ਪੁਰਾਣੇਵਾਲ ਪਿੰਡ ਦੇ ਪ੍ਰੀਤਮ ਦੀ ਹੈ ਇਸੇ ਲਈ ਕਬੱਡੀ ਬੇਅੰਤ ਦੀ ਤੇ ਗੱਲ ਜਿਹੜੀ ਖੋਸੇ ਕੋਟਲੇ ਪਿੰਡ ਦੇ ਅਮਰੀਕ ਨੇ ਕਰਨੀ ਹੈ। ਲਓ ਸਾਹਮਣੇ ਬੇਅੰਤ ਕਹਿੰਦੇ ਵੀ ਰਾਉਕਿਆਂ ਦੀ ਧਰਤੀ ਦਾ ਕਬੱਡੀ ਪਾ ਰਿਹਾ ਨੌਜਵਾਨ ਖੇਡ ਦੇ ਮੈਦਾਨ ਦੇ ਵਿੱਚ ਤੇ ਸੋਨਾ ਬਾਂਦਰ ਡੋਡ ਵਾਲਾ ਕਰਦਾ ਕੋਸ਼ਿਸ਼ ਪਰ ਪੁਆਇੰਟ ਜਿਹੜਾ ਬੇਅੰਤ ਰਾਉਕੇ ਵਾਲਾ ਆਪਣੀ ਟੀਮ ਲਈ ਜੋੜਦਾ ਹੋਇਆ ਅਮਰਜੀਤ ਸਿੰਘ ਗੇਜੀ
ਜੀ ਕਹਿੰਦੇ ਵੀ ਕਪੂਰਿਆਂ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਚਾਰ ਜਾਸੀ ਹੈ, ਚਾਰੇ ਜਾਸੀ ਕਹਿੰਦੇ ਪਿੱਛੇ ਨੂੰ ਹਟਦੇ ਜਾ ਰਹੇ ਨੇ, ਹਲਕਾ ਹਲਕਾ ਪਰਛਾਵਾਂ ਵੀ ਪਿੱਛੇ ਨੂੰ ਹਟਿਆ। ਲਓ ਅਮਰਜੀਤ ਗੇਜੀ ਦੀ ਪਾਈ ਹੋਈ ਕਬੱਡੀ, ਕਹਿੰਦੇ ਵੀ ਕਪੂਰੇ ਪਿੰਡ ਹੈ ਪਰ ਵਾਂਦਰ ਡੋਟ ਵਾਲਿਆਂ ਨੇ ਆਪਣੀ ਟੀਮ ਦਾ ਵੱਡਾ ਹਿੱਸਾ ਬਣਾ ਲਿਆ ਇਸ ਨੌਜਵਾਨ ਖਿਡਾਰੀ ਨੂੰ। ਲਓ ਸਾਹਮਣੇ ਖਹਿਰੇ ਨੇ ਬੜੀ ਵਧੀਆ ਕੋਸ਼ਿਸ਼ ਕੀਤੀ ਹੈ ਤੇ ਪੁਆਇੰਟ ਜਿਹੜਾ ਕਹਿੰਦੇ ਵੀ ਵਾਂਦਰ ਡੋਟ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਨਾਲ ਪੰਜਾਬ ਲਾਈਵੰਦ ਵਾਲੇ ਵੀਰਾਂ ਦਾ ਵੀ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਕਿ ਨੈੱਟ ਦੇ ਉੱਤੇ ਜੋੜਿਆਂ ਨੂੰ ਸਵਾਦ ਆਉਂਦਾ ਇਹ ਬਾਲਾ, ਕੱਲਾ ਕੱਲਾ ਚਿਹਰਾ ਦਿਖਾਈ ਜਾਂਦਾ ਘੱਲਾ ਵਾਲਾ, ਗਗਨ ਫੋਟੋਆਂ ਖਿੱਚਦਾ ਕਿਹੜਾ ਰੇਡ ਖਿਡਾਰੀ ਜਾਂਦਾ, ਗੱਡੀ 'ਚ ਬੈਠਾ ਇੰਦਰਜੀਤ ਵੀ ਲੈਪਟਾਪ ਤੇ ਉਂਗਲਾਂ ਮਾਰੀ ਜਾਂਦਾ, ਵਿੱਚ ਵਿਦੇਸ਼ਾਂ ਬੈਠੇ ਮਿੱਤਰੋਂ ਲੈਂਦੇ ਲੋਕ ਨਜ਼ਾਰੇ, ਹੈਪੀ ਗਗਨ ਤੇ ਨੀਟੇ ਦੇ ਆਪਾਂ ਜਾਈਏ ਵਾਰੇ ਵਾਰੇ, ਹੁਣ ਸਿਫਤਾਂ ਹੁੰਦੀਆਂ ਇਹਨਾਂ ਦੇ ਕੀਤੇ ਕੰਮ ਦੀਆਂ, ਚਾਰ ਚੁਫੇਰੇ ਧੁੰਮਾਂ ਪੰਜਾਬ ਲਾਈਵ ਵੰਨ ਦੀਆਂ, ਹੁਣ ਚਾਰ ਚੁਫੇਰੇ ਧੁੰਮਾਂ ਪੰਜਾਬ ਲਾਈਵ ਵੰਨ ਦੀਆਂ। ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸਾਡੇ ਡਰੋਲੀ ਭਾਈ ਵਾਲੇ ਸਤਿਕਾਰਯੋਗ ਵੀਰ ਹੈ ਗਗਨ ਉਹਦੀ ਹੈਪੀ ਉਹਦੀ ਨੀਟੇ ਉਹਦੀ ਸਾਡੇ ਵੀਰ ਇੰਦਰਜੀਤ ਉਹਦੀ ਤੇ ਘੱਲਾਂ ਵਾਲਾ ਜੱਸ ਕਹਿੰਦੇ ਵੀ ਪੂਰੀ ਦੁਨੀਆਂ ਦੇ ਵਿੱਚ ਤਸਵੀਰ ਭੇਜੀ ਜਾ ਰਿਹਾ ਇਸ ਕਬੱਡੀ ਕੱਪ ਦੀ। ਲਓ ਬਾਰਡਰਲੈਂਡ ਟੱਚ ਹੋਈ ਹੈ ਤੇ ਸਾਡਾ ਵੀਰ ਬੂਟਾ ਪਮਾਲ ਵਾਲਾ ਇਸ਼ਾਰਾ ਕਰਦਾ ਵੀ ਪੁਆਇੰਟ ਕਿਹੜਾ ਵਾਂਦਰ ਡੋਟ ਦੀ ਟੀਮ ਦੇ ਉਸੇ ਹੈ। ਨਾਲ ਹੀ ਸਾਡੇ ਵੀ ਥਾਣਾ ਗਿੱਲ ਜੀ, ਸਾਡੇ ਵੀ ਨੋਨੇ ਗਿੱਲ ਉਹਦੀ ਨਿੱਕੇ ਗਿੱਲ ਉਹਦੀ ਬੈਠੇ ਨੇ ਯੂਐਸਏ ਦੇ ਵਿੱਚ। ਇਹਨਾਂ ਵੀਰਾਂ ਨੇ ਆਪਣੇ ਪਿਤਾ ਦੀ ਯਾਦ ਵਿੱਚ ਜਿਹੜਾ ਫਸਟ ਪ੍ਰਾਈਜ਼ ਦਿੱਤਾ, ਬੋਲਣ ਤੋਂ ਕੁਛ ਹੋ ਕੇ ਬੰਦੇ ਮਾਣ ਦੇ ਰਹੇ ਨੇ। ਨਾਲ ਹੀ ਸਰਦਾਰ ਅਮਰਜੀਤ ਸਿੰਘ ਜੀ ਸਰਪੰਚ ਨਾਮੇ ਵਾਲੇ ਵੀ ਵਿਸ਼ੇਸ਼ ਤੌਰ ਤੇ ਆਏ ਨੇ। ਸਮੁੱਚੀ ਪੈਰਾਮੋਟ ਸਪੋਰਟਸ ਕਲੱਬ ਵੱਲੋਂ ਜਿਵੇਂ ਆਖਿਆ ਜਾਂਦਾ ਹੈ ਸਰਦਾਰ ਅਮਰਜੀਤ ਸਿੰਘ ਜੀ ਸਰਪੰਚ ਨਾਮੇ ਵਾਲੇ ਨਾਲ ਜਿਹੜੀ ਸਮੁੱਚੀ ਗ੍ਰਾਮ ਪੰਚਾਇਤ ਆਈ ਹੈ, ਵੱਡਾ ਧੰਨਵਾਦ ਹੈ ਸਮੁੱਚੀ ਪੈਰਾਮੋਟ ਸਪੋਰਟਸ ਕਲੱਬ ਵੱਲੋਂ ਇਹਨਾਂ ਵੀਰਾਂ ਦਾ। ਜਿਵੇਂ ਸਾਡੇ ਵੀ ਅਮਰੀਕ ਨੇ ਦੱਸਿਆ ਵੀ ਪੰਜਾਬ ਲਾਈਵਨ.com ਜਿਹੜੀ ਮੇਰੇ ਵੀਰੋ ਥੋੜੇ ਜਿਹੇ ਸਮੇਂ ਦੇ ਵਿੱਚ ਪ੍ਰਸਿੱਧੀ ਹਾਸਲ ਕਰ ਗਈ ਹੈ, ਥੋੜੇ ਜਿਹੇ ਸਮੇਂ ਦੇ ਵਿੱਚ ਜਿਹੜੀ ਪੰਜਾਬ ਭਰ ਦੀ ਸਭ ਤੋਂ ਜਿਹੜੀ ਪਾਪੂਲਰ ਵੈਬਸਾਈਟ ਬਣ ਚੁੱਕੀ ਹੈ ਪੰਜਾਬ ਲਾਈਵਨ.com ਦੇ ਜ਼ਰੀਏ। ਅੱਜ ਕੱਲੀ ਕੱਲੀ ਕਬੱਡੀ ਜਾ ਰਹੀ ਪੂਰੀ ਦੁਨੀਆਂ ਦੇ ਵਿੱਚ ਤੇ ਕਪੂਰੇ ਪਿੰਡ ਦਾ ਸਵਰਗਵਾਸੀ ਜਰਨੈਲ ਸਿੰਘ ਦਾ ਸਪੁੱਤਰ ਗੇਜੀ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ, ਕਹਿੰਦੇ ਵੀ ਇਸ ਵੇਲੇ ਰਾਉ ਕੇ ਗਲਾ ਪਿੰਡ ਦਾ ਖਹਿਰਾ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਬੱਲੇ ਬੱਲੇ ਕਰਵਾ ਰਿਹਾ ਹੈ। ਦਿਆਲਪੁਰੇ ਪਿੰਡ ਦੇ ਗੁਰਦੇਵ ਸਿੰਘ ਦੇਵ ਨੇ ਵਿਸਲ ਮਾਰੀ ਹੈ ਵੀ ਪੁਆਇੰਟ ਇਸ ਵੇਲੇ ਜਾਫੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ। ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਵਾਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਕਿ ਦਰਸ਼ਕ ਹੋਵੇ ਭਾਵੇਂ ਹੋਵੇ ਕੋਈ ਖਿਡਾਰੀ, ਲੱਗੇ ਨਾ ਕਿਸੇ ਨੂੰ ਭੈੜੀ ਨਸ਼ੇ ਦੀ ਬਿਮਾਰੀ, ਇੱਕ ਵਾਰੀ ਸ਼ੌਂਕ ਨਾ ਜੇ ਪੈ ਜੇ ਚਸਕਾ ਤੇ ਜਾਂਦੀ ਹੈ ਨੀ ਫੇਰ ਆਦਤਾਂ ਹੀ ਛੱਡੀਆਂ, ਲੱਕੜੀ ਨੂੰ ਖਾਂਦਾ ਜਿਵੇਂ ਘੁਣ ਜੋਦਿਆ ਤੇ ਹੌਲੀ ਹੌਲੀ ਨਸ਼ਾ ਖਾ ਜਾਂਦਾ ਹੱਡੀਆਂ। ਅਗਲਾ ਜਿਹੜਾ ਮੈਚ ਬੁੱਗੀਪੁਰਾ ਤੇ ਮੇਰੇ ਵੀਰੋ ਪੁਰਾਣੇ ਵਾਲ ਦੀ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਹੈ, ਇਸੇ ਲਈ ਸਾਹਮਣੇ ਨੌਜਵਾਨ ਗੱਭਰੂ ਧਾਵੀ ਡੱਕਿਆ ਜਾ ਚੁੱਕਿਆ ਹੈ ਪੁਆਇੰਟ ਕਹਿੰਦੇ ਜਾਫੀ ਦੇ ਹਿੱਸੇ ਜੁੜਦਾ ਹੋਇਆ। ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਖੋਸੇ ਕੋਟਲੇ ਪਿੰਡ ਦਾ ਨਿਰਭੈ ਸਿੰਘ ਵਾਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਲਓ ਸਾਹਮਣੇ ਨਿਰਭੈ ਦੀ ਪਾਈ ਹੋਈ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਦੇਖਾਂਗੇ। ਇੱਕ ਪਾਸੇ ਕਹਿੰਦੇ ਵੀ ਖਹਿਰਾ ਸਿਰੇ ਦਾ ਜਾਫੀ ਹੈ, ਨਾਲ ਜਿਹੜੇ ਤਿੰਨ ਛੋਟੇ ਵੱਡੇ ਵੀਰ ਹੈ ਹੁਣ ਚਾਰਾਂ ਦੇ ਵਿੱਚੋਂ ਵੱਧ ਕੇ ਕਹਿੰਦੇ ਵੀ ਕੌਣ ਜੱਫਾ ਲਾਊ, ਕੌਣ ਬੱਲੇ ਬੱਲੇ ਕਰਵਾਊ ਆਪਣੀ ਟੀਮ ਦੇ ਲਈ ਕਿ ਖੇਡ ਦੇ ਮੈਦਾਨ ਵਿੱਚ ਖਿੱਚਦੀ ਲਕੀਰ ਅੱਜ ਪਤਾ ਲੱਗੂ ਕਿਹਦਾ ਤਕੜਾ ਸਰੀਰ, ਖਿੱਡੂ ਸੱਪੇ ਵਾਂਗੂ ਪਾ ਦਿਓ ਕਬੱਡੀਆਂ, ਜਿੱਤਣ ਨਹੀਂ ਦੇਣੇ ਹੋਰ ਮਿੱਤਰੋ। ਆਓ ਸਾਹਮਣੇ ਪਿਆ ਕੱਪ ਕਿਹਨੇ ਚੁੰਮਣਾ, ਲਾ ਕੇ ਡੌਲਿਆ ਪੱਟਾਂ ਦਾ ਪੂਰਾ ਜ਼ੋਰ ਮਿੱਤਰੋ। ਆਓ ਸਾਹਮਣੇ ਪਿਆ ਕੰਮ ਕੀ ਕੱਪ ਕਿਹਨੇ ਚੁੰਮਣਾ, ਲਾ ਕੇ ਡੌਲਿਆ ਪੱਟਾਂ ਦਾ ਪੂਰਾ ਜ਼ੋਰ ਮਿੱਤਰੋ। ਇਹ ਕਹਿੰਦੇ ਢਲਦੀ ਹੈ ਸ਼ਾਮਾਂ ਦੇ ਨਾਲ ਕਿਹੜੇ ਫੈਸਲੇ ਹੋਣੇ ਆ, ਵੀ ਕਿਹਦੇ ਘਰ ਦਾ ਸ਼ਿੰਗਾਰ ਬੜੂ। ਆਓ ਸੋਹਣੇ ਰੰਗਾ ਕੱਪ, ਪਹਿਲੇ ਸਾਲ ਆਹ ਮੁੰਡਾ ਕਹਿੰਦੇ ਵੀ ਚੂੜ ਚੱਕ ਵਾਲੇ ਗੁਰਮੀਤ ਦੀ ਟੀਮ ਲਈ ਖੇਡਿਆ, ਪ੍ਰੈਸ ਜੋਜ ਵੱਲੋਂ ਖੇਡਿਆ, ਜੋਤੀ ਸਮਰੇ ਦੀ ਟੀਮ ਲਈ, ਸ਼ਿਕੰਦਰ ਗਰੇਵਾਲ ਦੀ ਟੀਮ ਲਈ, ਦੁਆਬੀਆ ਸੁਰਜੀਤ ਦੀ ਟੀਮ ਲਈ ਖੇਡਿਆ। ਲਓ ਕਹਿੰਦੇ ਸਰੀਰ ਸਾਂਭਲੇ ਮੁੰਡਿਆਂ ਨੇ, ਮਾਪਿਆਂ ਦੀਆਂ ਗੱਲਾਂ ਮੰਨੀਆਂ, ਦੁਨੀਆ ਕਰਦੀ ਗੱਲਾਂ ਉਹਨੇ ਟੌਪ ਦੀਆਂ ਨੇ ਕੰਨੀਆਂ, ਪਤਾ ਨਹੀਂ ਲੱਗਦਾ ਕਾਲਾ ਕਦੋਂ ਲੱਤਾਂ ਦੇ ਵਿੱਚ ਵੜ ਜਾਂਦਾ ਤੇ ਫਿਰ ਸੂਤ ਹਿੱਲਣ ਨਹੀਂ ਦਿੰਦਾ, ਸੋਨਾ ਮੂਹਰੇ ਖੜ ਜਾਂਦਾ, ਫਿਰ ਸੂਤ ਹਿੱਲਣ ਨਹੀਂ ਦਿੰਦਾ, ਸੋਨਾ ਮੂਹਰੇ ਖੜ ਜਾਂਦਾ। ਸਾਡੇ ਵੀ ਦੇਵੀ ਮਹਿੰਦੀ ਤੇ ਹੀਤੀ ਹੋਣੀ
ਉਹ ਵੀ ਕੈਨੇਡਾ ਦੇ ਵਿੱਚ ਬੈਠੇ ਇਹਨਾਂ ਮੈਚਾਂ ਦਾ ਲਾਈਵ ਆਨੰਦ ਮਾਣ ਰਹੇ ਨੇ। ਵੱਡਾ ਧੰਨਵਾਦ ਹੈ ਇਸ ਵੇਲੇ ਪੂਰੇ ਪਿੰਡ ਦਾ ਅਮਰਜੀਤ ਸਿੰਘ ਗੇਜੀ ਕਬੱਡੀ ਪਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ। ਸਾਹਮਣੇ ਖੈਰੇ ਨੇ ਫੇਰ ਖੁੱਚ ਪੱਟ ਲਈ ਹੈ, ਔਖੀ ਹੁੰਦੀ ਹੈ ਕਬੱਡੀ ਵਿੱਚ ਖੁੱਚ ਪੱਟਣੀ ਤੇ ਲਾਉਣੀ ਔਖੀ ਧਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਖਾ ਕੇ ਖੁਰਾਕ ਮਿੱਤਰੋ। ਲੈ ਵੱਜਦਾ ਪੰਪ ਕੇ ਸੋਨੂ ਦਾ ਜੰਪ, ਦੁੱਲੇ ਦਾ ਪੰਪ, ਸੁਖਵੀਰ ਦੀ ਭਾਜ ਤੇ ਭੀਮ ਦਾ ਡਾਜ, ਇਹ ਚਾਰੇ ਦਿਲ ਨੂੰ ਲੁੱਟਦੇ ਨੇ। ਜਾਪੀ ਦੌਦਰ ਦਾ ਬਰਿੰਦਰ, ਪਿੱਛੋਂ ਦਾ ਸ਼ੀਰਾ, ਰੇਡਰ ਪੂਰੇ ਕਰਕਟ ਸੁੱਟਦੇ ਨੇ। ਜਾਪੀ ਦੌਦਰ ਦਾ ਬਰਿੰਦਰ, ਪਿੱਛੋਂ ਦਾ ਸ਼ੀਰਾ। ਇਸ ਜਾਪੀ ਲਈ ਮੇਰੇ ਵੀਰ ਜਿਹੜੇ ਵੱਡੇ ਮਾਣ ਪਿਆਰ ਭੇਜ ਰਹੇ ਨੇ ਸਾਡੇ ਵੀਰ, ਵੱਡਾ ਧੰਨਵਾਦ ਹੈ। ਲਾ ਇਸ ਵੇਲੇ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਬੇਅੰਤ ਸਿੰਘ ਰਾਓ ਕੇ ਕੱਲਾ ਪਿੰਡ ਵਾਲਾ ਕਰਦਾ ਹੋਇਆ ਤਿਆਰੀ ਖੇਡਿਆ ਮੇਰੇ ਵੀਰ ਸਿਕੰਦਰ ਗਰੇਵਾਲ ਹੁਣ ਦੀ ਟੀਮ ਲਈ। ਮੇਰੇ ਵੀਰ ਲਾ ਸਾਹਮਣੇ ਇਸ ਵੇਲੇ ਗੱਭਰੂ ਨੇ ਕਬੱਡੀ ਪਾ ਦਿੱਤੀ ਹੈ। ਲਓ ਦੇਖਾਂਗੇ ਸਾਹਮਣੇ ਸਰਦਾਰ ਅਮਰਜੀਤ ਸਿੰਘ ਜੀ ਸਰਪੰਚ ਗਾਵੇ ਵਾਲੇ, ਉਹ 1100 ਰੁਪਇਆ ਸਾਡੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਨੂੰ ਦੇ ਰਹੇ ਨੇ। ਵੱਡਾ ਧੰਨਵਾਦ ਹੈ ਸਰਦਾਰ ਅਮਰਜੀਤ ਸਿੰਘ ਜੀ ਸਰਪੰਚ ਗਾਵੇ ਵਾਲੇ, 1100 ਰੁਪਇਆ ਦੇ ਰਹੇ ਨੇ ਸਾਡੀ ਕਲੱਬ ਨੂੰ। ਇਸ ਵੇਲੇ ਸੋਨਾ ਵਾਂਦਰ ਡੋਡ ਪਿੰਡ ਦਾ ਤੇ ਪੁਆਇੰਟ ਇਸ ਵੇਲੇ ਰਾਓ ਕੇ ਕਲਾਂ ਪਿੰਡ ਦੇ ਬੇਅੰਤ ਦਾ। ਅਗਲੀ ਕਬੱਡੀ ਖੋਸੇ ਕੋਟਲੇ ਪਿੰਡ ਦੇ ਨਿਰਭੈ ਸਿੰਘ ਨੌਜਵਾਨ ਗੱਭਰੂ ਦੀ ਹੈ। ਲਓ ਸਾਹਮਣੇ ਨਿਰਭੈ ਦੀ ਪਾਈ ਹੋਈ ਕਬੱਡੀ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਹੈ। ਚਾਰ ਜਾਫੀ ਦੇਖਾਂਗੇ ਵੀ ਵੱਧ ਕੇ ਕੌਣ ਬੱਲੇ ਬੱਲੇ ਕਰਵਾਊ। ਲਓ ਸਾਹਮਣੇ ਦੇਖਦੇ ਆ ਵੀ ਨਿਰਭੈ ਦੀ ਪਾਈ ਹੋਈ ਕਬੱਡੀ ਦੇ ਸਾਹਮਣੇ ਰਾਓ ਕੇ ਪਿੰਡ ਵਾਲਾ ਖਹਿਰਾ ਕਹਿੰਦੇ ਵੀ ਮੁੰਡਾ ਬੜਿੰਗ ਵਾਲ ਪਾ ਕੇ ਬਹਿ ਗਿਆ। ਲਓ ਸਾਹਮਣੇ ਕਹਿੰਦੇ ਵੀ ਲੱਗਦਾ ਹੋਇਆ ਜੋਰ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਸਮਾਂ ਬੀਤਦਾ ਜਾ ਰਿਹਾ। ਹੁਣ ਕੌਣ ਜੱਸਾ ਲਾ ਕੇ ਬੱਲੇ ਬੱਲੇ ਕਰਵਾਊ ਆਪਣੀ ਟੀਮ ਦੇ ਲਈ। ਇੱਥੇ ਰੱਖ ਊਠਾਂ ਵਾਲੇ ਲੈ ਗਏ ਲੁੱਟ ਕੇ, ਸੱਸੀ ਆਰ ਦੀ ਰਹੀ ਨਾ ਲੋਕੋ ਪਾਰ ਦੀ, ਵੀ ਊਠਾਂ ਵਾਲੇ ਲੈ ਗਏ ਲੁੱਟ ਕੇ। ਪੁਆਇੰਟ ਕਹਿੰਦੇ ਵੀ ਸਾਂਝਾ ਹੋ ਗਿਆ, ਪੁਆਇੰਟ ਕਾਮਨ ਹੈ। ਹੁਣ ਅਗਲੀ ਪਾਈ ਹੋਈ ਕਬੱਡੀ ਤੇ ਹਰਦੀਪ ਕੋਕਰੀ ਵਾਲਾ ਕਹਿੰਦੇ ਵੀ ਸਿਫਤ ਕਰੇਗਾ ਇਸ ਨੌਜਵਾਨ ਖਿਡਾਰੀ ਦੀ ਖੇਡ ਦੇ ਮੈਦਾਨ ਦੇ ਵਿੱਚ। ਅਗਲੀ ਕਬੱਡੀ ਪਾਉਣ ਦੇ ਲਈ ਰਾਓ ਕੇ ਕਲਾ ਪਿੰਡ ਦਾ ਬੇਅੰਤ ਸਿੰਘ ਨੌਜਵਾਨ ਗੱਭਰੂ ਵਾਧਾ ਹੋਇਆ, ਜਿੱਥੇ ਅੱਜ ਵਿਸ਼ੇਸ਼ ਮਾਨ ਸਨਮਾਨ ਰੌਲੀ ਪਿੰਡ ਦੇ ਹਰਪ੍ਰੀਤ ਸਿੰਘ ਬੰਬ ਦੇ ਹੋਣੇ ਹੈ। ਨਾਲ ਗੱਲ ਕਰਨੀ ਹੈ ਗੇਜੀ ਦੀ ਤੇ ਕਪੂਰੇ ਪਿੰਡ ਦੇ ਪ੍ਰੇਮ ਦੀ, ਆ ਜਿਹੜੇ ਵਿਸ਼ੇਸ਼ ਜਿਹੜੇ ਵੱਡੇ ਮਾਨ ਸਨਮਾਨ ਕੀਤੇ ਜਾਣੇ ਹੈ। ਮੇਰੇ ਵੀਰ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਬੇਅੰਤ ਸਿੰਘ ਰਾਓ ਕੇ ਕਲਾ ਪਿੰਡ ਵਾਲਾ ਕਬੱਡੀ ਪਾ ਰਿਹਾ ਹੈ। ਇੱਧਰ ਛੋਟਾ ਜਿਹਾ ਬੱਚਾ ਆਇਆ ਨੇ ਕਬੱਡੀ ਦੀ ਗਰਾਊਂਡ ਦੇ ਚੱਕਰ ਲਾਉਣੇ ਹੈ, ਤੁਸੀਂ ਇਹਨੂੰ ਵੀ ਮਾਣ ਪਿਆਰ ਬਖਸ਼ਣੇ ਹੈ। ਇਸ ਵੇਲੇ ਗੱਭਰੂ ਨੇ ਕਬੱਡੀ ਪਾ ਦਿੱਤੀ ਹੈ ਤੇ ਗੱਲ ਸਮੇਂ ਦੀ ਹੈ, ਮੁੰਡਾ ਲੱਤੀ ਲੱਗਿਆ ਧੱਕੀ ਜਾਂਦਾ, ਤਾੜੀਆਂ ਮਾਰ ਦੋ ਦਰਸ਼ਕ ਵੀਰੋ, ਮਾਰ ਦੋ ਤਾੜੀਆਂ ਤੇ ਪੁਆਇੰਟ ਜਾਫੀ ਦਾ ਮੈਚ ਸਮਾਪਤ ਹੋ ਚੁੱਕਿਆ ਹੈ। ਇਸ ਵੇਲੇ ਇਸ ਮੈਚ ਦੇ ਵਿੱਚ 13 ਪੁਆਇੰਟ ਨੇ ਬਾਂਦਰ ਡੋੜ ਦੇ ਤੇ 11.5 ਪੁਆਇੰਟ ਨੇ ਰਾਉਕਿਆਂ ਦੇ। 13 ਪੁਆਇੰਟ ਲੈ ਕੇ ਜਿਹੜੀ ਟੀਮ ਬਾਂਦਰ ਡੋੜ ਦੀ ਜੇਤੂ ਰਹੀ ਹੈ। ਮਿੰਦੂ ਨੋਟ ਕਰ ਲਓ ਮੇਰੇ ਵੀਰ ਡਾਕਟਰ ਭਗਵੰਤ ਸਿੰਘ ਜੀ, ਸਾਡੇ ਵੀ ਬਿੰਦਿਓੜੀ, ਨੋਟ ਕਰੋ ਮੇਰੇ ਵੀਰ, ਟੀਮ ਜਿਹੜੀ ਬਾਂਦਰ ਡੋੜ ਦੀ ਜੇਤੂ ਰਹੀ ਹੈ। ਇਸ ਵੇਲੇ ਮੈਚ ਜਿਹੜਾ ਖੇਡਿਆ ਜਾਣਾ ਹੈ ਪੁਰਾਣੇ ਵਾਲਾ ਤੇ ਬੁੱਕੀਪੁਰ ਦੀਆਂ ਟੀਮਾਂ ਦੇ ਦਰਮਿਆਨ ਖੇਡ ਦੇ ਮੈਦਾਨ ਦੇ ਵਿੱਚ, ਮੇਜ਼ਬਾਨ ਪਿੰਡ ਪੁਰਾਣੇ ਵਾਲਾ ਤੇ ਬੁੱਕੀਪੁਰ ਪਿੰਡ ਦੀਆਂ ਟੀਮਾਂ ਦੇ ਦਰਮਿਆਨ ਇਸ ਵੇਲੇ ਮੈਚ ਬੜਾ ਤਕੜਾ ਖੇਡਿਆ ਜਾਣਾ ਹੈ। ਝੰਡੇ ਵਾਲੇ ਦੀ ਧਰਤੀ ਦਾ ਛਿੰਦਾ ਆਇਆ ਸਾਡਾ ਵੀਰ। ਮੇਰੇ ਵੀਰ ਮੱਤਾਂ ਦਿੱਤੀਆਂ, ਕਹਿੰਦੇ ਕੋਚ ਭਗਵਾਨ ਸਿੰਘ ਭਾਨੇ ਨੇ ਇਸ ਗੱਭਰੂ ਨੂੰ ਖੇਡ ਕਬੱਡੀ ਦੀਆਂ ਤੇ ਰੌਲੀ ਪਿੰਡ ਦਾ ਹਰਪ੍ਰੀਤ ਸਿੰਘ ਬੰਬ ਖੇਡਦਾ ਹੈ ਪੰਜਾਬ ਦੇ ਕਬੱਡੀ ਕੱਪਾਂ ਤੇ, ਕਹਿੰਦੇ ਫਤਿਹਗੜ੍ਹੀ ਕਾਕੇ ਦੀ ਟੀਮ ਲਈ ਅੱਜ ਪਿੱਛੋਂ ਪਿੰਡ ਦਾ ਸ਼ੀਰਾ ਆਇਆ ਹੈ। 15.5 ਪੁਆਇੰਟ ਜਿਹੜੇ ਦਿੱਤੇ ਜਾਣੇ ਇਸ ਮੈਚ ਨੂੰ, 15.5 ਤੇ 16 ਸਮੇਂ ਜਿਹੜੇ ਐਡਜਸਟ ਕੀਤੇ ਜਾ ਰਹੇ ਨੇ, 15.5 ਤੇ ਜਿਹੜੇ 16 ਪੁਆਇੰਟ ਦਿੱਤੇ ਜਾਣੇ ਹੈ। ਇਸ ਮੈਚ ਤੋਂ ਬਾਅਦ 40 ਸਾਲੇ ਗੱਭਰੂਆਂ ਦੀਆਂ ਦੋਨੋਂ ਟੀਮਾਂ ਤਿਆਰੀ ਕਰ ਲੈਣ, ਮੋਗਾ ਤੇ ਕਪੂਰਥਲਾ ਦੋਨੋਂ ਟੀਮਾਂ ਜਿਹੜੀਆਂ ਤਿਆਰੀ ਕਰ ਲੈਣ ਇਸ ਮੈਚ ਤੋਂ ਬਾਅਦ।
ਲਾ ਇਸ ਵੇਲੇ ਸਾਹਮਣੇ ਨੌਜਵਾਨ ਗੱਭਰੂ ਕਬੱਡੀ ਪਾਉਣ ਦੇ ਲਈ ਵਧਿਆ ਆਇਆ। ਪੁਰਾਣੇ ਵਾਲ ਦੀ ਟੀਮ ਜਿਹੜੀ ਇਸ ਵੇਲੇ ਲਹਿੰਦੇ ਵਾਲੇ ਪਾਸੇ ਅਤੇ ਚੜ੍ਹਦੇ ਵਾਲੇ ਪਾਸੇ ਟੀਮ ਬੂਟੀਪੁਰੇ ਦੀ ਹੈ। ਪਿੱਥੋਂ ਪਿੰਡ ਦਾ ਸ਼ੀਰਾ ਕਹਿੰਦੇ ਇਸ ਸੀਜ਼ਨ ਦੇ ਵਿੱਚ 13 ਮੋਟਰਸਾਈਕਲ ਜਿੱਤ ਚੁੱਕੇ ਹੈ। ਮੇਰੇ ਵੀਰੋ ਆਹ ਨੌਜਵਾਨ ਜਾਫੀ ਨੇ ਕੀਤੀ ਕੋਸ਼ਿਸ਼, ਪਰ ਪੁਆਇੰਟ ਇਸ ਵੇਲੇ ਰੇਡਰ ਦਾ। ਅਗਲੀ ਕਬੱਡੀ ਪਾਉਣ ਦੇ ਲਈ ਸਰਦਾਰ ਅਜੈਬ ਸਿੰਘ ਦਾ ਸਪੁੱਤਰ ਕਹਿੰਦੇ ਪੁਰਾਣੇ ਵਾਲੇ ਪਿੰਡ ਦਾ ਪ੍ਰੀਤਮ ਸਿੰਘ ਵਾਧਾ ਆਇਆ ਖੇਡ ਦੇ ਮੈਦਾਨ ਦੇ ਵਿੱਚ ਕਿ ਗੋਰਾ ਰੰਗ ਗੱਭਰੂ ਦਾ ਅੰਗਾਂ ਦਾ ਇਸ਼ੋਲਾ ਹੱਥ ਲਾ ਕੇ ਭੱਜੇ ਜਿਵੇਂ ਹੁੰਦਾ ਬਾਬ ਰੋਲਾ ਲੋ ਟੇਕਿਆ ਧਰਤੀ ਮਾਂ ਨੂੰ ਮੱਥਾ ਕਿ ਆ ਗਿਆ ਖਿਡਾਰੀ ਵੇਖੋ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਕਿਵੇਂ ਬਾਡੀਆਂ ਸ਼ਿੰਗਾਰੀਆਂ ਤੇ ਲੱਗਣਾ ਮੈਦਾਨ ਵਿੱਚ ਜੋਰ ਚੋਟੀ ਅੱਡੀ ਦਾ ਉਹ ਕੌਡੀ ਤੋਂ ਬਣ ਜੇ ਹੀਰਾ ਜਿਹਨੂੰ ਲੱਗ ਜੇ ਇਸ਼ਕ ਕਬੱਡੀ ਦਾ ਉਹ ਕੌਡੀਓ ਬਣ ਜੇ ਹੀਰਾ ਜਿਹਨੂੰ ਲੱਗ ਜੇ ਇਸ਼ਕ ਕਬੱਡੀ ਦਾ। ਇਸ ਵੇਲੇ ਪ੍ਰੀਤਮ ਨੇ ਕਬੱਡੀ ਪਾਈ ਹੈ ਤੇ ਜਾਫੀ ਕੌਣ ਝੰਡੇ ਵਾਲੇ ਪਿੰਡ ਦਾ ਸ਼ਿੰਦਾ ਇਸ ਵੇਲੇ ਲਾਹ ਤਕੜਾ ਜੱਫਾ ਆਪਣੀ ਟੀਮ ਲਈ ਬੱਲੇ ਬੱਲੇ ਕਰਵਾ ਰਿਹਾ ਹੈ। ਸਾਹਮਣੇ ਚਾਰ ਸਟਾਪਰ ਬਿਲਕੁਲ ਤਿਆਰ ਨੇ ਮੇਰੇ ਵੀਰੋ, ਸਾਡੇ ਵੀ ਪਰਮ ਗਿੱਲ ਹੋਣੀ ਬੈਠੇ ਨੇ, ਟੀਮ ਹੋਣੀ ਬੈਠੇ ਨੇ, ਮਨਜੀਤ ਗਿੱਲ ਹੋਣੀ, ਸਾਡੇ ਭਾਈ ਹਰਿੰਦਰ ਗਿੱਲ ਹੋਣੀ ਬੈਠੇ ਨੇ, ਸੂਚੀ ਪੈਰਾਮਾਊਂਟ ਸਪੋਰਟਸ ਕਲੱਬ ਬੈਠੀ ਹੈ, ਵੱਡਾ ਧੰਨਵਾਦ ਹੈ। ਚਾਰ ਜਾਫੀ ਹੈ ਤੇ ਇਸ ਵੇਲੇ ਨਿੱਕਾ ਪੁਰਾਣੇ ਵਾਲ ਪਿੰਡ ਦਾ ਸਰਦਾਰ ਲਕਸ਼ਮਣ ਸਿੰਘ ਦਾ ਸਪੁੱਤਰ ਗੱਲ ਕਰਦਾ ਡੱਕਣ ਦੀ ਕੋਸ਼ਿਸ਼ ਕਰਦਾ ਹੈ। ਲੋ ਬੱਜੀਏ ਢਾਹ ਚਾੜੀਏ ਫਗਲ ਤਾੜੀਆਂ ਮਾਰ ਦੋ ਦਰਸ਼ਕ ਵੀਰੋ ਇੱਕ ਵਾਰੀ ਜ਼ੋਰ ਦੇ ਨਾਲ। ਥਾਣਾ ਗਿੱਲ ਸਾਡਾ ਵੀਰ ਨਿੱਕੇ ਲਈ 100 ਰੁਪਇਆ ਦੇ ਰਿਹਾ ਹੈ, ਥਾਣਾ ਗਿੱਲ ਸਾਡਾ ਵੀਰ ਨਿੱਕੇ ਲਈ 100 ਰੁਪਇਆ ਦੇ ਰਿਹਾ ਹੈ। ਇਹ ਤਾਂ ਛੋਟਾ ਜਿਹਾ ਬੱਚਾ ਨੇ ਗਰਾਊਂਡ ਦੇ ਚੱਕਰ ਲਾਏ ਹੈ, ਤੁਸੀਂ ਇਹਨੂੰ ਵੀ ਮਾਣ ਪਿਆ ਬਖਸ਼ਣੇ ਹੈ। ਨਿੱਕੇ ਨੂੰ ਬਿੰਦੇ ਦੇ ਬਿੰਦੂ ਵੱਲੋਂ 100-100 ਰੁਪਇਆ। ਸਾਡੇ ਭਾਈ ਹਰਿੰਦਰ ਗਿੱਲ ਜੀ ਬਿਜ਼ਨਸ ਵਾਲੇ ਉਹਨਾਂ ਵੱਲੋਂ ਨਿੱਕੇ ਲਈ 100 ਰੁਪਇਆ, ਸਰਦਾਰ ਵਜੀਰ ਸਿੰਘ ਜੀ ਨਿੱਕੇ ਲਈ 100 ਰੁਪਇਆ ਦੇ ਰਹੇ ਨੇ, ਵੱਡਾ ਧੰਨਵਾਦ ਹੈ। ਰਾਲੀ ਪਿੰਡ ਦਾ ਹਰਪ੍ਰੀਤ ਸਿੰਘ ਬੰਬ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਵਧਿਆ ਹੋਇਆ। ਥਾਣਾ ਗਿੱਲ ਸਾਡਾ ਵੀ ਨਿੱਕੇ ਲਈ 100 ਰੁਪਇਆ ਦੇ ਰਿਹਾ, ਵੱਡੇ ਧੰਨਵਾਦ ਨੇ ਇਹਨਾਂ ਵੀਰਾਂ ਦੇ। ਇਸ ਵੇਲੇ ਬੁੱਗੀਪੁਰੇ ਪਿੰਡ ਵਾਲੇ ਗੱਭਰੂ ਨੇ ਕਬੱਡੀ ਪਾ ਦਿੱਤੀ ਹੈ ਖੇਡ ਦੇ ਮੈਦਾਨ ਦੇ ਵਿੱਚ। ਨਿੱਕੇ ਦੇ ਫਾਦਰ ਸਾਹਿਬ ਸਰਦਾਰ ਲਕਸ਼ਮਣ ਸਿੰਘ ਜੀ ਉਹ ਵੀ 100 ਰੁਪਇਆ ਦੇ ਰਹੇ ਨੇ। ਚਾਰ ਜਾਫੀ ਹੈ ਇਸ ਵੇਲੇ ਨਿੱਕਾ ਗੁਰਮੀਤ ਤੇ ਮਨਜਿੰਦਰ ਨਾਲ, ਪਿੱਥੋਂ ਪਿੰਡ ਦਾ ਸ਼ੀਰਾ ਇਸ ਸੀਜ਼ਨ ਦਾ, ਕਹਿੰਦੇ ਵੀ ਦੁਨੀਆ ਭਰ ਦਾ ਪ੍ਰਸਿੱਧ ਜਾਫੀ ਹੈ ਗੁਰਮੀਤ ਪੁਰਾਣੇ ਵਾਲ ਪਿੰਡ ਦਾ। ਵਾਹ ਮੈਚ ਬੜਾ ਤਕੜਾ ਖੇਡਿਆ ਜਾ ਰਿਹਾ ਪੁਆਇੰਟ ਰੇਡਰ ਦਾ। ਅਗਲੀ ਕਬੱਡੀ ਪੁਰਾਣੇ ਵਾਲ ਪਿੰਡ ਦੇ ਪ੍ਰੀਤਮ ਨੇ ਪਾ ਦਿੱਤੀ ਹੈ ਖੇਡ ਦੇ ਮੈਦਾਨ ਦੇ ਵਿੱਚ। ਸਿੱਖੀ ਸਾਂਭੀ ਹੈ, ਜਵਾਨੀ ਸਾਂਭੀ ਹੈ ਕਿ ਨਾ ਕੋਈ ਉਹਨਾਂ ਵਰਗਾ ਹੋਇਆ ਨਾ ਕੋਈ ਉਹਨਾਂ ਵਰਗਾ ਹੋਣਾ ਹੈ। ਜੁਗਾਂ ਜੁਗਾਂ ਤੱਕ ਗੱਲਾਂ ਚੱਲਦੀਆਂ ਰਹਿਣੀਆਂ ਉਸ ਦਰਵੇਸ਼ ਦੀਆਂ, ਕੌਣ ਕਰੂਗਾ ਰੀਸਾਂ ਕੱਲ ਕੀ ਤਰ ਦਸ਼ਵੇਸ਼ ਦੀਆਂ। ਲਾ ਇਸ ਵੇਲੇ ਪ੍ਰੀਤਮ ਪੁਆਇੰਟ ਲੈ ਕੇ ਗੱਭਰੂ ਭੱਜਾ ਜਾਂਦਾ ਪੁਰਾਣੇ ਵਾਲੀਆ, ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਅਗਲਾ ਜਿਹੜਾ ਮੈਚ 40 ਵਾਲੇ ਗੱਭਰੂ ਦਾ ਖੇਡਿਆ ਜਾਣਾ ਹੈ, ਮੋਗਾ ਤੇ ਕਪੂਰਥਲਾ ਟੀਮਾਂ ਤਿਆਰੀ ਕਰ ਲੈਣ, ਉਸ ਤੋਂ ਬਾਅਦ ਕਿਸ਼ਨਪੁਰਾ ਤੇ ਗਗੜਾ ਵੀ ਖੇਡਣਗੇ। ਚਾਰ ਸਟਾਪਰ ਇਸ ਵੇਲੇ ਪੁਰਾਣੇ ਵਾਲ ਪਿੰਡ ਦੇ ਹੈ ਤੇ ਪਿੱਥੋਂ ਵਾਲੇ ਸ਼ੀਰੇ ਨਾਲ ਪੰਗਾ ਪੈ ਗਿਆ ਇਸ ਵੇਲੇ ਨੌਜਵਾਨ ਗੱਭਰੂ ਨੇ ਕਲਾਬਾ ਭਰਿਆ ਹੈ ਤੇ ਪੁਆਇੰਟ ਪੁਰਾਣੇ ਵਾਲ ਪਿੰਡ ਦੀ ਟੀਮ ਦਾ। ਸਾਡੇ ਭਾਈ ਹਰਿੰਦਰ ਗਿੱਲ ਜੀ ਬਿਜ਼ਨਸ ਬਿਊਰੋ ਵਾਲੇ ਉਹ ਕਹਿੰਦੇ ਵੀ ਪ੍ਰੀਤਮ ਜਿੰਨੇ ਪੁਆਇੰਟ ਲਵੇਗਾ ਹਰ ਇੱਕ ਰੇਟ ਤੇ 100 ਦੇਵਾਂਗੇ, ਤੇ ਜਿਹੜਾ ਜਾਫੀ ਜੱਫਾ ਲਾਵੇਗਾ ਹਰ ਇੱਕ ਜੱਫੇ ਦਾ 200 ਹੋਵੇਗਾ। ਲਓ ਰੌਲੀ ਵਾਲਾ ਹਰਪ੍ਰੀਤ ਸਿੰਘ ਬੰਬ ਇਸ ਵੇਲੇ ਕਬੱਡੀ ਪਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ। ਇਸ ਸਾਲ ਖੇਡਿਆ ਸਾਫ ਵਾਲੀ ਧਨਵੰਤ ਦੇ ਨਾਲ ਤੇ ਗੱਲਾਂ ਚੱਲੀਆਂ ਘੱਲਾਂ ਦੇ ਸੋਨੇ ਦੀਆਂ, ਗੱਭਰੂ ਨੇ ਕੈਨੇਡਾ ਲੁੱਟੀ ਹੈ ਤੇ ਸੀਜ਼ਨ ਦੇ ਵਿੱਚ ਪੂਰਾ ਟਾਪ ਖੇਡ ਰਿਹਾ ਹੈ। ਰੌਲੀ ਪਿੰਡ ਦਾ ਹਰਪ੍ਰੀਤ ਸਿੰਘ ਬੰਬ ਇਸ ਗੱਭਰੂ ਦੀ ਜਿਹੜੇ ਮਾਣ ਹੋਣੇ ਹੈ, ਗੱਲ ਕਰਨੀ ਹੈ ਕਪੂਰਿਆਂ ਦੇ ਪ੍ਰੇਮ ਦੀ, ਉਸ ਵੀਰ ਦੇ ਵੀ ਜਿਹੜੇ ਵਿਸ਼ੇਸ਼ ਮਾਣ ਸਨਮਾਨ ਕੀਤੇ ਜਾਣੇ ਹੈ, ਗੱਲ ਕਰਾਂਗੇ ਕਪੂਰੇ ਪਿੰਡ ਦੇ ਗੇਜੀ ਦੀ। ਤੇ ਇਸ ਵੇਲੇ ਮੇਰੇ ਵੀਰੇ ਕਿਨੇ ਝਾਕਾ ਦਿੱਤਾ ਪੁਰਾਣੇ ਵਾਲੇ ਗੁਰਮੀਤ ਨੇ ਕਲਾਵਾ ਭਰਿਆ, ਕੈਂਚੀ ਵੱਜ ਗਈ ਹੈ, ਗੱਲ ਕਸੂਤੀ ਹੈ, ਮੁੰਡਾ ਹੱਥਾਂ ਚੋਂ ਨਿਕਲ ਗਿਆ, ਤਾੜੀਆਂ ਵੱਜਣਗੀਆਂ, ਤਾੜੀਆਂ ਵੱਜ ਜਾਣਗੀਆਂ ਇਸ ਵੇਲੇ। ਤਾੜੀਆਂ ਮਾਰਦੇ ਇੱਕ ਵਾਰੀ ਪੁਆਇੰਟ ਜਿਹੜਾ ਬੁੱਕੀਪੁਰੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ।
ਅਗਲੀ ਕਬੱਡੀ ਪ੍ਰੀਤਮ ਸਿੰਘ ਨੌਜਵਾਨ ਗੱਭਰੂ ਪੁਰਾਣੇ ਵਾਲ ਪਿੰਡ ਵਾਲਾ ਵਾਧਾ ਆਇਆ ਖੇਡ ਦੇ ਮੈਦਾਨ ਦੇ ਵਿੱਚ ਕਿ ਔਖੀ ਹੁੰਦੀ ਹੈ ਕਬੱਡੀ ਵਿੱਚ ਖੁੱਚ ਪੱਟਣੀ ਤੇ ਲਾਣੀ ਔਖੀ ਧਾਤ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਖਾ ਕੇ ਖੁਰਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਗੱਲ ਮਿਹਨਤਾਂ ਮੁਸ਼ਕਤਾਂ ਦੀ ਹੈ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਸ਼ਿੰਦਾ ਝੰਡੇ ਵਾਲੇ ਪਿੰਡ ਦਾ ਤੇ ਪ੍ਰੀਤਮ ਪੁਰਾਣੇ ਵਾਲੀ ਆ ਸਾਡੇ ਭਾਈ ਹਰਿੰਦਰ ਗਿੱਲ ਜੀ ਉਹ ਕਹਿੰਦੇ ਵੀ ਗੁਰਮੀਤ ਦੇ ਲਈ 100 ਰੁਪਏ ਹੈ ਤੇ ਜਿਹੜਾ ਵੀ ਜਾਫੀ ਬੰਬ ਨੂੰ ਜੱਫਾ ਲਾਵੇਗਾ ਉਹਨੂੰ 200 ਹੈ ਤੇ ਬੰਬ ਜਿੰਨੇ ਪੁਆਇੰਟ ਲਵੇਗਾ ਉਹਨੇ 100-100 ਦੇ ਨੋਟ ਦੇਣੇ ਹੈ ਗੁਰਮੀਤ ਚੌਲ ਦੇ ਲਈ ਜਿਹੜਾ 100 ਰੁਪਏ ਸਾਡਾ ਵੀਰ ਹਰਿੰਦਰ ਜੀ ਬਿਜਲਸ ਬਿਊਰੋ ਵਾਲੇ ਉਹ ਦੇ ਰਹੇ ਨੇ ਤੇ ਇਸ ਵੇਲੇ ਪਿੱਥੋਂ ਵਾਲਾ ਸ਼ੀਰਾ ਮੇਰੇ ਵੀਰੋ ਕਹਿੰਦੇ ਵੀ ਦਹਿਸ਼ਤ ਦਾ ਦੂਜਾ ਨਾਂ ਹੈ ਖੇਡ ਦੇ ਮੈਦਾਨਾਂ ਦੇ ਵਿੱਚ ਤੇ 13 ਮੋਟਰਸਾਈਕਲ ਜਿੱਤੇ ਸੀਜ਼ਨ ਦੇ ਵਿੱਚ ਇਸ ਨੌਜਵਾਨ ਜਾਫੀ ਨੇ ਤੇ ਇਸ ਵੇਲੇ ਗੱਲ ਜਿਹੜੀ ਡੱਕਣ ਦੀ ਹੈ ਗੱਲ ਜਿਹੜੀ ਸਮੇਂ ਦੀ ਹੈ ਤੇ ਸਮਾਂ ਜਿਹੜਾ 30 ਸਕਿੰਟਾਂ ਦਾ ਵੱਜਦੀ ਪੁਸ਼ ਤੇ ਪੁਆਇੰਟ ਜਾਫੀ ਦਾ ਪੁਆਇੰਟ ਇਸ ਵੇਲੇ ਜਾਫੀ ਦਾ ਅਗਲੀ ਕਬੱਡੀ ਰੌੜੀ ਪਿੰਡ ਦਾ ਹਰਪ੍ਰੀਤ ਸਿੰਘ ਬੰਬ ਪਾ ਰਿਹਾ ਹੈ ਖੇਡ ਕਬੱਡੀ ਜਗਤ ਵਿੱਚ ਦੁਨੀਆ ਬੰਬ ਕਹਿੰਦੀ ਹੈ ਮਾਪੇ ਨੇ ਨਾਂ ਹਰਪ੍ਰੀਤ ਸਿੰਘ ਰੱਖਿਆ ਹੈ ਛੋਟਾ ਕੱਦ ਹੈ ਮੇਰੇ ਵੀਰ ਕਬੱਡੀ ਬੜੀ ਤੇਜ਼ ਪਾਉਂਦਾ ਨੌਜਵਾਨ ਗੱਭਰੂ ਥਾਣਾ ਸਿਆ ਦੇਖ ਜਿਸ ਵੇਲੇ ਪਾਈ ਹੋਈ ਗੱਭਰੂ ਦੀ ਕਬੱਡੀ ਨੂੰ ਖੇਡ ਦੇ ਮੈਦਾਨ ਦੇ ਵਿੱਚ ਸਰਦਾਰ ਵਜੀਰ ਸਿੰਘ ਦੀ ਜਾਲ ਉਹ ਪਿੱਛੋਂ ਵਾਲੇ ਸ਼ੀਰੇ ਲਈ 100 ਰੁਪਏ ਦੇ ਰਹੇ ਨੇ ਵੱਡਾ ਧੰਨਵਾਦ ਹੈ ਮੇਰੇ ਵੀਰੋ ਸਾਰੀ ਪ੍ਰਬੰਧਕ ਕਮੇਟੀ ਦਾ ਵੱਡਾ ਧੰਨਵਾਦ ਹੈ ਰੌੜੀ ਪਿੰਡ ਦਾ ਹਰਪ੍ਰੀਤ ਸਿੰਘ ਬੰਬ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਵਧਿਆ ਹੋਇਆ ਬੁਗੀਪੁਰੇ ਪਿੰਡ ਵਾਲਾ ਗੱਭਰੂ ਅਗਲੀ ਕਬੱਡੀ ਪਾ ਰਿਹਾ ਮੂਵ ਸਪਰੇ ਜਿਹੜੀ ਗ੍ਰਾਂਟ ਕੋਚ ਦੀ ਕਰ ਦਿੱਤੀ ਜਾਵੇ ਮੂਵ ਸਪਰੇ ਜਿਹੜੀ ਗ੍ਰਾਂਟ ਕੋਚ ਦੀ ਕਰ ਦਿਓ ਮੇਰੀ ਬੇਨਤੀ ਹੈ ਇਸ ਵੇਲੇ ਸਾਹਮਣੇ ਗੱਭਰੂ ਦੀ ਪਾਈ ਹੋਈ ਕਬੱਡੀ ਹੈ ਮਨਜਿੰਦਰ ਪੁਰਾਣੇ ਵਾਲ ਪਿੰਡ ਦਾ ਵਾਹ 2 ਨੰਬਰ ਤੋਂ ਕਹਿੰਦੇ ਵੀ 2 ਨੰਬਰ ਦਾ ਬੰਦਾ ਮਾੜਾ ਤੇ 2 ਨੰਬਰ ਦਾ ਧੰਦਾ ਮਾੜਾ ਵਾਹ ਚੜ੍ਹਦੀ ਜਵਾਨੀ ਹੈ ਮੁੱਛ ਫੁੱਟ ਗੱਭਰੂ ਹੈ ਪੁਰਾਣੇ ਵਾਲ ਪਿੰਡ ਦਾ ਮਨਜਿੰਦਰ ਸਿੰਘ ਇਸ ਵੇਲੇ ਬੜਾ ਸੋਹਣਾ ਜੱਫਾ ਲਾ ਰਿਹਾ ਹੈ ਸਾਡਾ ਵੀ ਕਾਲਾ ਕਬੱਡੀ ਖਿਡਾਰੀ ਅਸ਼ੀਰ ਬਣਿਓ ਮਨਜਿੰਦਰ ਦੇ ਲਈ ਜਿਹੜਾ 100 ਰੁਪਏ ਦਿੱਤਾ ਜਾ ਰਿਹਾ ਹੈ ਇਸ ਵੇਲੇ ਰੌੜੀ ਪਿੰਡ ਦਾ ਹਰਪ੍ਰੀਤ ਸਿੰਘ ਬੰਬ ਕਬੱਡੀ ਪਾਉਂਦਾ ਹੋਇਆ ਸਾਡੇ ਭਾਈ ਹਰਿੰਦਰ ਜੀ ਗਿੱਲ ਸਾਹਿਬ ਵਿਜੀਲੈਂਸ ਬਿਊਰੋ ਵਾਲੇ ਉਹਨਾਂ ਵੱਲੋਂ ਮਨਜਿੰਦਰ ਜਾਲ ਦੇ ਲਈ 100 ਰੁਪਏ ਦਿੱਤਾ ਜਾ ਰਿਹਾ ਹੈ ਰੌਲੀ ਪਿੰਡ ਦਾ ਹਰਪ੍ਰੀਤ ਸਿੰਘ ਬੰਬ ਇਸ ਵੇਲੇ ਲੈ ਕੇ ਪੁਆਇੰਟ ਮੁੰਡਾ ਭੱਜਾ ਆਉਂਦਾ ਹੈ ਕਿ ਧੂੜਾ ਪੱਟੀ ਜਾਂਦੇ ਨੇ ਜਿਨ੍ਹਾਂ ਨੇ ਦੁੱਧ ਮਾਮਾ ਦਾ ਪੀਤਾ ਲੋਕੋ ਫੜਨੇ ਸੌਖੇ ਨਹੀਂ ਤਾਵੀ ਲੱਖਾ ਦੁੱਲਾ ਤੇ ਕੁਲਜੀਤਾ ਲੋਕੋ ਫੜਨੇ ਸੌਖੇ ਨਹੀਂ ਇਸ ਵੇਲੇ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਵੱਧ ਆਇਆ ਖੇਡ ਦੇ ਮੈਦਾਨ ਦੇ ਵਿੱਚ ਸਾਹਮਣੇ 4 ਸਟਾਪਰ ਬਿਲਕੁਲ ਤਿਆਰ ਨੇ ਮੇਰੇ ਵੀਰੋ ਕਿਹੜੇ ਗੱਭਰੂ ਨੇ ਜੱਫਾ ਲਾਉਣਾ ਹੈ ਗੱਲ ਆਪਾਂ ਸਮੇਂ ਦੀ ਕਰਨੀ ਹੈ ਕਿ ਮੱਖਣ ਤ੍ਰਿਕ ਤੇ ਵੀਰੂ ਸੇ ਵੀ ਘੋਲੀਏ ਵਾਲਾ ਗੇਲਾ ਅੰਗਰੇਜ਼ ਅੜਾਚਾ ਜਗਤਾਰ ਧਨੌਲਾ ਲੁੱਟ ਲੈਂਦੇ ਸੀ ਮੇਲਾ ਸਵਰਨੇ ਵਾਂਗੂ ਗੁੱਟ ਤੋਂ ਫੜ ਕੇ ਔਖੇ ਰੇਡਰ ਥੰਮਣੇ ਗਾਜੀਆਣ ਦੇ ਕਾਲੇ ਵਰਗੇ ਮੁੜ ਮੁੜ ਕੇ ਨਹੀਂ ਜੰਮਣੇ ਹਰਜੀਤ ਬਰਾੜਾ ਤੇਰੇ ਘਾਟੇ ਹਲੇ ਸੁਕਾਉਂਦੇ ਨੇ ਕਈ ਰੇਡਾਂ ਪਾਉਂਦੇ ਨੇ ਕਈ ਜੱਫੇ ਲਾਉਂਦੇ ਨੇ ਇਸ ਵੇਲੇ ਪੁਰਾਣੇ ਵਾਲ ਪਿੰਡ ਦਾ ਪ੍ਰੀਤਮ ਸਿੰਘ ਨੌਜਵਾਨ ਗੱਭਰੂ ਕਬੱਡੀ ਪਾ ਰਿਹਾ ਪੰਜਾਬ ਦੇ ਕਬੱਡੀ ਕੱਪਾਂ ਤੇ ਪੱਤੋ ਵਾਲੇ ਸਾਧੂ ਸਿੰਘ ਬਰਾੜ ਦੀ ਟੀਮ ਲਈ ਖੇਡਦਾ ਆ ਰਿਹਾ ਮੇਰੇ ਵੀਰੇ ਜਾਫੀ ਨੇ ਵੀ ਪੂਰਾ ਜ਼ੋਰ ਲਾ ਦਿੱਤਾ ਤੇ ਮੁੰਡਾ ਹੱਥਾਂ ਚੋਂ ਨਿਕਲਦਾ ਜਾ ਰਿਹਾ ਤਾੜੀਆਂ ਵੱਜਣਗੀਆਂ ਪ੍ਰੀਤਮ ਸਿੰਘ ਬੱਲੇ ਬੱਲੇ ਹੋ ਜਾਣੀਆਂ ਨੌਜਵਾਨਾਂ ਸਮਾਂ ਬੀਤਦਾ ਜਾ ਰਿਹਾ ਸਮਾਂ ਬੀਤਦਾ ਜਾ ਰਿਹਾ ਤੇ ਮੁੰਡਾ ਅੰਕ ਲੈ ਕੇ ਭੱਜਾ ਜਾਂਦਾ ਹੈ ਤਾੜੀਆਂ ਆਪ ਮੁਹਾਰੇ ਵੱਜੀਆਂ ਅਗਲੀ ਕਬੱਡੀ ਇਸੇ ਲਈ ਖੇਡ ਦੇ ਮੈਦਾਨ ਦੇ ਵਿੱਚ ਗੱਭਰੂ ਬੁਗੀਪੁਰੇ ਪਿੰਡ ਵਾਲਾ ਪਾਉਣ ਦੇ ਲਈ ਵਾਧਾ ਹੋਇਆ ਬੁਗੀਪੁਰਾ ਪਿੰਡ ਕਹਿੰਦੇ ਸ਼ੀਰੇ ਦਾ ਪਿੰਡ ਹੈ ਮੇਰੇ ਵੀਰੋ ਇਸ ਵੇਲੇ 4 ਜਾਫੀ ਸਰਕਾਰੀ ਸਕੂਲ ਦੇ ਥੰਮਲਿਆਂ ਵਰਗੇ ਹੈ ਤੇ ਕਿਹੜੇ ਗੱਭਰੂ ਨੇ ਜੱਫਾ ਲਾਉਣਾ ਹੈ ਗੱਲ ਆਪਾਂ ਸਮੇਂ ਦੀ ਕਰਾਂਗੇ 4 ਜਾਫੀ ਹੈ ਪਾਈ ਹੋਈ ਕਬੱਡੀ ਹੈ ਇਸ ਵੇਲੇ ਚੜ੍ਹਦੀ ਕੰਨੀ ਗੁਰਮੀਤ ਸਿੰਘ ਦੀ ਹੈ ਤੇ 2 ਨੰਬਰ ਤੋਂ ਫੇਰ ਪੁਰਾਣੇ ਵਾਲੀਆਂ ਨਿੱਕਾ ਲੱਗਿਆ ਟੁੱਟ ਕੇ ਗੱਲ ਜਿਹੜੀ ਸਮੇਂ ਦੀ ਹੈ ਸਰਦਾਰ ਰਘਵੀਰ ਸਿੰਘ ਜੀ ਮੇਰੇ ਵੀਰੋ ਪੁਰਾਣੇ ਵਾਲੀਆਂ ਪ੍ਰੀਤਮ ਲਈ 100 ਰੁਪਏ ਦੇ ਰਹੇ ਨੇ ਰਘਵੀਰ ਸਿੰਘ ਜੀ ਸਰਦਾਰ ਸੁਖਵੰਦਰ ਸਿੰਘ ਜੀ ਸਰਦਾਰ ਸੁਖਜਿੰਦਰ ਸਿੰਘ ਜੀ ਉਹ 100-100 ਰੁਪਏ ਜਿਹੜੇ ਪੁਰਾਣੇ ਵਾਲੀ ਨਿੱਕੇ ਲਈ ਦੇ ਰਹੇ ਨੇ
ਸੁਖਜਿੰਦਰ ਸਿੰਘ ਯੂਕੇ ਵਾਲੇ ਥਾਣਾ ਗਿੱਲ ਸਾਡਾ ਵੀਰ ਉਹ ਵੀ 100 ਰੁਪਏ ਦੇ ਰਿਹਾ ਹੈ ਵੱਡੇ ਧੰਨਵਾਦ ਨੇ ਸਰਦਾਰ ਅਜੈਬ ਸਿੰਘ ਜੀ ਪ੍ਰੀਤਮ ਦੇ ਡੈਡੀ ਜੀ ਉਹ 500 ਰੁਪਇਆ ਪ੍ਰੀਤਮ ਲਈ ਦੇ ਰਹੇ ਨੇ ਬਹੁਤ ਬਹੁਤ ਧੰਨਵਾਦ ਨੇ ਪ੍ਰੀਤਮ ਦੇ ਨਾਨਾ ਜੀ ਉਹ ਵੀ 100 ਰੁਪਇਆ ਦੇ ਰਹੇ ਨੇ ਵੱਡੇ ਧੰਨਵਾਦ ਤੁਸੀਂ ਜਿਹੜੇ ਪੈਸੇ ਆਪਣੇ ਕੋਲ ਹੀ ਰੱਖਣੇ ਮੇਰੇ ਵੀਰ ਸ਼ਿੰਦਾ ਜਿਹਨੇ ਜੱਫੇ ਲਾਵੇਗਾ ਉਹਨੇ 700 ਸਾਡਾ ਵੀਰ ਅੰਮ੍ਰਿਤਪਾਲ ਸਿੰਘ ਕਹਿੰਦਾ ਮੈਂ ਦੇਵਾਂਗਾ ਲਾਏ ਸੇਲੇ ਪੁਰਾਣੇ ਵਾਲੀਆ ਗੁਰਮੀਤ ਸਿੰਘ ਨੌਜਵਾਨ ਗੱਭਰੂ ਕਰਦਾ ਕੋਸ਼ਿਸ਼ ਲਾ ਫਿਰ ਲੱਕ ਫੜਿਆ ਨੌਜਵਾਨ ਗੱਭਰੂ ਨੇ ਦੌਲੇ ਵਾਲੀ ਸਾਹਬੇ ਵਰਗਾ ਸਟਾਈਲ ਹੈ ਨੌਜਵਾਨ ਗੱਭਰੂ ਦਾ ਉੱਚਾ ਕੱਦ ਹੈ ਤੇ ਪੁਆਇੰਟ ਇਸ ਵੇਲੇ ਜਾਫੀ ਦਾ ਪੁਆਇੰਟ ਪੁਰਾਣੇ ਵਾਲ ਪਿੰਡ ਦੀ ਟੀਮ ਦਾ ਅਗਲੀ ਕਬੱਡੀ ਰੌਲੀ ਪਿੰਡ ਦਾ ਹਰਪ੍ਰੀਤ ਸਿੰਘ ਬੰਬ ਨੌਜਵਾਨ ਗੱਭਰੂ ਪਾਉਣ ਦੇ ਲਈ ਵਾਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਸਾਹਮਣੇ ਚਾਰ ਜਾਫੀ ਇਸ ਵੇਲੇ ਬਿਲਕੁਲ ਤਿਆਰ ਨੇ ਕਿ ਸਦਾ ਗੁੱਡੀ ਅੰਬਰਾਂ ਤੇ ਚੜ੍ਹੀ ਰਹੇ ਨਾ ਹਵਾ ਵਿੱਚ ਕੀਤੀ ਗੱਲ ਫੜੀ ਰਹੇ ਨਾ ਅਥਰੀ ਜਵਾਨੀ ਇੰਨੀ ਹੁੰਦੀ ਚੜ੍ਹਦੀ ਉੱਚੀ ਉੱਚੀ ਉੱਡੇ ਕੋਠੀ ਤੜੀ ਰਹੇ ਨਾ ਤੇ ਬੰਤ ਬਰਾੜਾ ਰੰਗ ਗੋਰਾ ਨਾ ਚੱਲੇ ਆ ਸਿਆਣੇ ਕਹਿੰਦੇ ਕਾਲਾ ਨਾ ਹੀ ਫਿੱਕਾ ਚੱਲਦਾ ਤੇ ਚੰਗੇ ਮਾੜੇ ਦਿਨ ਯਾਰਾ ਰੱਖ ਸਾਂਭ ਕੇ ਸਦਾ ਨੀ ਬੰਦੇ ਦਾ ਇੱਥੇ ਸਿੱਕਾ ਚੱਲਦਾ ਸਦਾ ਨੀ ਬੰਦੇ ਦਾ ਇੱਥੇ ਸਿੱਕਾ ਚੱਲਦਾ ਚਾਰ ਜਾਫੀ ਹੈ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਸੂਬੇਦਾਰ ਸਰਦਾਰ ਗੁਰਮੇਲ ਸਿੰਘ ਜੀ ਨਿੱਕੇ ਦੇ ਤਾਇਆ ਜੀ 100 ਰੁਪਇਆ ਨਿੱਕੇ ਨੂੰ ਦੇ ਰਹੇ ਨੇ ਇਸ ਵੇਲੇ ਜਾਫੀ ਕੌਣ ਹੈ ਜਾਫੀ ਨੌਜਵਾਨ ਗੱਭਰੂ ਮੇਰੇ ਵੀਰੇ ਪੁਰਾਣੇ ਵਾਲੀ ਆ ਮਨਜਿੰਦਰ ਸਿੰਘ ਜਾਲ ਲਾ ਤਕੜਾ ਜੱਫਾ ਬੱਲੇ ਬੱਲੇ ਕਰਵਾ ਰਿਹਾ ਹੈ ਮੈਚ ਸਮਾਪਤ ਇਸ ਮੈਚ ਦੇ ਵਿੱਚ ਪੁਰਾਣੇ ਵਾਲਾ ਵਿਨਰ ਰਹੀ ਹੈ ਪੁਰਾਣੇ ਵਾਲਾ ਇਸ ਮੈਚ ਦੀ ਵਿਨਰ ਰਹੀ ਹੈ ਪੁਰਾਣੇ ਵਾਲ ਦੀ ਟੀਮ ਜਿਹੜੀ ਵਿਨਰ ਰਹੀ ਹੈ 40 ਸਾਲੇ ਗੱਭਰੂ ਦੀਆਂ ਦੋਨੋਂ ਟੀਮਾਂ ਗਰਾਊਂਡ 'ਚ ਆ ਜਾਣ ਚਗਾਵੇਂ ਤੋਂ ਸੱਤੀ ਪ੍ਰਧਾਨ ਵੱਲੋਂ ਬੁੱਗੀ ਪਰਿਵਾਰ ਦੇ ਜਿਹੜੇ ਪਲੇਅਰ ਨੇ ਪ੍ਰੀਤਮ ਨੂੰ ਜੱਫਾ ਲਾਇਆ ਸੀਗਾ 500 ਰੁਪਇਆ ਸਟੇਜ ਤੋਂ ਲੈ ਜਾਵਿਓ ਬੁੱਗੀਪੁਰੇ ਦਾ ਪਲੇਅਰ ਜਿਹਨੇ ਪ੍ਰੀਤਮ ਪੁਰਾਣੇਵਾਲ ਨੂੰ ਜੱਫਾ ਲਾਇਆ ਸੀ ਸੱਤੀ ਪ੍ਰਧਾਨ ਚਗਾਵੇਂ ਤੋਂ ਉਹਨੂੰ 500 ਰੁਪਏ ਦਾ ਨਾਮ ਦਿੰਦਾ ਟਰਾਲੀ ਵਾਲੀ ਸਟੇਜ ਤੋਂ ਲੈ ਜਾਵਿਆ ਸਰਦਾਰ ਨਛੱਤਰ ਸਿੰਘ ਦੀ ਟੀਮ ਆ ਉਹ 100 ਰੁਪਇਆ ਨਿੱਕੇ ਲਈ ਦੇ ਰਹੇ ਵੱਡੇ ਧੰਨਵਾਦ ਨੇ ਮੇਰੀ ਬੇਨਤੀ ਹੈ 40 ਸਾਲੇ ਗੱਭਰੂਆਂ ਦੀਆਂ ਦੋਨੋਂ ਟੀਮਾਂ ਜਿਹੜੀਆਂ ਗਰਾਊਂਡ 'ਚ ਆ ਚੁੱਕੀਆਂ ਮੋਗਾ ਤੇ ਕਪੂਰਥਲਾ ਅਜਮੇਰ ਸਿੰਘ ਜੀ ਐਸਡੀਐਮ ਸਾਹਿਬ ਉਹ ਵੀ ਚੰਦ ਕਮੇਟਾਂ ਦੇ ਵਿੱਚ ਸਾਡੇ ਦਰਮਿਆਨ ਪੁੱਜਣ ਵਾਲੇ ਹੈ ਉਹਨਾਂ ਸ਼ਖਸੀਅਤਾਂ ਨੂੰ ਵੀ ਅਸੀਂ ਜੀਆਂ ਆਖਾਂਗੇ ਮੋਗਾ ਤੇ ਕਪੂਰਥਲੇ ਦੀਆਂ ਟੀਮਾਂ ਦੇ ਦਰਮਿਆਨ ਇਸ ਵੇਲੇ ਮੈਚ ਬੜਾ ਵਧੀਆ ਖੇਡਿਆ ਜਾਣਾ ਖੇਡ ਕਬੱਡੀ ਦਾ ਮੋਗਾ ਤੇ ਕਪੂਰਥਲੇ ਦੀਆਂ ਟੀਮਾਂ ਦਾ 40 ਸਾਲੇ ਬਾਬਿਆਂ ਦਾ ਸ਼ੋਅ ਮੈਚ ਖੇਡਿਆ ਜਾਣਾ ਹੈ
ਨਾਲ ਹੀ ਟੈਂਟ ਵਾਲੇ ਵੀਰਾਂ ਨੂੰ ਬੇਨਤੀ ਹੈ ਵੀ ਸਟੇਜ ਦੇ ਸੱਜੇ ਹੱਥ ਜਿਹੜੇ ਪਾਈਪ ਸੀਗੇ ਉਹ ਸਾਰੇ ਨਿਕਲ ਗਏ, ਉਹਨਾਂ ਦੇ ਜੁਆਇੰਟ ਹਿੱਲ ਗਏ, ਜਾ ਕੇ ਦੇਖਣ ਸਾਡੇ ਵੀਰ। ਮਨੀ ਉਹ ਮਨੀ ਆ ਕਪੂਰਥਲਾ ਇਧਰ ਉਧਰ ਮੋਗਾ ਸਾਡਾ ਵੀਰ ਅਵਤਾਰ ਬਰਾੜ ਲੰਘਿਆਣਾ ਹਾਂਗਕਾਂਗ ਦੇ ਵਿੱਚ ਬੈਠਾ ਫੋਨ ਕਰ ਰਿਹਾ ਹੈ। ਔਰ ਜਿਹੜੀ ਮੁਬਾਰਕਬਾਦ ਦਿੱਤੀ ਜਾ ਰਹੀ ਹੈ ਇਸ ਵੇਲੇ ਮੇਰੇ ਵੀਰੇ ਸਾਡੇ ਪ੍ਰਬੰਧਕ ਸੱਜਣਾ ਨੂੰ ਸਰਦਾਰ ਗੁਰਨਾਮ ਸਿੰਘ ਜੀ ਦੁਬਈ ਵਾਲੇ, ਉਹਨਾਂ ਦੇ ਬੇਟੇ ਸਰਦਾਰ ਸੁਖਦੇਵ ਸਿੰਘ ਜੀ ਸੰਧੂ ਕਪੂਰਿਆਂ ਵਾਲੇ 1100 ਰੁਪਈਆ ਸਾਡੀ ਪ੍ਰਬੰਧਕ ਕਮੇਟੀ ਨੂੰ ਦੇ ਰਹੇ ਹੈ ਇਸ ਵੇਲੇ। ਮੇਰੇ ਵੀਰੋ ਜਿਹੜਾ ਮਾਲਵਾ ਤੇ ਦੁਆਬੇ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਮੈਚ ਖੇਡਿਆ ਜਾਣਾ ਮੋਗਾ ਤੇ ਕਪੂਰਥਲੇ ਦਾ, ਕਹਿੰਦੇ ਵੀ ਮਾਝੇ ਦੇ ਵੀ ਪੂਰੇ ਵਧੀਆ ਪਲੇਅਰ ਪੁੱਜੇ ਹੈ, ਕੋਈ ਨਕੋਦਰ ਤੋਂ ਆਇਆ, ਕੋਈ ਜਲੰਧਰ ਤੋਂ ਆਇਆ। ਤੇ ਗੱਲ ਕਰਨੀ ਹੈ ਕਹਿੰਦੇ ਬਠਿੰਡੇ ਵਾਲੇ ਬੁਗਲੇ ਦੀ, ਗੱਲ ਕਰਾਂਗੇ ਕੋਕਰੀ ਪਿੰਡ ਦੇ ਕਸ਼ਮੀਰੇ ਦੀ, ਨਾਲ ਮੰਦਰ ਵਰਗੇ ਪੱਪੀ ਚੂਰ ਚੱਕੀਆ ਖੋਸੇ ਪਾਂਡੋ ਭਰਤੀ ਦਾ ਜੀਤਾ ਆਇਆ। ਨਾਲ ਕਹਿੰਦੇ ਮੇਰੇ ਵੀਰੇ ਉਸ ਵੇਲੇ ਗੱਲ ਕਰਨੀ ਹੈ ਗਗੜੇ ਪਿੰਡ ਦੇ ਜਸਵੰਤ ਸਿੰਘ ਫੌਜੀ ਦੀ, ਦੁਨੀਆਂ ਭਰ ਦੇ ਟਾਪ ਦੇ ਪਲੇਅਰ ਆਏ ਨੇ ਤੇ ਇਧਰੋਂ ਦੇਖਾਂਗੇ ਵੀ ਮੇਰੇ ਵੀਰੇ ਦੁਨੀਆਂ ਭਰ ਦੇ ਮਹਾਨ ਕਬੱਡੀ ਦੇ ਖਿਡਾਰੀ ਕੁਲਦੀਪ ਵਰਗੇ, ਕਹਿੰਦੇ ਵੀ ਰਾਣੇ ਵਰਗੇ, ਦੁਨੀਆਂ ਦੇ ਮਹਾਨ ਜਿਹੜੇ ਕਬੱਡੀ ਦੇ ਖਿਡਾਰੀ ਪਹੁੰਚੇ ਨੇ ਅੱਜ ਇਸ ਖੇਡ ਦੇ ਮੈਦਾਨ ਦੇ ਵਿੱਚ। ਗਗੜੇ ਪਿੰਡ ਦਾ ਤਾਰੀ ਵਿਸ਼ੇਸ਼ ਤੌਰ ਤੇ ਆਇਆ ਹੈ। ਇੱਧਰ ਸਾਡਾ ਵੀਰ ਬਲਵਿੰਦਰ ਕੰਡਿਆਲ ਵਾਲਾ, ਮੇਰਾ ਵੀਰ ਜਿਹੜਾ ਅੱਖਾਂ ਤੋਂ ਮਨਾਖਾ ਪੱਗ ਬੰਨ ਕੇ ਦਿਖਾਵੇਗਾ ਖੇਡ ਦੇ ਮੈਦਾਨ ਦੇ ਵਿੱਚ। ਬਿਰਲਾ ਗਾਲਬ ਜੀ ਗਰਾਊਂਡ 'ਚ ਆ ਜਾਣ, ਬਿਰਲਾ ਗਾਲਬ ਰਣ ਸਿੰਘ ਉਹ ਵੀਰ ਜਿਹੜਾ ਗਰਾਊਂਡ 'ਚ ਆਵੇ, ਬਿਰਲਾ ਗਾਲਬ ਸਾਡੇ ਭਾਈ ਬਲਜੀਤ ਸਿੰਘ ਜੀ ਪ੍ਰਧਾਨ ਉਹਨਾਂ ਨੂੰ ਆ ਕੇ ਮਿਲੇ, ਬਿਰਲਾ ਗਾਲਬ ਵਾਲਾ।
ਹੈਲੋ 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 ਸਾਡੇ ਪ੍ਰਧਾਨ ਸਾਹਿਬ ਕਹਿੰਦੇ ਵੀ ਜਿਹੜੇ ਵੈਲਕਮ ਸਾਊਂਡ ਵਾਲੇ ਵੀਰ ਹੈ ਜੀਰੇ ਵਾਲੇ ਉਹ ਆ ਕੇ ਸੰਪਰਕ ਕਰ ਲੈਣ ਸਾਡੇ ਪ੍ਰਧਾਨ ਸਾਹਿਬ ਦੇ ਨਾਲ। ਸਾਡੀ ਬੇਨਤੀ ਹੈ ਵੈਲਕਮ ਸਾਊਂਡ ਵਾਲੇ ਜਿਹੜੇ ਆਪਰੇਟਰ ਵੀਰ ਹੈ ਕਿਕਰੋੜੀ ਉਹ ਬਾਈ ਬਲਜੀਤ ਨੂੰ ਮਿਲ ਲੈਣ। ਬਾਈ ਜੀ ਜਗਤਾਰ ਜੀ ਬਾਈ ਆਪਾਂ ਲਾਈਟਾਂ ਵਾਲੇ ਗੱਲ ਕਰਨੀ ਹੈ, ਤੁਸੀਂ ਆ ਜਾਓ ਮਾੜਾ ਜਿਹਾ, ਬੜੀ ਪਿਆਰੀ ਸਾਊਂਡ ਹੈ। ਹਾਂਜੀ ਮੈਂ ਦਰਸ਼ਕ ਵੀਰਾਂ ਦੇ ਨਾਲ ਜਿਹੜੇ ਨਾ ਖਿਡਾਰੀਆਂ ਦੀ ਜਾਣ ਪਹਿਚਾਣ ਕਰਾਵਾਂਗਾ। ਇਸ ਵੇਲੇ ਦੁਨੀਆ ਭਰ ਦੇ ਜਿਹੜੇ ਟਾਪ ਦੇ ਪਲੇਅਰ ਆਏ ਆ, ਮੋਗੇ ਦੀ ਟੀਮ ਜਿਹੜੀ ਚੜ੍ਹਦੇ ਵਾਲੇ ਪਾਸੇ ਹੈ, ਖੋਸਾ ਵਾਲਾ ਲਹਿੰਦੇ ਵਾਲੇ ਪਾਸੇ ਜਿਹੜੇ ਚਾਰ ਜਾਫੀ ਹੈ ਮੇਰੇ ਵੀਰ, ਇਸ ਵੇਲੇ ਪੰਮੇ ਪੰਡੋਰੀ ਵਰਗੇ, ਫੌਜੀ ਕੀਲੀ ਵਾਲੇ ਦਾ ਕੰਤਾ ਦਾਨੇ ਵਾਲੀ ਰਾਣੇ ਵਰਗੇ, ਇਸ ਵੇਲੇ ਸਾਹਮਣੇ ਨਾਟਵਾਟ ਗੱਭਰੂ ਕਰਦਾ ਕੋਸ਼ਿਸ਼ ਕੰਤਾ, ਤੇ ਪੁਆਇੰਟ ਗਗੜੇ ਵਾਲੇ ਜਸਵੰਤ ਸਿੰਘ ਫੌਜੀ ਦਾ। ਵਾਹ ਹੈ ਨੌਜਵਾਨਾਂ, ਲਾ ਇਸ ਵੇਲੇ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰ ਬਲਦੇਵ ਸਿੰਘ ਦੇਬਾ ਤੇ ਇੱਕ ਬੰਨੇ ਸੋਨੇ ਸ਼ਾਹਪੁਰੀ ਵਰਗੇ, ਮੇਜਰ ਨਕੋਦਰ ਵਰਗੇ, ਲਾ ਸਾਹਮਣੇ ਦੁਨੀਆ ਭਰ ਦੇ ਜਿਹੜੇ ਟਾਪ ਦੇ ਪਲੇਅਰ ਆਏ ਹੈ, ਚਾਰ ਜਾਫੀ ਇਸ ਵੇਲੇ ਜਿਹੜੇ ਮੋਗੇ ਦੇ ਹੈ, ਚੜ੍ਹਦੀ ਕਲੀ ਕੋਕਰੀ ਪਿੰਡ ਦੇ ਮੰਦਿਰ ਦੀ ਹੈ, ਦੂਜੇ ਪਾਸੇ ਕਸ਼ਮੀਰ ਆ, ਮੋਹਣਾ ਢੋਲੇ ਵਾਲੀ ਆ ਤੇ ਨਾਲ ਕਹਿੰਦੇ ਪੱਪੀ ਚੂੜ ਚੱਕੀ ਆ। ਪੁਆਇੰਟ ਇਸ ਵੇਲੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਖੇਡ ਮੈਦਾਨ ਦੇ ਵਿੱਚ, 40 ਸਾਲੇ ਗੱਭਰੂਆਂ ਦੀ ਜਿਹੜੀ ਗੱਲ ਖੇਡ ਕਬੱਡੀ ਦੀ ਹੈ। ਲਓ ਸਾਹਮਣੇ ਕਹਿੰਦੇ ਵੀ ਪਿੰਡਾ ਨੌਜਵਾਨ ਕੋਟ ਕਰੋੜ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ।
ਮੈਂ ਜਿਹੜਾ ਬੜਾ ਤਕੜਾ ਖੇਡਾ ਜਾਣਾ ਮੇਰੇ ਵੀਰ ਇਸ ਵੇਲੇ ਕਰੋੜ ਕਰੋੜੀਏ ਭੇਜੋ ਨੇ ਕਬੱਡੀ ਪਾ ਦਿੱਤੀ ਹੈ ਤੇ ਸਾਹਮਣੇ ਚਾਰ ਜਾਫੀ ਹੈ ਕਹਿੰਦੇ ਮਾਝੇ ਵਾਲੇ ਕਿ ਹਰ ਵੇ ਬਾਬਲਾ ਹਰ ਵੇ ਮੇਰਾ ਮਾਝੇ ਸਾਕ ਨਾ ਕਰਵੇ ਉੱਥੋਂ ਦੇ ਜੱਟ ਬੁਰੇ ਸੁਣੀ ਦੇ ਊਠਾਂ ਨੂੰ ਪਾਉਂਦੇ ਖਲਵੇ ਅੱਧੀ ਰਾਤ ਨੂੰ ਊਠ ਲਦੀਂਦੇ ਤੇ ਮੈਨੂੰ ਕੱਲੀ ਨੂੰ ਆਉਂਦਾ ਡਰਵੇ ਤੁਹਾਡਾ ਕਮਲਾ ਟੋਲਾ ਮੈਨੂੰ ਕਮਲੀ ਦੇਊਗਾ ਕਰਵੇ ਮੇਰਾ ਓਡੇ ਡੋਰੀਆ ਮਹਿਲਾ ਵਾਲੇ ਕਰਵੇ ਇਸ ਵੇਲੇ ਚਾਰ ਜਾਫੀ ਹੈ ਮੇਰੇ ਵੀਰੇ ਚੂੜ ਚੱਕੀ ਪੱਪੀ ਜਾਂ ਫਿਰ ਆਹ ਨੌਜਵਾਨ ਢੋਲੇ ਵਾਲੀ ਆ ਮੋਹਣ ਹੈ ਵਾਹ ਓਏ ਨੌਜਵਾਨ ਤੇ ਪੁਆਇੰਟ ਇਸ ਵੇਲੇ ਸਾਹਮਣੇ ਕਹਿੰਦੇ ਵੀ ਮੇਰੇ ਵੀਰੇ ਆ ਮੇਜਰ ਨਕੋਦਰ ਵਾਲਾ ਆਪਣੀ ਟੀਮ ਦੇ ਹਿੱਸੇ ਜੋੜ ਰਿਹਾ ਹੈ ਇੱਕ ਪਾਸੇ ਜਸਵੀਰ ਸਿੰਘ ਨਰੰਗਪੁਰੀਆ ਜੱਸਾ ਅਗਲੀ ਦੇਖਦਾ ਵੀ ਕਬੱਡੀ ਬਠਿੰਡੇ ਵਾਲੇ ਬੁਗਲੇ ਨੇ ਪਾ ਦਿੱਤੀ ਹੈ ਵਾਹ ਤਾੜੀਆਂ ਮਾਰ ਦੋ ਦਰਸ਼ਕ ਵੀਰੇ ਕਬਾਲੀ ਖੇਡ ਦੇ ਮੈਦਾਨ ਦੇ ਵਿੱਚ ਜਾਫੀ ਪੰਮਾ ਪੰਡੋਰੀ ਵਾਲਾ ਕਹਿੰਦੇ ਪੰਜਾਬ ਪੁਲਿਸ ਦੇ ਵਿੱਚ ASI ਹੈ ਕੋਸ਼ਿਸ਼ ਕੀਤੀ ਡੱਕੜ ਦੀ ਤੇ ਪੁਆਇੰਟ ਰੇਡਰ ਦਾ ਖੋਸਾ ਵਾਲਾ ਗੱਲ ਕਰੀ ਨੌਜਵਾਨ ਅਗਲੀ ਕਬੱਡੀ ਦੀ ਲਓ ਸਾਹਮਣੇ ਕਹਿੰਦੇ ਵੀ ਪਾਈ ਹੋਈ ਕਬੱਡੀ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਹੈ ਹੁਣ ਚਾਰ ਜਾਫੀ ਇੱਕ ਪਾਸੇ ਕਹਿੰਦੇ ਵੀ ਕਸ਼ਮੀਰਾ ਕੋਕਰੀ ਦੀ ਧਰਤੀ ਦਾ ਜੇ ਟੱਚ ਲੱਗ ਗਿਆ ਕਹਿੰਦੇ ਜਾਫੀ ਦਾ ਪੈਣੀ ਨਹੀਂ ਢੱਡ ਵਿਚਾਲੇ ਆ ਜਾਣੇ ਲਓ ਸਾਹਮਣੇ ਫੜਿਆ ਗੁੱਟ ਹੁਣ ਕਹਿੰਦੇ ਵੀ ਲਾਇਆ ਘੁੱਟ ਕੇ ਕਾਲਜ ਦੇ ਨਾਲ ਲਓ ਲਾ ਕੇ ਪਾਸੇ ਮਾਰਿਆ 2012 ਦੇ ਕੈਲੰਡਰ ਤਰ ਲਓ ਫਿਰ ਦੇਖਦੇ ਵੀ ਪੈਂਦੇ ਨੇ ਪਟਾਕੇ ਖੈਂਦੇ ਨੇ ਕਾਕੇ ਲਓ ਰੱਖਿਆ ਧੌੜ ਤੇ ਹੱਥ ਜਿਵੇਂ ਗੱਡੀਆਂ ਵਾਲੇ ਬਲਦ ਦੀ ਪੂਛ ਤੇ ਰੱਖਦੇ ਆ ਗੱਲ ਕਸੂਤੀ ਬਣ ਗਈ ਸਮਾਂ ਬੀਤਿਆ ਤੇ ਪੁਆਇੰਟ ਜਿਹੜਾ ਕਹਿੰਦੇ ਜਾਫੀਆਂ ਦੇ ਸੇ ਲਓ ਜੀਤਾ ਖੋਸਾ ਪਾਂਡੋ ਦੀ ਧਰਤੀ ਦਾ ਕਹਿੰਦੇ ਵੀ ਜੱਦੀ ਪਿੰਡ ਪਾਖਰਵੱਡ ਹੈ ਪਰ ਇਹਦੇ ਨਾਨਕੇ ਕਹਿੰਦੇ ਵੀ ਖੋਸਾ ਪਾਂਡੋ ਹੈ ਪੱਕੇ ਤੌਰ ਤੇ ਖੋਸਾ ਪਾਂਡੋ ਵਸ ਗਿਆ ਜੀਤਾ ਖੋਸਾ ਪਾਂਡੋ ਦੀ ਧਰਤੀ ਦਾ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਲਓ ਸਾਹਮਣੇ ਕਹਿੰਦੇ ਵੀ ਚੱਲ ਚੱਲੀਏ ਜਰਗ ਦੇ ਮੇਲੇ ਤੇ ਮੁੰਡਾ ਤੇਰਾ ਮੈਂ ਚੱਕ ਲੂ ਜਿੱਥੇ ਚੱਲੇਗੀ ਚੱਲੂਗਾ ਨਾਲ ਤੇਰੇ ਟਿਕਟਾਂ ਦੋ ਲੈ ਲਈ ਪੁਆਇੰਟ ਕਹਿੰਦੇ ਵੀ ਗੱਭਰੂ ਲਓ ਸੀ ਜਿੱਥੇ ਸਰਦਾਰ ਸੁਖਵੀਰ ਸਿੰਘ ਦੀ ਪੰਚਾਇਤ ਸਕੱਤਰ ਨੇ 1100 ਰੁਪਏ ਸਾਡੀ ਕਲੱਬ ਨੂੰ ਦਿੱਤਾ ਹੈ ਹਰਪਾਲ ਸਿੰਘ ਦੀ ਸਰਪੰਚ ਮਹਿਣੇ ਵਾਲੇ ਚੇਅਰਮੈਨ ਕੁਲਦੀਪ ਸਿੰਘ ਦੀ ਮਹਿਣਾ ਅਮਰਜੀਤ ਸਿੰਘ ਸਰਪੰਚ ਗਾਵਾਂ ਤੇ ਸੁਖਦੇਵ ਸਿੰਘ ਦੀ ਸੰਧੂ ਕਪੂਰੇ ਇਹ ਸੱਜਣ ਸਾਡੀ ਕਲੱਬ ਨੂੰ 1100 ਰੁਪਏ ਦੇ ਰਹੇ ਨੇ ਵੱਡੇ ਧੰਨਵਾਦ ਨੇ ਇਹਨਾਂ ਸਤਿਕਾਰਯੋਗ ਵੀਰਾਂ ਦੇ ਲਾ ਚੂੜ ਚੱਕਿਆ ਇੱਕ ਬੰਨੇ ਪਾਪੀ ਤੇ ਆਹ ਨੌਜਵਾਨ ਜਾਫੀ ਕਹਿੰਦੇ ਮੁਣ ਹੈ ਢੋਲੇ ਵਾਲੀ ਆ ਕਹਿੰਦੇ ਵੀ ਜੇ 50 ਸਾਲੇ ਗੱਭਰੂ ਖੇਡ ਰਹੇ ਹੈ ਉਮਰ ਜਿਹੜੀ ਕਾਫੀ ਹੋ ਚੁੱਕੀ ਹੈ ਕਿ 25 ਪਿੰਡਾਂ ਚ ਮੇਰੀ 68-62 ਦੀ ਤੇ ਬੁੱਢੜਾ ਨਾ ਜਾਣੀ ਖਿਡਾਰੀਆਂ ਦੇ ਲਓ ਸਾਹਮਣੇ ਕਹਿੰਦੇ ਵੀ ਜਵਾਨੀ ਦੇ ਵਿੱਚ ਪੂਰੀ ਬੱਲੇ ਬੱਲੇ ਕਰਵਾਈ ਹੋਵੇਗੀ ਲਓ ਸਾਹਮਣੇ ਕਹਿੰਦੇ ਗੁਰੂ ਮਹਾਰਾਜ ਦੀ ਬਖਸ਼ੀ ਸਿੱਖੀ ਵੀ ਕਾਇਮ ਹੈ ਕਿ ਬਾਜਾਂ ਵਾਲਿਆ ਆਨੰਦਪੁਰ ਛੱਡ ਦਿੱਤਾ ਬਾਜ ਕਿਸੇ ਪਾਸੇ ਘੋੜਾ ਕਿਸੇ ਪਾਸੇ ਚਾਰ ਪੁੱਤ ਬਖਸ਼ੇ ਪਰਮਾਤਮਾ ਨੇ ਉਹ ਵੀ ਵਾਰ ਦਿੱਤੇ ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ ਖੂਨ ਡੋਲਿਆ ਬੜਾ ਇਸ ਕੌਮ ਲਈ ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ ਫਿਰ ਮਾਛੀ ਵਾੜੇ ਜੰਗਲਾਂ ਵਿੱਚ ਆਣ ਸੁੱਤਾ ਕਲਗੀ ਕਿਸੇ ਪਾਸੇ ਤੋੜਾ ਕਿਸੇ ਪਾਸੇ ਪਾਈ ਹੋਈ ਕਬੱਡੀ ਤੇ ਕਹਿੰਦੇ ਵੀ ਕੋਕਰੀ ਪਿੰਡ ਦਾ ਹਰਦੀਪ ਸਿੰਘ ਨੂੰ ਸਿਫਤ ਕਰੂ ਖੇਡ ਦੇ ਮੈਦਾਨ ਦੇ ਵਿੱਚ ਇਸ ਵੇਲੇ ਸੋਨਾ ਸ਼ਾਹਪੁਰੀਆ ਨੌਜਵਾਨ ਕਬੱਡੀ ਪਾ ਰਿਹਾ ਹੈ ਮਾਝੇ ਦਾ ਮਜਹਿਲ ਜੱਟ ਤੇ ਆ ਗਬਰੂ ਮਾਲਵੇ ਵਾਲਾ ਕਹਿੰਦੇ ਚੂੜ ਚੱਕੀਆ ਪੱਪੀ ਹੈ ਵਾਹ ਓਏ ਨੌਜਵਾਨ ਖੇਡ ਦੇ ਮੈਦਾਨ ਦੇ ਵਿੱਚ ਪਾਈ ਹੋਈ ਕਬੱਡੀ ਹੈ ਮੇਰੇ ਵੀਰੇ ਬਾ ਪਾਈ ਹੋਈ ਕਬੱਡੀ ਦਵਾਬੀਏ ਦੀ ਹੈ ਤੇ ਮਾਲਵੇ ਵਾਲੇ ਨੌਜਵਾਨ ਨੇ ਜੱਫਾ ਲਾ ਦਿੱਤਾ ਚੂੜ ਚੱਕੀ ਪੱਪੀ ਨੇ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਗੱਭਰੂ ਖੇਡ ਦੇ ਮੈਦਾਨ ਦੇ ਵਿੱਚ ਲਓ ਆ ਕਹਿੰਦੇ ਵੀ ਪੁੱਟੋ ਆ ਦੌਲੇ ਵਾਲੀ ਆ ਕਿਤੇ ਗਗੜੇ ਦੇ ਲਈ ਕਬੱਡੀ ਖੇਡੀ ਹੈ ਹੁਣ ਇਹਦਾ ਪੁੱਤ ਵੀ ਕਹਿੰਦੇ ਸਿਰੇ ਦਾ ਖਿਡਾਰੀ ਹੈ ਸਿਮਰਾ ਸਾਡਾ ਵੀਰ ਵੀ ਪੁੱਜਾ ਹੋਇਆ ਲਓ ਸਾਹਮਣੇ ਪੁੱਟੋ ਦੇਖਦੇ ਆ ਵੀ ਮੁੰਡਾ ਝੁਕਿਆ ਹੋਇਆ ਝੁਕਿਆ ਇਸੇ ਕਰਕੇ ਨਹੀਂ ਵੀ ਕਿਸੇ ਗੱਲੋਂ ਡਰਦਾ ਹੈ ਝੁਕਿਆ ਇਸ ਕਰਕੇ ਵੀ ਕੋਈ ਲੱਤੀ ਨਾ ਵੜ ਜੇ ਲਓ ਸਾਹਮਣੇ ਕਹਿੰਦੇ ਵੀ ਪਤੰਦਰ ਬਰਾਬਰ ਦਾ ਟੱਕਰਿਆ ਐਂ ਕਹਿੰਦੇ ਵੀ
ਨਹੀਂ ਰੀਸਾ ਫਸ ਗਿਆ ਤੰਦੂਰ ਚ ਬਿੱਲਾ ਗੱਲ ਕਸੂਤੀ ਬਣ ਗਈ ਲੱਗਾ ਹੋਇਆ ਜੋਰ ਖੇਡ ਦੇ ਮੈਦਾਨ ਦੇ ਵਿੱਚ ਸਮਾਂ ਬੀਤਿਆ ਤੇ ਪੁਆਇੰਟ ਜਿਹੜਾ ਕਪੂਰਥਲੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਕਪੂਰਥਲੇ ਦੀ ਕਹਿੰਦੇ ਰੇਲਵੇ ਕੋਚ ਫੈਕਟਰੀ ਪੂਰੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੈ ਤੇ ਸਾਹਮਣੇ ਕਪੂਰਥਲੇ ਵਾਲਾ ਕਬੱਡੀ ਪਾ ਰਿਹਾ ਤੇ ਸਾਹਮਣੇ ਕਹਿੰਦੇ ਵੀ ਕਿਹੜੇ ਜਿਹੇ ਸਰੀਰ ਦਾ ਬਾਬਾ ਕਰਦਾ ਕੋਸ਼ਿਸ਼ ਪਰ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਹੈ। ਅਗਲੀ ਕਬੱਡੀ ਪਾਉਣ ਦੇ ਲਈ ਫੇਰ ਦੇਖਦਾ ਵੀ ਸਾਹਮਣੇ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਸਾਹਮਣੇ ਕੋਕਰੀ ਹੇਰਾਂ ਵਾਲੇ ਗੱਭਰੂ ਨੇ ਕਬੱਡੀ ਪਾ ਦਿੱਤੀ ਜ਼ਿਲ੍ਹੇ ਮੋਗੇ ਦੀ ਟੀਮ ਦੇ ਲਈ। ਲਾ ਦੇਖਾਂਗੇ ਵੀ ਵਿਸਾਖੀਆ ਦੀ ਪਈ ਹੋਈ ਕਬੱਡੀ ਹੈ ਖੇਡ ਦੇ ਮੈਦਾਨ ਦੇ ਵਿੱਚ। ਚਾਰ ਸਟਾਪਰ ਇਸ ਵੇਲੇ ਕਪੂਰਥਲੀਏ ਹੈ ਮੇਰੇ ਵੀਰੋ ਤੇ ਜਾਫੀ ਨੇ ਐਨ ਗੁੱਟ ਫੜਿਆ ਕੈਂਚੀ ਵੱਜੀ ਹੈ ਕੱਲ ਕਸੂਤੀ ਹੈ ਸਵਾਦ ਆ ਰਿਹਾ ਕਿ ਆਉਂਦਾ ਹੈ ਸਵਾਦ ਪੰਜਾਬੀਆਂ ਨੂੰ ਕਬੱਡੀ ਦੇਖ ਕੇ ਜਦੋਂ ਕੋਈ ਧਾਵੀ ਰੇਡ ਪਾਉਂਦਾ ਮੱਥਾ ਟੇਕ ਕੇ ਲੱਗ ਜਾਵੇ ਵਧੀਆ ਜਿਹਾ ਜੱਫਾ ਤਾਂ ਦੁਨੀਆ ਕਹਿੰਦੀ ਨੱਚ ਮਿੱਤਰੋ ਕਬੱਡੀ ਖੇਡ ਹੈ ਪੰਜਾਬੀਆਂ ਦੀ ਮਾਂ। ਇਹ ਗੱਲ 16 ਨੇ ਸੱਚ ਮਿੱਤਰੋ 16 ਨੇ ਸੱਚ ਗੱਲਾਂ ਨੇ ਤੇ ਇਸ ਵੇਲੇ ਗੱਭਰੂ ਕਬੱਡੀ ਕਬੱਡੀ ਕਰਦਾ ਹੈ ਕਪੂਰਥਲੀਆ ਚਾਰ ਜਾਫੀ ਮੋਗੇ ਦੇ ਹੈ ਤਾਰੀ ਗਗੜੇ ਪਿੰਡ ਦਾ ਕਰਦਾ ਕੋਸ਼ਿਸ਼ ਗੱਲ ਸਮਝਦੀ ਹੈ ਤੇ ਪੁਆਇੰਟ ਇਸ ਵੇਲੇ ਮੇਰੇ ਵੀਰੋ ਮਨੀ ਧੂੜ ਦੇ ਦੱਸਣਾ ਵੀ ਕਿਹਦੇ ਹਿੱਸੇ ਆਉਣਾ ਤੇ ਖੋਸਿਆਂ ਵਾਲਿਆ ਕੱਲ ਕਰੀ ਪਾਈ ਹੋਈ ਕਬੱਡੀ ਦੀ। ਲਓ ਸਾਹਮਣੇ ਨੌਜਵਾਨ ਕਹਿੰਦੇ ਵੀ ਇਸ ਵੇਲੇ ਤਾਰੀ ਗਗੜੇ ਦੀ ਧਰਤੀ ਦਾ ਲਾਹ ਤਕੜਾ ਜਾਫਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਆ ਮੁੰਡਾ ਕਹਿੰਦਾ ਵੀ ਹਾਸਿਆਂ ਦੀ ਪਟਾਰੀ ਆ ਵੱਡਾ ਢਿੱਡ ਹੈ ਤੇ ਪੰਜ ਦੇ ਬੈਂਡ ਵਰਗੀ ਧੁੰਨੀ ਹੈ ਇਹਦੀ। ਲਓ ਸਾਹਮਣੇ ਕਹਿੰਦੇ ਵੀ ਮੁੰਡਾ ਇਸ ਵੇਲੇ ਬੁਗਲਾ ਕਬੱਡੀ ਪਾ ਰਿਹਾ ਤੇ ਬੂਟਾ ਪਮਾਲ ਪਿੰਡ ਦਾ ਕਹਿੰਦਾ ਵੀ ਪੁਆਇੰਟ ਬੁਗਲੇ ਨੌਜਵਾਨ ਦੇ ਹਿੱਸੇ ਹੈ। ਬੁਗਲਾ ਕਹਿੰਦੇ ਵੀ ਪੁਆਇੰਟ ਮੋਗੇ ਦੀ ਟੀਮ ਲਈ ਜੋੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਬਠਿੰਡੇ ਵਾਲਾ ਬੁਗਲਾ ਕਿ ਮੁੰਡਾ ਸੋਹਣਾ ਨੀ ਬਠਿੰਡੇ ਦਾ ਬਠਿੰਡ ਵੀ ਤੇ ਮੈਨੂੰ ਕਹਿੰਦਾ ਹਾਏ ਡਿਸਕੋ। ਲਓ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਕਪੂਰਥਲੀਆ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਚਾਰ ਸਟਾਪਰ ਨੇ ਜਿਹੜੇ ਮੋਗੇ ਵਾਲੇ ਕਿਹੜੇ ਗੱਭਰੂ ਨੇ ਜੱਫਾ ਲਾਉਣਾ ਹੈ ਗੱਲ ਆਪਾਂ ਸਮੇਂ ਦੀ ਕਰਨੀ ਹੈ। ਲਾ ਦੇਖਾਂਗੇ ਵੀ ਜਵਾਨੀ ਦੇ ਪਹਿਰ ਵੀ ਪੂਰੀ ਤਕੜੀ ਕਬੱਡੀ ਖੇਡੀ ਹੈ ਕਿ ਤਾਵੇ 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 ਬੁੱਢੀ ਉਮਰੇ ਸੋਚੇ ਬੰਦਾ ਕਿਤੇ ਮੁੜ ਕੇ ਫੇਰ ਜਵਾਨੀ ਆਵੇ ਮੁੜ ਕੇ ਫੇਰ ਜਵਾਨੀ ਆਵੇ। ਲਾ ਪੱਪੀ ਚੂੜ ਚੱਕੀ ਨੇ ਜੱਫਾ ਲਾ ਦਿੱਤਾ ਹੈ ਪਿੰਦਾ ਕੋਟ ਕਰੋੜੀਆ ਗੱਭਰੂ ਅਗਲੀ ਕਬੱਡੀ ਪਾਉਂਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਚਾਰ ਸਟਾਪਰ ਇਸ ਵੇਲੇ ਕਪੂਰਥਲੀਏ ਬਿਲਕੁਲ ਤਿਆਰ ਨੇ ਕਿੱਲੀਵਾੜੇ ਦੇ ਫੌਜੀ ਵਰਗੇ ਮੇਰੇ ਵੀਰੋ ਕੰਧੇ ਦਾਨੇ ਵਾਲੀਏ ਵਰਗੇ ਚਾਰ ਜਾਫੀ ਹੈ ਤੇ ਮੁੰਡਾ ਐਨ ਹੰਦੇ ਦੇ ਕੋਲ ਆਣ ਗੁੱਟ ਫੜਦਾ ਹੈ ਖੇਡ ਦੇ ਮੈਦਾਨ ਦੇ ਵਿੱਚ। ਗੱਲ ਕਸੂਤੀ ਹੈ ਤੇ ਕਹਿੰਦੇ ਵੀ ਪੰਮਾ ਪੰਡੋਰੀ ਵਾਲਾ ਏਐਸਆਈ ਹੈ ਪੰਜਾਬ ਪੁਲਿਸ ਦੇ ਵਿੱਚ ਕੋਸ਼ਿਸ਼ ਕੀਤੀ ਹੈ ਪਰ ਸਫਲਤਾ ਧਾਵੀ ਦੇ ਕਦਮ ਚੁੰਮਦੀ ਹੈ ਤੇ ਖੁਸ਼ਾਂ ਵਾਲਿਆ ਅਗਲੀ ਗੱਲ ਕਰੀ ਨੌਜਵਾਨਾਂ ਖੇਡ ਕਬੱਡੀ ਦੀ। ਲਓ ਸਾਹਮਣੇ ਫਿਰ ਦੇਖਦੇ ਵੀ ਕਪੂਰਥਲੇ ਦੀ ਪਾਈ ਹੋਈ ਕਬੱਡੀ ਹੈ ਖੇਡ ਦੇ ਮੈਦਾਨ ਦੇ ਵਿੱਚ। ਚਾਰ ਜਾਫੀ ਕਹਿੰਦੇ ਵੀ 2 ਨੰਬਰ ਦੇ ਪੱਪੀ ਚੂੜ ਚੱਕ ਵਾਲਾ ਮੁੰਡਾ ਕਹਿੰਦੇ ਲੱਤਾਂ ਦੇ ਵਿੱਚ ਵੜ ਗਿਆ। ਲਓ ਸਾਹਮਣੇ ਕਹਿੰਦੇ ਵੀ ਬੜਿੰਗ ਵਾਲ ਪੈ ਗਿਆ ਜੱਟਾਂ ਦੇ ਪੁੱਤ ਪਤੰਦਰ ਬੜੇ ਸੀ ਖੜੇ ਸ਼ਿਕੰਦਰ ਤੇ ਧੱਕੇ ਨਾਲ ਲੈ ਗਏ ਅੰਦਰ ਪੱਪੀ ਚੂੜ ਚੱਕੀਆ ਪੁਆਇੰਟ ਕਹਿੰਦੇ ਵੀ ਮੋਗੇ ਦੀ ਟੀਮ ਲਈ ਜੋੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਬੁਗਲਾ ਕਹਿੰਦੇ ਵੀ ਅਗਲੀ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਦੇਖਾਂਗੇ। ਪੱਟ ਤੇ ਕਹਿੰਦੇ ਵੀ 2-3 ਥਾਪੀਆਂ ਮਾਰੀਆਂ ਬੁਗਲਾ ਬਠਿੰਡੇ ਵਾਲਾ ਕਬੱਡੀ ਪਾ ਰਿਹਾ। ਬਠਿੰਡਾ ਜ਼ਿਲ੍ਹਾ ਕਹਿੰਦੇ ਵੀ ਬਠਿੰਡੇ ਦੇ ਵਿੱਚ 7 ਲਾਈਨਾਂ ਪੈਂਦੀਆਂ। ਲਓ ਸਾਹਮਣੇ ਦੇਖਦੇ ਆ ਵੀ ਬੁਗਲਾ ਤਾੜੀਆਂ ਮਾਰਦੇ ਦਰਸ਼ਕ ਵੀਰੋ ਬੜਾ ਵਧੀਆ ਸਟਾਈਲ ਹੈ ਕਹਿੰਦੇ ਕਬੱਡੀ ਬੜੀ ਤਕੜੀ ਖੇਡੀ ਹੈ ਜਵਾਨੀ ਦੇ ਪਹਿਰੇ ਚ ਵੀ ਬਠਿੰਡੇ ਵਾਲੇ ਬੁਗਲੇ ਨੇ ਤੇ ਇਸ ਵੇਲੇ ਸਾਹਮਣੇ ਨੌਜਵਾਨ ਗੱਭਰੂ ਕਬੱਡੀ ਪਾਉਂਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਸੋਨਾ ਸਾਹਪੁਰੀ ਕਬੱਡੀ ਪਾ ਰਿਹਾ ਹੈ ਮੇਰੇ ਵੀਰੋ ਦਵਾਬੀਏ ਨੌਜਵਾਨ ਨੇ ਕਬੱਡੀ ਪਾ ਦਿੱਤੀ ਹੈ ਤੇ ਜਾਫੀ ਕੌਣ ਹੈ ਕੋਕਰੀ ਪਿੰਡ ਦਾ ਮੰਦਰ ਹੈ ਇਸ ਵੇਲੇ ਸਾਹਮਣੇ ਨੌਜਵਾਨ ਜਾਫੀ ਕਹਿੰਦੇ ਕੋਕਰੀ ਵਾਲੇ ਦਰਸ਼ੀ ਨੇ ਕਬੱਡੀ ਬੜੀ ਤਕੜੀ ਖੇਡੀ ਹੈ ਮੰਦਰ ਕੋਕਰੀ ਵਾਲਾ ਫੜ ਕੇ ਗੁੱਟ ਮਾਰ ਕੇ ਕੈਂਚੀ ਲਾਉਂਦਾ ਹੋਇਆ ਬੜਾ ਤਕੜਾ ਜੱਫਾ ਪੁਆਇੰਟ ਜਾਫੀ ਦਾ। ਅਗਲੀ ਕਬੱਡੀ ਕੋਕਰੀ ਹੇਰਾਂ ਵਾਲੇ ਵਿਸਾਖੀਆ ਦੀ ਹੈ ਖੇਡ ਦੇ ਮੈਦਾਨ ਦੇ ਵਿੱਚ। ਗਗੜੇ ਵਾਲੇ ਫੌਜੀ ਨੇ ਵੀ ਬੜੀ ਤਕੜੀ ਕਬੱਡੀ ਖੇਡੀ ਹੈ ਮੇਰੇ ਵੀਰੋ। ਚਾਰ ਸਟਾਪਰ ਇਸ ਵੇਲੇ ਕਪੂਰਥਲੇ ਦੇ ਬਿਲਕੁਲ ਤਿਆਰ ਨੇ
ਤੇ ਖੋਸੇਕੋਟਲੇ ਪਿੰਡ ਦਾ ਅਮਰੀਕ ਸਿੰਘ ਕੋਕਰੀ ਹੇਰਾਂ ਵਾਲੇ ਵਿਸਾਖੀ ਦੀ ਸਿਫਤ ਕਰਦਾ ਹੈ ਭਾਈ ਕਬੱਡੀ ਦੀ। ਲਓ ਸਾਹਮਣੇ ਪੁਆਇੰਟ ਜਿਹੜਾ ਕਹਿੰਦਾ ਵੀ ਮੋਗੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ। ਕਹਿੰਦੇ ਗੁਰੂ ਮਹਾਰਾਜ ਦੀ ਬਖਸ਼ਿਸ਼ ਸਿੱਖੀ ਸਾਂਭੀਏ ਦੇ ਉੱਤੇ ਰੁਮਾਲ ਬੰਧਾ ਹੋਇਆ ਜੂੜੇ ਦੇ ਉੱਪਰ, ਕਿੰਨਾ ਸੋਹਣਾ ਲੱਗਦਾ ਹੈ। ਹੁਣ ਚਾਰ ਜਾਫੀ ਦੇਖਾਂਗੇ ਵੀ ਪਿੱਛੇ ਨੂੰ ਹਟਦੇ ਜਾ ਰਹੇ ਨੇ ਔਰ ਹਲਕਾ ਹਲਕਾ ਕਹਿੰਦੇ ਵੀ ਪਰਿਸ਼ਾਵਾਂ ਵੀ ਪਿੱਛੇ ਨੂੰ ਹਟਿਆ। ਭਾਈ ਹੋਈ ਕਬੱਡੀ ਇਹ ਵਿੱਚ ਸ਼ਹਿਰ ਇੱਕ ਕਿੱਲਾ ਲੈ ਲਿਆ, ਵੇਚੂ ਕੱਟ ਪਲਾਟ ਕੋੜੇ, ਵੇਖਣ ਨੂੰ ਲੱਗਦਾ ਖੜਕਿਆ ਜਿਹਾ ਪਰ ਪਹਿਲੀ ਕਿੱਕ ਸਟਾਰਟ ਕੋੜੇ, ਵੇਖਣ ਨੂੰ ਲੱਗਦਾ ਖੜਕਿਆ ਜਿਹਾ ਪਰ ਪਹਿਲੀ ਕਿੱਕ ਸਟਾਰਟ ਕੋੜੇ। ਕਸ਼ਮੀਰਾ ਕੋਕਰੀ ਦੀ ਧਰਤੀ ਦਾ ਕਹਿੰਦੇ ਵੀ ਮੁੰਡਾ ਮਗਰ ਭੱਜਾ ਆਉਂਦਾ ਜਿਵੇਂ ਨਿਆਈ ਵਾਲੇ ਇਕੱਠੇ ਮਗਰ ਜੱਟ ਭੱਜਦਾ ਆਉਂਦਾ। ਲਓ ਪੁਆਇੰਟ ਕਹਿੰਦੇ ਵੀ ਉਸ ਵੇਲੇ ਕਪੂਰਥਲੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਲਓ ਸਾਹਮਣੇ ਦੇਖਾਂਗੇ ਵੀ ਇਸ ਵੇਲੇ ਮੋਗੇ ਦੀ ਤਰਫੋਂ ਪਾਈ ਹੋਈ ਕਬੱਡੀ ਆ ਖੇਡ ਦੇ ਮੈਦਾਨ ਦੇ ਵਿੱਚ। ਚਾਰ ਜਾਫੀ ਕਹਿੰਦੇ ਵੀ ਕਪੂਰਥਲੇ ਦੀ ਧਰਤੀ ਦੇ ਹੈ ਤੇ ਪੰਮਾ ਪੰਡੋਰੀ ਵਾਲਾ ਕਹਿੰਦੇ ਵੀ ਪੰਜਾਬ ਪੁਲਿਸ ਦੇ ਵਿੱਚ ASI ਹੈ। ਪਰ ਪੁਆਇੰਟ ਉਸ ਵੇਲੇ ਜ਼ਿਲ੍ਹੇ ਮੋਗੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਨਾਲ ਕਹਿੰਦੇ ਵੀ ਅਗਲੀ ਪਾਈ ਹੋਈ ਕਬੱਡੀ ਜੋੜ ਕੋਕਰੀ ਵਾਲਾ ਹਰਦੀਪ ਸਿੰਘ ਸਿਫਤ ਕਰੂ ਨੌਜਵਾਨ। ਅਗਲੀ ਕਬੱਡੀ ਪਾਉਣ ਦੇ ਲਈ ਸਾਹਮਣੇ ਸਾਹਮਣੇ ਦੇਖਦਾ ਵੀ ਨੌਜਵਾਨ ਗੱਭਰੂ ਮੇਜਰ ਸਿੰਘ ਹੈ, ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਚਾਰ ਸਟਾਪਰ ਇਸ ਵੇਲੇ ਬਿਲਕੁਲ ਤਿਆਰ ਨੇ। ਢੋਲੇ ਵਾਲੀ ਮੋੜ ਆਪਾਂ ਪਿਚੂੜ ਚੱਕੀ ਆ। ਕੋਕਰੀ ਪਿੰਡ ਦਾ ਕਸ਼ਮੀਰਾ ਤੇ ਤਾਰੀ ਗਗੜੇ ਵਾਲਾ ਚਾਰ ਜਾਫੀ ਹੈ। ਦੇਖਾਂਗੇ ਵੀ ਕਿਹੜੇ ਗੱਭਰੂ ਨੇ ਜੱਫਾ ਲਾਉਣਾ ਹੈ। ਗੱਲ ਸਮੇਂ ਦੀ ਹੈ ਕਿ ਅੰਬਰ ਵੇਲ ਦੀ ਸੁੱਟੀ ਦੀ ਬਲਹਾਰੇ ਬੂਟੇ ਤੇ ਪੁੱਤ ਕਿਸੇ ਦਾ ਨਸ਼ੇ ਨਾ ਲਾਈਏ, ਸੁਲਫੇ ਸੂਟੇ ਤੇ ਦੁੱਧ ਉਬਲਦੇ ਪੁੱਤ ਵਿਗੜਦੇ ਦੇਰ ਨਾ ਲਾਉਂਦੇ ਨੇ, ਬਹਿ ਕੇ ਵੇਖ ਜਵਾਨਾ ਬਾਬੇ ਕਬੱਡੀਆਂ ਪਾਉਂਦੇ ਨੇ ਤਾੜੀਆਂ ਮਾਰਦੇ ਕੁਆਰੀ। ਗਗੜੇ ਵਾਲੇ ਤਾਰੀ ਨੇ ਜੱਫਾ ਲਾ ਦਿੱਤਾ ਹੈ। ਅਗਲੀ ਕਬੱਡੀ ਜੀਤਾ ਖੋਸੇ ਪਾਂਡੋ ਵਾਲਾ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਕਿਸ਼ਨਪੁਰਾ ਤੇ ਗਗੜਾ ਵੀ ਅਗਲੇ ਮੈਚ ਲਈ ਟੀਮਾਂ ਤਿਆਰੀ ਫੜ ਲੈਣਗੀਆਂ। ਕਿਸ਼ਨਪੁਰਾ ਤੇ ਗਗੜਾ ਵੀ, ਜਨੇਤਪੁਰਾ ਤੇ ਚੂੜ ਚੱਕ, ਇਹ ਵੀ ਟੀਮਾਂ ਜਿਹੜੀ ਜਨੇਤਪੁਰਾ ਤੇ ਲਓ ਸਾਹਮਣੇ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਇੱਕ ਪਾਸੇ ਕਹਿੰਦੇ ਵੀ ਭਾਰੀ ਸਰੀਰ ਹੈ ਤੇ ਦੂਜੇ ਪਾਸੇ ਕਹਿੰਦੇ ਵੀ ਮੁੰਡਾ ਕਹਿਰੇ ਜੇ ਸਰੀਰ ਦਾ ਹੈ। ਲਓ ਹੁਣ ਦੇਖਾਂਗੇ ਵੀ ਅਗਲੀ ਕਬੱਡੀ ਹਾਫ ਹੋਇਆ ਜੀ, ਠੀਕ ਹੈ। ਸਾਡੇ 16 ਪੁਆਇੰਟ ਆ ਜੀ ਮੋਗੇ ਦੇ ਤੇ 8 ਪੁਆਇੰਟ ਆ ਕਪੂਰਥਲੇ ਦੇ ਹਾਫ ਤੱਕ। 8 ਪੁਆਇੰਟ ਆ ਕਪੂਰਥਲੇ ਦੇ, ਮੋਗੇ ਦੇ ਪੁਆਇੰਟ ਆ ਜੀ 16.5। ਲਾ ਇਸੇ ਲਈ ਸਾਈਡਾਂ ਜਿਹੜੀਆਂ ਚੇਂਜ ਹੋ ਚੁੱਕੀਆਂ। ਮੋਗੇ ਦੀ ਟੀਮ ਆ ਗਈ ਹੈ ਲਹਿੰਦੇ ਵਾਲੇ ਪਾਸੇ, ਚੜ੍ਹਦੇ ਵਾਲੇ ਪਾਸੇ ਟੀਮ ਕਪੂਰਥਲੇ ਦੀ ਹੈ। ਗੋਰਾ ਬੋਟਰ ਵਾਲਾ ਤੇ ਲੰਡੀ ਰੌਲੀ ਵਾਲਾ ਸਾਡਾ ਵੀਰ ਆਪਣੇ ਜਿਹੜੇ ਮਾਨ ਸਨਮਾਨ ਲੈਣਗੇ। ਵੱਡੇ ਜਿਹੜੇ ਵਧੀਆ ਪ੍ਰਦਰਸ਼ਨ ਕੀਤੇ ਉਹਨਾਂ ਨੇ ਖੇਡ ਕੇ, ਪੁਰਾਣੇ ਵਾਲ ਦੀ ਟੀਮ ਵੱਲੋਂ ਵੱਡਾ ਧੰਨਵਾਦ ਹੈ ਉਹਨਾਂ ਵੀਰਾਂ ਦਾ। ਪ੍ਰੇਮ ਕਪੂਰਾਂ ਵਾਲਾ ਵੀਰ ਉਸ ਵੀਰ ਦੇ ਵੀ ਜਿਹੜੇ ਮਾਨ ਸਨਮਾਨ ਕੀਤੇ ਜਾਣੇ ਹੈ ਉਹ ਵੀਰ ਵੀ ਆਪਣਾ ਮਾਨ ਸਨਮਾਨ ਲੈ ਲਵੇ ਆ ਕੇ ਪ੍ਰੇਮ ਕਪੂਰਾਂ ਵਾਲਾ ਸਾਡਾ ਵੀਰ। ਇਸ ਵੇਲੇ ਮੈਂ ਜਿਹੜਾ ਬੜਾ ਵਧੀਆ ਖੇਡਿਆ ਜਾ ਰਿਹਾ ਖੇਡ ਕਬੱਡੀ ਦਾ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ, ਗੱਲ ਆਪਾਂ ਜਿਹੜੀ ਸਮੇਂ ਦੀ ਕਰਨੀ ਹੈ ਮੇਰੇ ਵੀਰੋ। ਇਸ ਵੇਲੇ ਮੋਗਾ ਤੇ ਕਪੂਰਥਲੇ ਦੀਆਂ ਟੀਮਾਂ ਦੇ ਦਰਮਿਆਨ ਮੇਰੇ ਵੀਰੋ ਮੈਚ ਖੇਡਿਆ ਜਾ ਰਿਹਾ ਤੇ ਹਾਸ ਸਮੇਂ ਤੋਂ ਬਾਅਦ ਪਹਿਲੀ ਕਬੱਡੀ ਪੈ ਚੁੱਕੀ ਹੈ ਕਿ ਫਿਰ ਥਾਪੀਆਂ ਕੰਧਾਂ ਦੇ ਕੋਲੇ ਮਾਰਦਾ ਵੇ ਪਤਾ
ਤਾਂ ਲੰਘ ਜੂਗਾ ਤੋਲੇ ਹੋਏ ਭਾਰ ਦਾ, ਜੇ ਕੋਈ ਮਿਲ ਗਿਆ ਭੈੜੇ ਪਰਿਵਾਰ ਦਾ ਤੇ ਕਿਤੇ ਵੀ ਨੀ ਜੀ ਲੱਗਦਾ। ਘੋੜੀ ਘੋੜੀਆਂ ਚ ਦੇਖ ਲਈ ਭਜਾ ਕੇ ਆ ਘਰੇ ਪਤਾ ਕੀ ਲੱਗਦਾ। ਇਸ ਵੇਲੇ ਢੋਲੇ ਵਾਲੀ ਮੋਹਣੇ ਦੀ ਅਸਫਲ ਕੋਸ਼ਿਸ਼ ਹੈ ਤੇ ਪੁਆਇੰਟ ਰੇਡਰ ਦਾ ਕੋਕਰੀ ਵੇੜਾ ਪਿੰਡ ਦਾ ਵਿਸਾਖਾ ਸਿੰਘ ਇਸ ਵੇਲੇ ਅਗਲੀ ਕਬੱਡੀ ਪਾ ਰਿਹਾ ਤੇ ਸਾਹਮਣੇ ਚਾਰ ਚੌਪਰ ਬਿਲਕੁਲ ਤਿਆਰ ਹੈ। ਲਾ ਸਾਹਮਣੇ ਬੰਡੋਰੀ ਵਾਲਾ ਨੌਜਵਾਨਾਂ ਜੇਕਰ ਜੱਫਾ ਲਾਵੇਗਾ ਤਾਂ ਬੱਲੇ ਬੱਲੇ ਹੋਣੀ ਹੈ, ਨੋਟਾਂ ਦੀ ਵਰਖਾ ਹੋ ਜਾਣੀ ਹੈ। ਇਸ ਵੇਲੇ ਕਹਿੰਦੇ ਵੀ ਪੰਜਾਬ ਪੁਲਿਸ ਦੇ ਜੀ ਵੱਡੀਆਂ ਸਵਾਵਾਂ ਨੇ ਸਾਡੇ ਵੀਰ ਪੰਮੇ ਦੀਆਂ। ਲਾ ਮੇਰੇ ਵੀਰੋ ਸਾਹਮਣੇ ਨੌਜਵਾਨ ਜਾਫੀ ਕੰਕਾ ਹੈ ਦਾਨੇ ਵਾਲੀਆਂ, ਕੋਸ਼ਿਸ਼ ਕਰਦਾ ਤੇ ਗੱਲ ਸਮੇਂ ਦੀ ਹੈ। ਇੱਕ ਬੰਨੇ ਮਾਲਵੇ ਵਾਲਾ ਡਿੱਗਦਾ ਢਹਿੰਦਾ ਪੁਆਇੰਟ ਲੈ ਕੇ ਵਾਪਸ ਹੈ। ਸਾਡੇ ਭਾਈ ਹਰਿੰਦਰ ਗਿੱਲ ਜੀ ਵਿਜੀਲੈਂਸ ਬਿਊਰੋ ਵਾਲੇ ਉਹ 500 ਰੁਪਇਆ ਦੇ ਰਹੇ ਨੇ ਮੇਰੇ ਬੋਲਾਂ ਤੋਂ ਖੁਸ਼ ਹੋ ਕੇ, ਵੱਡਾ ਧੰਨਵਾਦ ਹੈ ਹਰਿੰਦਰ ਗਿੱਲ ਜੀ ਵਿਜੀਲੈਂਸ ਬਿਊਰੋ ਵਾਲੇ, ਵੱਡਾ ਧੰਨਵਾਦ 500 ਰੁਪਇਆ ਮੇਰੇ ਬੋਲਾਂ ਤੋਂ ਖੁਸ਼ ਹੋ ਕੇ ਦੇ ਰਹੇ ਨੇ, ਬਹੁਤ ਬਹੁਤ ਧੰਨਵਾਦ ਨੇ ਇਹਨਾਂ ਸਤਿਕਾਰਯੋਗ ਵੀਰਾਂ ਦੇ। ਤੇ ਇਸ ਵੇਲੇ ਸਾਹਮਣੇ ਨੌਜਵਾਨ ਗੱਭਰੂ ਪੰਮੇ ਦੀ ਕਬੱਡੀ ਤੇ ਪੁਰਾਣੇ ਵਾਲੀਆਂ ਫੀਲੀ, ਵਾਹ ਨਹੀਂ ਓਰੀਸਾ ਫੀਲੀ ਪੁਰਾਣੇ ਵਾਲੀਆਂ ਨੇ ਮੁੱਠੀ ਕੈਂਚੀ ਪਾ ਲਈ ਹੈ, ਇੱਕ ਬੰਨੇ ਮੁੱਠੀ ਭਰ ਸਰੀਰ ਹੈ, ਬਾਬਾ ਪੁੱਠਾ ਪੰਗਾ ਲੈ ਲਿਆ, ਬਾਬਾ ਗੇਰ ਗੱਡੀ ਦਾ ਅੜ ਗਿਆ ਵੇ ਧੱਕਾ ਲਾਉਂਦੀ ਦਾ ਸਾਹ ਚੜ ਗਿਆ। ਤੇ ਜੇ ਜਫਾ ਲੱਗ ਜਾਂਦਾ ਗੱਲ ਉਹ ਬਣ ਜਾਣੀ ਸੀ ਜਿਵੇਂ ਖੰਡ ਵਾਲੀ ਬੋਰੀ ਨਾਲ ਸੇਬਾ ਲੌਂਕਦਾ ਹੁੰਦਾ, ਇੱਕ ਪਾਸੇ ਕਹਿੰਦੇ ਭਾਰੀ ਸਰੀਰ ਹੈ ਤੇ ਸਾਹਮਣੇ ਭੁੱਟੋ ਕਹਿੰਦੇ ਵੀ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ, ਸਾਹਮਣੇ ਦੋਲੇ ਵਾਲੀ ਹੈ ਭੁੱਟੋ ਦੀ ਪਾਈ ਹੋਈ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਅੱਜ ਵੀ ਕਹਿੰਦੇ ਸਰੀਰ ਸਾਂਭਿਆ ਪੂਰੀ ਬੱਲੇ ਬੱਲੇ ਹੈ ਤੇ ਸਾਹਮਣੇ ਕਹਿੰਦੇ ਵੀ ਗੱਲ ਕਸੂਤੀ ਬਣ ਗਈ ਨਹੀਂ ਰੀਸਾ ਤੇ ਔਰ ਮੁੰਡਾ ਕਹਿੰਦੇ ਵੀ ਹੱਥਾਂ ਚੋਂ ਨਿਕਲ ਗਿਆ। ਭੁੱਟੋ ਦੋਲੇ ਵਾਲੀ ਆ ਪੁਆਇੰਟ ਮੋਗੇ ਦੀ ਟੀਮ ਲਈ ਜੋੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ, ਕਿਸ਼ਨਪੁਰਾ ਤੇ ਗਗੜਾ ਵੀ ਨਾਲ ਹੀ ਜਨੇਤਪੁਰਾ ਤੇ ਚੜਿੱਕ ਇਹ ਟੀਮਾਂ ਤਿਆਰੀ ਫੜ ਲੈਣਗੀਆਂ। ਇਸ ਵੇਲੇ ਚਾਰ ਸਟਾਪਰ ਨੇ ਜ਼ਿਲ੍ਹੇ ਮੋਗੇ ਵਾਲੇ ਤੇ ਇਧਰੋਂ ਕਪੂਰਥਲੀਆ ਵੀ ਥਾਪੀਆਂ ਮਾਰਦਾ ਮੇਰੇ ਵੀਰੇ, ਲਲਕਾਰਦਾ ਬੰਗਾਰਦਾ ਕਹਿੰਦਾ ਮੈਂ ਪੁਆਇੰਟ ਲੈ ਕੇ ਭੱਜਣਾ ਤੇ ਮੋਹਣੇ ਢੋਲੀ ਵਾਲੀਆਂ ਨੇ ਵੀ ਪੂਰੀ ਵਿਉਂਤਬੰਦੀ ਬਣਾ ਲਈ ਹੈ। ਕੋਕਰੀ ਵਾਲੇ ਕਸ਼ਮੀਰੇ ਨੇ ਲੱਕ ਫੜ ਲਿਆ, ਜਿਵੇਂ ਸਿਆਣੇ ਕਹਿੰਦੇ ਅਵਲੀ ਨਵਾਇਆ ਮਾੜਾ ਤੇ ਲੱਕ ਫੜਾਇਆ ਮਾੜਾ, ਦੋਨੇ ਕੰਮ ਮਾੜੇ ਹੀ ਹੈ। ਕੋਕਰੀ ਵਾਲਾ ਕਸ਼ਮੀਰਾ ਜੱਫਾ ਲਾ ਚੁੱਕਿਆ ਹੈ। ਅਗਲੀ ਕਬੱਡੀ ਮੋਗੇ ਵਾਲਾ ਗੱਭਰੂ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਕਿ ਜਗਰਾਵਾਂ ਠੰਡੀਆਂ ਸ਼ਾਮਾਂ ਲੁਧਿਆਣੇ ਲੋ ਵਗਦੀ ਤੇ ਮੋਗਾ ਚਾਹ ਜੋਗਾ। ਇਸ ਵੇਲੇ ਜਾਫੀ ਚੁੰਬੜ ਗਿਆ 440 ਬੋਲਟ ਦੇ ਕੰਟ ਵਾਂਗੂ, ਗੱਲ ਕਸੂਤੀ ਹੈ, ਗੱਲ ਕਸੂਤੀ ਹੈ ਮੇਰੇ ਵੀਰੋ। ਤੇ ਦੇਖਦਾ ਵੀ ਗੱਲ ਜਿਹੜੀ ਸਮੇਂ ਦੀ ਹੋ ਗਏ ਮੇਣੋ ਮੇਣੀ, ਪੁਆਇੰਟ ਰੇਡਰ ਦਾ ਪੁਆਇੰਟ ਧਾਵੀ ਦਾ ਸਾਹਮਣੇ ਫਿਰ ਦੇਖਾਂਗੇ ਵੀ ਇਸ ਵੇਲੇ ਕਪੂਰਥਲੇ ਦੀ ਤਰਫੋਂ ਪਾਈ ਹੋਈ ਕਬੱਡੀ ਉਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਹੈ। ਇੱਕ ਪਾਸੇ ਕਹਿੰਦੇ ਵੀ ਕੋਕਰੀ ਵਾਲੇ ਮੰਦਰ ਨੇ ਦੋ ਥਾਪੀਆਂ ਮਾਰੀਆਂ ਇੱਕ ਪੱਟ ਦੇ ਉੱਪਰ, ਦੋ ਨੰਬਰ ਤੇ ਕਹਿੰਦੇ ਵੀ ਕਸ਼ਮੀਰਾ ਨਾਲ ਪੱਪੀ ਚੂੜ ਚੱਕੀ ਆ ਤੇ ਇੱਕ ਪਾਸੇ ਕਹਿੰਦੇ ਵੀ ਭਾਰੀ ਸਰੀਰ ਦੇ ਵਿੱਚ ਤਾਰੀ ਗਗੜੇ ਦੀ ਧਰਤੀ ਦਾ ਲੋ ਕਸ਼ਮੀਰਾ। ਕੋਕਰੀ ਵਾਲਾ ਕਹਿੰਦੇ ਵੀ ਗੁੱਟ ਫੜ ਕੇ ਖੜ ਗਿਆ ਖੇਡ ਦੇ ਮੈਦਾਨ ਦੇ ਵਿੱਚ, ਲੋ ਸਾਹਮਣੇ ਫੜਿਆ ਹੋਇਆ ਗੁੱਟ ਕਹਿੰਦੇ ਵੀ ਕਿਰਪਾਲ ਸਾਧ ਵਾਂਗੂ ਲੱਗਾ ਹੋਇਆ ਜ਼ੋਰ ਔਰ ਸਮਾਂ ਬੀਤਿਆ ਦੇ ਪੁਆਇੰਟ ਜਿਹੜਾ ਮੋਗੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਲਾ ਸਾਹਮਣੇ ਇਸ ਵੇਲੇ ਬਠਿੰਡੇ ਵਾਲਾ ਬੁਗਲਾ ਕਬੱਡੀ ਪਾ ਰਿਹਾ ਹੈ। ਲੈ ਵੀ ਬਠਿੰਡੇ ਵਾਲਿਆ ਜੇਕਰ ਨੱਚ ਕੇ ਪੁਆਇੰਟ ਲੈ ਕੇ ਆਵਾਂਗੇ ਤਾਂ ਬੱਲੇ ਬੱਲੇ ਹੋਣੀ ਹੈ। ਵਾਹ ਬੜਾ ਵਧੀਆ ਸਟਾਈਲ ਹੈ ਕਬੱਡੀ ਪਾਉਣ ਦਾ ਮੇਰੇ ਵੀਰੋ। ਲਾ ਸਾਹਮਣੇ ਜ਼ਿਲ੍ਹੇ ਬਠਿੰਡੇ ਨੂੰ ਵੱਡਾ ਮਾਣ ਹੈ ਤੇ ਬੁਗਲਾ ਕਬੱਡੀ ਪਾਉਂਦਾ ਹੋਇਆ ਤੇ ਗੱਲ ਕਸੂਤੀ ਹੈ, ਗੱਲ ਸਮੇਂ ਦੀ ਹੈ। ਲੈ ਵੀਰ ਹਰਿੰਦਰ ਸਿੰਘ ਦੇਖ ਇਸ ਵੇਲੇ ਪਾਈ ਕਬੱਡੀ ਨੂੰ ਤੇ ਬੁਗਲੇ ਦਾ ਗੁੱਟ ਫੜ ਲਿਆ, ਗੱਲ ਕਸੂਤੀ ਹੋ ਗਈ ਹੈ ਖੇਡ ਦੇ ਮੈਦਾਨ ਦੇ ਵਿੱਚ। ਜਾਫੀ ਦੇਖਦਾ ਵੀ ਪੂਰਾ ਮੇਰੇ ਵੀਰੋ ਕੈਮ ਹੈ, ਵਾਹ ਕਿ ਮੈਨੂੰ ਕੁੜੀਏ ਤੋਂ ਮੁੰਡੜਾ ਨਾ ਜਾਣੀ ਨੀ, ਮੇਰੀ ਖਾਧੀ ਖੁਰਾਕ ਪੁਰਾਣੀ ਪੁਰਾਣੀ ਖੁਰਾਕ ਖਾਧੀ ਹੈ ਮੇਰੇ ਵੀਰੇ ਤੇ ਅੱਜ ਰੰਗ ਲਿਆਉਂਦੀ ਹੈ ਖੇਡ ਦੇ ਮੈਦਾਨ ਦੇ ਵਿੱਚ ਕਿ ਮਾੜਾ ਕਿੱਥੋਂ ਸਹਿਲੂ ਹੂਰੇ ਪਏ ਜਵਾੜਿਆ ਤੇ, ਜੇ ਖਾਧੀ ਹੋਵੇ ਖੁਰਾਕ ਤਾਂ ਰੰਗ ਦਿਖਾਉਂਦੀ ਖਾੜਿਆ ਸੀ। ਇਸ ਵੇਲੇ ਬਲਦੇਵ ਸਿੰਘ ਹੈ ਮੇਰੇ ਵੀਰੇ ਇੱਕ ਪਾਸੇ ਕਬੱਡੀ ਪਾਉਂਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਤੇ ਜਾਫੀ ਪੁਰਾਣੇ ਵਾਲੀ ਆ ਫੀਲੀ ਹੈ।
ਖੋਸੇ ਮਾਂਡੋਵਾਲੇ ਨੇ ਵੱਧ ਕੇ ਕੋਸ਼ਿਸ਼ ਕੀਤੀ ਹੈ। ਇੱਕ ਪਾਸੇ ਕਹਿੰਦੇ ਵੀ ਸੁਰਲੀ ਹੈ ਜੀਤਾ ਖੋਸਾ ਪਾਂਡੋ ਪਿੰਡ ਵਾਲਾ, ਕਹਿੰਦੇ ਵੀ ਸਪੀਡ ਬਹੁਤ ਜ਼ਿਆਦਾ ਹੈ। ਲਓ ਕਹਿੰਦੇ ਵੀ ਰੱਖਿਆ ਧੌਣ ਤੇ ਹੱਥ ਲੱਗੀ ਕੈਂਚੀ, ਤੇ ਕਹਿੰਦੇ ਵੀ ਜਿਹੜੀ ਗੱਲ ਕਸੂਤੀ ਬਣ ਗਈ ਆ, ਫੜਿਆ ਗੁੱਟ ਛੜਾਇਆ ਗੁੱਟ ਤੇ ਪੁਆਇੰਟ ਮੋਗੇ ਮੋਗੇ ਦੀ ਟੀਮ ਦਾ ਇਹ ਪੁਆਇੰਟ, ਕਹਿੰਦੇ ਵੀ ਮੋਗੇ ਦੀ ਟੀਮ ਦੇ ਉਸੇ ਜੀਤਾ ਖੋਸਾ ਪਾਂਡੋ ਵਾਲਾ ਆਪਣੀ ਟੀਮ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ। ਲਓ ਇਸੇ ਲਈ ਸਾਹਮਣੇ ਫਿਰ ਅਗਲੀ ਕਬੱਡੀ ਬਲਦੇਵ ਸਿੰਘ ਦੇਬਾ ਪਾਉਣ ਦੇ ਲਈ ਵਾਅਦਾ ਹੋਇਆ। ਖੇਡ ਦੇ ਮੈਦਾਨ ਦੇ ਵਿੱਚ ਚਾਰ ਜਾਫੀ ਮੋਗੇ ਵਾਲੇ ਮਾਰਦੇ ਪੱਟਾਂ ਤੇ ਥਾਪੀਆਂ। ਮੇਰੇ ਵੀਰੋ ਸਟੇਜ ਉੱਪਰ ਬੈਠੀਆਂ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਦੇ ਵੱਡੇ ਧੰਨਵਾਦ ਨੇ। ਜਥੇਦਾਰ ਸਰਦਾਰ ਗੁਰਬਖਸ਼ ਜੀ ਚੇਅਰਮੈਨ ਸਾਹਿਬ ਹੋਣੀ ਪੁੱਜੇ ਨੇ, ਸਰਦਾਰ ਕੁਲਦੀਪ ਸਿੰਘ ਜੀ ਹੋਣੀ, ਸਰਦਾਰ ਹਰਪਾਲ ਸਿੰਘ ਜੀ ਹੋਣੀ, ਅਮਰਜੀਤ ਸਿੰਘ ਜੀ ਸਰਪੰਚ ਨਾਵੇਂ ਵਾਲੇ, ਨਾਲ ਸਾਡੇ ਭਾਈ ਹਰਿੰਦਰ ਗਿੱਲ ਹੋਣੀ ਬੈਠੇ ਨੇ, ਸਾਰੀ ਪੈਰਾਮਾਊਂਟ ਸਪੋਰਟਸ ਕਲੱਬ ਬੈਠੀ ਹੈ। ਵੱਡਾ ਧੰਨਵਾਦ ਹੈ ਇਸ ਵੇਲੇ ਸਾਡੇ ਵੀ ਪਰਮ ਗਿੱਲ ਹੋਣੀ, ਮਨਜੀਤ ਗਿੱਲ ਹੋਣੀ, ਟੀਮ ਉੱਪਲ ਹੋਣੀ ਬੈਠੇ ਨੇ। ਪੰਜਾਬ ਲਾਈਵ ਆਨ .com ਦੇ ਜ਼ਰੀਏ ਕੱਲੀ ਕੱਲੀ ਕਬੱਡੀ ਦਾ ਸਵਾਦ ਲਿਆ ਜਾ ਰਿਹਾ ਹੈ। ਕੋਈ USA ਬੈਠਾ ਹੈ, ਕੋਈ ਬੈਠਾ ਕੈਨੇਡਾ, ਤੇ ਇਸ ਵੇਲੇ ਟੱਚ ਟੱਚ ਡਬਲ ਹੋ ਗਿਆ। ਸਾਰੇ ਟੱਬਰ ਨੇ ਬੋਲਤਾ ਧਾਵਾ, ਕੱਲਾ ਗਹਿਰਾ ਜੱਟ ਵੇਖ ਕੇ ਸਾਰੇ ਟੱਬਰ ਨੇ ਬੋਲਤਾ ਧਾਵਾ। ਇਸ ਵੇਲੇ ਸਾਹਮਣੇ ਨੌਜਵਾਨ ਗੱਭਰੂ ਜਸਵੀਰ ਸਿੰਘ ਨਰੰਗਪੁਰੀਆ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਲਓ ਸਾਹਮਣੇ ਦੇਖਾਂਗੇ ਵੀ ਨਰੰਗਪੁਰੀ ਜਸਵੀਰ ਦੀ ਪਾਈ ਹੋਈ ਕਬੱਡੀ ਹੈ। ਹੁਣ ਚਾਰ ਜਾਫੀ ਇੱਕ ਪਾਸੇ, ਤੀਲੀ ਭਲਵਾਨ ਹਲਕਾ ਜਿਹਾ ਲਾਹ ਕੇ ਪਾਸੇ ਮਾਰਿਆ। ਕਹਿੰਦੇ 2012 ਦੇ ਕੈਲੰਡਰ ਤਾਰਾ ਤੇ ਨੌਜਵਾਨ ਨਰੰਗਪੁਰੀ ਆਪਣੀ ਟੀਮ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਲਓ ਸਾਹਮਣੇ ਫਿਰ ਦੇਖਾਂਗੇ ਵੀ ਬੁਗਲੇ ਦੀ ਪਾਈ ਹੋਈ ਕਬੱਡੀ। ਲੈ ਵੀ ਬੁਗਲੇ ਜੇ ਨੱਚ ਕੇ ਪੁਆਇੰਟ ਲਵੇ ਤੇ ਹਰਿੰਦਰ ਸਿੰਘ ਜੀ ਗਿੱਲ ਸਾਹਿਬ ਇੱਥੇ ਆ, ਕਹਿੰਦੇ ਨੋਟਾਂ ਦੇ ਨਾਲ ਲਵਾ ਦੇਣਾ। ਲਓ ਸਾਹਮਣੇ ਪੈਂਦੇ ਨੇ ਪਟਾਕੇ ਤੇ ਖੇਂਦੇ ਨੇ ਕਾਕੇ। ਇੱਕ ਪਾਸੇ ਭਾਰੀ ਸਰੀਰ ਹੈ, ਨਹੀਂ ਰੀਸ ਹੈ, ਕੌਡੀ ਖੇਡਣੀ ਕਿਹੜਾ ਸੌਖੀ ਹੈ ਜਿੱਥੇ ਲੱਫੜ ਵੱਜਦਾ। 100 ਰੁਪਈਆ ਸਾਡੇ ਭਾਈ ਹਰਿੰਦਰ ਗਿੱਲ ਜੀ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਬੁਗਲੇ ਲਈ, 100 ਰੁਪਈਆ ਬਠਿੰਡੇ ਵਾਲੇ ਬੁਗਲੇ ਲਈ ਅਮਰੀਕ ਸਿਆ ਸਾਡੇ ਵੀਰ ਦੇ ਰਹੇ ਨੇ। ਤੇ ਇਸ ਵੇਲੇ ਸਾਹਮਣੇ ਸ਼ਾਹਪੁਰੀਆ ਨੌਜਵਾਨ ਗੱਭਰੂ ਸੋਨਾ ਕਬੱਡੀ ਪਾ ਰਿਹਾ ਹੈ। ਚਾਰ ਸਟਾਪਰ ਨੇ ਕੋਕਰੀ ਵਾਲਾ ਕਸ਼ਮੀਰ ਸਿਆ, ਜੇ ਜੱਫਾ ਲਾਵੇਗਾ ਤਾਂ ਬੱਲੇ ਬੱਲੇ ਹੋਣੀ ਹੈ ਖੇਡ ਦੇ ਮੈਦਾਨ ਦੇ ਵਿੱਚ। ਇੱਕ ਪਾਸੇ ਤਾਰੀ ਹੈ ਗਗੜੇ ਪਿੰਡ ਦਾ, ਵਾਹ ਨਹੀਂ ਰੀਸਾਂ ਕਿ ਤੈਨੂੰ ਕੀ ਆਖਾਂ ਮੈਂ ਹੀਰਿਆ, ਜਿੰਦ ਸੋਚਾਂ ਵਿੱਚ ਮੜ ਗਿਆ ਵੇ, ਮੈਂ ਖੜੀ ਟੇਸ਼ਨ ਤੇ ਰਹਿ ਗਈ ਤੇ ਆਪ ਤੂੰ ਗੱਡੀ ਚੜ ਗਿਆ ਵੇ, ਮੈਂ ਖੜੀ ਟੇਸ਼ਨ ਤੇ ਰਹਿ ਗਈ ਆਪ ਤੂੰ ਗੱਡੀ ਚੜ ਗਿਆ ਵੇ। ਬੁਗਲਾ ਕਹਿੰਦਾ ਮੈਨੂੰ ਛੱਡ ਦਿਓ, ਮੈਂ ਕਬੱਡੀ ਪਾਉਣਾ ਹੈ। ਇਸ ਲਈ ਕਬੱਡੀ ਪੈਂਦੀ ਹੈ ਤੇ ਸਰਦਾਰ ਅਮਰਜੀਤ ਸਿੰਘ ਜੀ ਸਰਪੰਚ ਗਾਵੇ ਵਾਲੇ ਉਹ ਵੀ ਖੁਸ਼ੀ ਦੇ ਪਲ ਮਹਿਸੂਸ ਕਰ ਰਹੇ ਨੇ ਤੇ ਬੁਗਲਾ ਫੇਰ ਨੱਚਦਾ। ਵਾਹ ਮੈਨੂੰ ਕੁੜੀਏ ਤੂੰ ਬੁੱਢੜਾ ਨਾ ਜਾਣੀ, ਨੀ ਮੇਰੀ ਖਾਧੀ ਖੁਰਾਕ ਪੁਰਾਣੀ, ਪੁਰਾਣੀ ਖੁਰਾਕ ਖਾਧੀ ਹੈ। ਮੇਰੇ ਵੀਰੋ ਅੱਜ ਫੇਰ ਜਵਾਨੀ ਚੇਤੇ ਕੀਤੀ ਹੈ ਤੇ ਖੋਸੇ ਕੋਟਲੇ ਵਾਲਾ ਗੱਲ ਕਰੀ ਨੌਜਵਾਨ ਇਸ ਵੇਲੇ ਭਾਈ ਕਬੱਡੀ ਦੀ ਤੇ ਚੌਂ ਜਾਫੀਆਂ ਦੀ। ਲਓ ਸਾਹਮਣੇ ਦੇਖਾਂਗੇ ਵੀ ਫਿਰ ਕਸ਼ਮੀਰਾ ਕੋਕਰੀ ਵਾਲਾ ਵੱਧ ਕੇ ਗੁੱਟ ਫੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਇੱਕ ਪਾਸੇ ਕਹਿੰਦੇ ਵੀ ਕਪੂਰਥਲੇ ਵਾਲਾ ਤੇ ਦੂਜੇ ਪਾਸੇ ਕਸ਼ਮੀਰਾ ਕੋਕਰੀ ਵਾਲਾ ਕਰਦਾ ਕੋਚ ਡੱਕ ਲੈਣ ਦੀ, ਪਰ ਪੁਆਇੰਟ ਕਹਿੰਦੇ ਵੀ ਕਪੂਰਥਲੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ। ਲਓ ਇੱਕ ਪਾਸੇ ਕਹਿੰਦੇ ਵੀ ਪੰਬਾ ਪੰਡੋਰੀ ਵਾਲਾ ਨੂੰ 2 ਨੰਬਰ ਤੇ ਲੱਗਾ ਹੋਇਆ, ਨਾਲ ਸੁਖਦੇਵ ਹੋਣੀ ਜਿਹੜੇ ਸਿਰੇ ਦੇ 4 ਜਾਫੀ ਹੈ। ਕਪੂਰਥਲਾ ਕਹਿੰਦੇ ਵੀ ਜਿਹੜੀ ਕਪੂਰਥਲੇ ਦੀ ਰੇਲਵੇ ਕੋਚ ਫੈਕਟਰੀ ਕਹਿੰਦੇ ਵੀ ਪੂਰੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੈ। ਲਓ ਪੰਬਾ ਕਹਿੰਦੇ ਵੀ ਪੰਡੋਰੀ ਵਾਲਾ ਪੰਜਾਬ ਪੁਲਿਸ ਦੇ ਵਿੱਚ ਹੈ, 5 ਪੰਡੋਰੀਆਂ ਲਾਗੇ ਲੱਗੇ ਹੈ ਤੇ ਇੱਕ ਪੰਡੋਰੀ ਕਹਿੰਦੇ ਵੀ ਲੱਦਾ ਸਿੰਘ ਕੁਲਵਿੰਦਰ ਢਿੱਲੋਂ ਦਾ ਪਿੰਡ ਹੈ, ਪਰ ਇਹਦਾ ਪੰਡੋਰੀ ਕਹਿੰਦੇ ਵੀ ਹੋਰ ਪਿੰਡ ਹੈ। ਪੰਬੇ ਨੇ ਬੜੀ ਵਧੀਆ ਕੋਸ਼ਿਸ਼ ਕੀਤੀ ਹੈ, ਪਰ ਪੁਆਇੰਟ ਜਿਹੜਾ ਮੋਗੇ ਜ਼ਿਲ੍ਹੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਇਸ ਵੇਲੇ ਮੇਜਰ ਸਿੰਘ ਨੌਜਵਾਨ ਗੱਭਰੂ ਨਕੋਦਰ ਵਾਲਾ ਕਬੱਡੀ ਪਾ ਰਿਹਾ ਹੈ ਕਿ ਨਕੋਦਰ ਮੇਰੇ ਵੀਰੋ ਸਾਈਆਂ ਦੀ ਧਰਤੀ ਹੈ,
ਜਿਵੇਂ ਕਹਿੰਦੇ ਵੀ ਕੋਕਰੀ ਵਾਲੇ ਦਰਸ਼ੀ ਨੇ ਵੀ 12 ਸਾਲ ਇੰਗਲੈਂਡ ਖੇਡਿਆ, ਮੇਰੇ ਵੀਰੋ 3 ਸਾਲ ਮੇਰੇ ਵੀਰੋ ਪਾਕਿਸਤਾਨ ਦੀ ਧਰਤੀ ਤੇ ਇੰਡੀਆ ਦੀ ਟੀਮ ਵੱਲੋਂ ਬੱਲੇ ਬੱਲੇ ਕਰਵਾਈ ਹੈ, ਤੇ ਆਹ ਨੌਜਵਾਨ ਜਾਫੀ ਕੌਣ ਹੈ? ਝੂਟ ਚੱਕੀ ਆ ਪੱਪੀ ਹੈ। ਕਹਿੰਦੇ ਵੀ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਖੁਸ਼ ਸਮਾਣਾ, ਜਿਵੇਂ ਤੂੰ ਦੱਸਦਾ ਹੁੰਦਾ ਹੈ ਵੀ ਲਛਮਣ ਸਿੰਘ ਗਿੱਲ ਦਾ ਪਿੰਡ ਹੈ, ਝੂਟ ਚੱਕੀ ਪੱਪੂ ਦਾ ਪਿੰਡ ਹੈ, ਉਸੇ ਪਿੰਡ ਦਾ ਆਹ ਜਾਫੀ ਹੈ ਪੱਪੀ, ਝੂਟ ਚੱਕੀ ਆ ਲਾ ਕੇ ਜੱਫਾ ਬੱਲੇ ਬੱਲੇ ਕਰਵਾ ਰਿਹਾ ਹੈ। ਕਿਸ਼ਨਪੁਰਾ ਤੇ ਗਗੜਾ ਵੀ ਅਗਲੇ ਮੈਚ ਲਈ ਖੇਡ ਦੇ ਮੈਦਾਨ ਦੇ ਵੱਲ ਪੁੱਜਣਗੀਆਂ। ਕਿਸ਼ਨਪੁਰਾ ਤੇ ਗਗੜਾ ਵੀ ਇਸ ਵੇਲੇ ਵਿਸਾਖੇ ਕੋਕਰੀ ਹੀਰਾ ਵਾਲੇ ਨੇ ਕਬੱਡੀ ਪਾ ਦਿੱਤੀ ਹੈ। ਲਓ ਵਿਸਾਖਾ ਕਹਿੰਦੇ ਵੀ ਕੋਕਰੀ ਹੀਰਾ ਵਾਲਾ ਪੁਆਇੰਟ ਦਾ ਵਾਅਦਾ ਕਰ ਗਿਆ ਆਪਣੀ ਟੀਮ ਦੇ ਲਈ। ਹੁਣ ਦੇਖਾਂਗੇ ਵੀ ਜਿਹੜੇ 4 ਜਾਫੀ ਆ ਮੋਗੇ ਜ਼ਿਲ੍ਹੇ ਦੇ, ਇੱਕ ਪਾਸੇ ਕਹਿੰਦੇ ਵੀ ਸੁਖਦੇਵ ਸਿੰਘ ਹੈ, ਨਾਲ ਕਹਿੰਦੇ ਵੀ ਕਸ਼ਮੀਰਾ, ਔਰ ਟੌਪ ਦੇ ਜਿਹੜੇ 4 ਜਾਫੀ ਹੁਣ ਕੌਣ ਬੱਲੇ ਬੱਲੇ ਕਰਵਾਉ ਲੋ ਸਾਹਮਣੇ ਫੜਿਆ ਹੋਇਆ ਗੋਟੇ, ਕਹਿੰਦੇ ਵੀ ਖਿਲਾੜੀ ਦੀਆਂ ਚੂੜੀਆਂ ਟਾਇਟ ਕਰ ਦਿੱਤੀਆਂ ਨੇ, ਇੱਕ ਪਾਸੇ ਕਹਿੰਦੇ ਵੀ ਪਤਲਾ ਸਰੀਰ ਹੈ, ਦੂਜੇ ਪਾਸੇ ਭਾਰੀ ਸਰੀਰ ਹੈ। ਲਓ ਲੱਗਾ ਹੋਇਆ ਟੌਪ ਦਾ ਜਾਫਾ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ, ਅੱਜ ਕਹਿੰਦੇ ਵੀ ਲੋਹਾਂ ਨਾਲੇ ਘਰ ਦਾ ਕੰਮ ਕਰਦੀਆਂ ਹੋਣਗੀਆਂ, ਤੇ ਜੇ ਕਿਸੇ ਨੇ ਪੁੱਛਿਆ ਵੀ ਕਿੱਥੇ ਆ ਕਸ਼ਮੀਰ ਸਿਓ, ਤੇ ਨਾਲੇ ਲੋਹ ਢਿੱਲੇ ਜਿਹੇ ਪੁੱਲ ਕਰਦੀ ਹੋਵੇਗੀ, ਨਾਲੇ ਕਹਿੰਦੀ ਹੋਵੇਗੀ ਵੀ ਬਾਪੂ ਜੀ ਤਾਂ ਕੌਡੀ ਖੇਡਣ ਗਏ ਹੈ। ਤੇ ਸਾਹਮਣੇ ਕਸ਼ਮੀਰਾ ਕੋਕਰੀ ਵਾਲਾ ਲਾ ਤਕੜਾ ਜਾਫਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ, ਸਾਹਮਣੇ ਬੁਗਲਾ ਬਠਿੰਡੇ ਵਾਲਾ ਫਿਰ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਸਾਡੇ ਮੇਰੇ ਵੀਰੋ ਬੁਗਲੇ ਮੇਰੇ ਵੀਰੋ ਇਸ ਵੇਲੇ ਬਠਿੰਡੇ ਵਾਲੇ ਨੇ ਕਬੱਡੀ ਪਾ ਦਿੱਤੀ ਹੈ ਖੇਡ ਦੇ ਮੈਦਾਨ ਦੇ ਵਿੱਚ। ਲਓ ਸਾਡੇ ਵੀਰ ਹਰਿੰਦਰ ਗਿੱਲੋਂ ਨਹੀਂ ਬੈਠੇ ਨੇ, ਪਰਮ ਗਿੱਲੋਂ ਨਹੀਂ ਬਾਹਰੋਂ ਫੋਨ ਕਰ ਰਹੇ ਨੇ, ਮਨਜੀਤ ਗਿੱਲੋਂ ਨਹੀਂ ਮੇਰੇ ਵੀਰੋ, ਉਹ ਵੀ ਜਿਹੜੇ ਪੰਜਾਬ ਲਾਈਵ ਦੇ ਜ਼ਰੀਏ ਤੇ ਮੋਪਲ ਵਰਗੇ ਬੈਠੇ ਨੇ, ਔਰ ਜਿੱਥੇ ਮੇਰੇ ਵੀਰੋ ਕੈਨੇਡਾ ਦੀ ਜਿਹੜੀ ਸਮੁੱਚੀ ਸਿਆਸਤ ਬੈਠੀ ਹੈ, ਵੱਡੇ ਜਿਹੜੇ ਸਵਾਦ ਲੈ ਜਾ ਰਹੇ ਨੇ, ਉਹਨਾਂ ਵੀਰਾਂ ਨੇ ਵੀ ਪੁੱਜਣਾ ਸੀ ਪਰ ਕੁਝ ਮਜਬੂਰੀਆਂ ਕਾਰਨ ਉਹ ਵੀਰ ਪੁੱਜ ਨਹੀਂ ਸਕੇ। ਸਮੁੱਚੀ ਪੈਰਾਮਾਊਂਟ ਸਪੋਰਟਸ ਕਲੱਬ ਨੂੰ, ਸਮੁੱਚੇ ਨਗਰ ਨੂੰ ਵੀਰ ਜਿਹੜੇ ਮੁਬਾਰਕਬਾਦ ਦੇ ਰਹੇ ਨੇ। ਇਸ ਵੇਲੇ ਸਾਹਮਣੇ ਕਬੱਡੀ ਪੈਂਦੀ ਹੈ, 4 ਜਾਫੀ ਹੈ ਜ਼ਿਲ੍ਹੇ ਮੋਗੇ ਦੇ, ਕਿਹੜੇ ਗੱਡੂ ਨੇ ਜੱਫਾ ਲਾਉਣਾ? ਕੋਕਰੀ ਪਿੰਡ ਦਾ ਸੁਖਵੰਦਰ ਸਿੰਘ ਮੰਦਰ ਇਸ ਵੇਲੇ ਡੱਕਣ ਦੀ ਕੋਸ਼ਿਸ਼ ਕਰਦਾ ਹੈ। ਗੱਲ ਜਿਹੜੀ ਸਮੇਂ ਦੀ ਹੈ ਕਿ 25 ਪਿੰਡਾਂ 'ਚ ਮੇਰੀ 68-62 ਤੇ ਤੂੰ ਬੁੱਢੜਾ ਨਾ ਜਾਣੀ, ਮੈਂ ਪੱਟ ਤੂੰ ਚਗਾਟਨੀ, ਬੁੱਢੜਾ ਨਾ ਜਾਣੀ ਪੱਟ ਤੂੰ ਚਗਾਟਨੀ। ਕੋਕਰੀ ਵਾਲੇ ਮੰਦਰ ਨੇ 4 ਥਾਪੀਆਂ ਮਾਰੀਆਂ ਲਗਾਤਾਰ ਇਸ ਵੇਲੇ ਪੜਦੇ ਉੱਪਰ, ਤੇ ਮੇਰੇ ਵੀਰੋ ਦਾਲੇ ਵਾਲੀਆਂ ਭੁੱਟੋ ਨੇ ਅਗਲੀ ਕਬੱਡੀ ਪਾ ਦਿੱਤੀ ਹੈ ਖੇਡ ਦੇ ਮੈਦਾਨ ਦੇ ਵਿੱਚ। ਕਿਸ਼ਨਪੁਰਾ ਤੇ ਮੇਰੀ ਬੇਨਤੀ ਗਗੜਾ ਵੀ ਨੂੰ, ਦੋ ਟੀਮ ਜਿਹੜੀ ਪੁੱਜ ਚੁੱਕੀ ਹੈ, ਨਾਲ ਹੀ ਉਸ ਤੋਂ ਬਾਅਦ ਜਨੇਦਪੁਰਾ ਤੇ ਚੜਿੱਕ, ਰਸੂਲਪੁਰ ਤੇ ਬਾਬਾ ਹੀਰਾਦਾਸ ਕਬੱਡੀ ਕਲੱਬ ਮਾਲਾ, ਇਹ ਟੀਮਾਂ ਸਮੇਂ ਦੇ ਮੁਤਾਬਕ ਪੁੱਜਣਗੀਆਂ। ਟੱਚ ਡਬਲ ਹੈ ਮਨੀ ਧੂੜ ਵਾਲਾ ਤੇ ਪੁਆਇੰਟ ਦੌਲੇ ਵਾਲੀ ਫੁੱਟੋ ਦਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ। ਅਗਲੀ ਕਬੱਡੀ ਕਪੂਰਥਲੀਏ ਦੀ ਹੈ ਤੇ ਕੱਲ ਖੋਸੇਕੋਟਲੇ ਪਿੰਡ ਦਾ ਅਮਰੀਕ ਸਿੰਘ ਕਰਦਾ ਹੈ ਖੇਡ ਮੈਦਾਨ ਦੇ ਵਿੱਚ। ਲਓ ਸਾਹਮਣੇ ਫਿਰ ਦੇਖਾਂਗੇ ਵੀ ਕਪੂਰਥਲੇ ਵਾਲਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਇਹਦੀ ਤੜਕੇ ਤੋਂ ਕੋਈ ਜਾੜ ਥੱਲੇ ਆਇਆ, ਜੇ ਕੋਈ ਜਾੜ ਥੱਲੇ ਆ ਗਿਆ ਤੇ ਫਿਰ ਜਿਹੜੀ ਗੱਲ ਵੱਖਰੀ ਹੋਣੀ ਸੀ। ਲਓ ਇਹਦੇ ਨਾਲ ਹੀ ਮੈਚ ਸਮਾਪਤ ਹੈ, ਮੈਚ ਜਿਹੜਾ ਸਮਾਪਤ ਹੋ ਚੁੱਕਿਆ ਹੈ। ਜਿਹੜੀ ਵੀ ਟੀਮ ਜਿੱਤੂਗੀ ਉਸ ਟੀਮ ਦੇ ਲਈ 500 ਰੁਪਇਆ ਹਰਿੰਦਰ ਗਿੱਲ ਸਾਡੇ ਵੀਰ ਵਿਜੀਲੈਂਸ ਬਿਊਰੋ ਵਾਲੇ ਉਹ ਦੇਣਗੇ, 100 ਰੁਪਇਆ ਬਠਿੰਡੇ ਵਾਲੇ ਬੁਗਲੇ ਲਈ ਹੈ। ਆ ਮੇਰਾ ਵੀਰ ਜਿਹੜਾ ਪੈਸੇ ਪ੍ਰਾਪਤ ਕਰ ਲਓ। ਟੀਮ ਜਿਹੜੀ ਇਸ ਮੈਚ ਵਿੱਚ ਉਹ ਮੋਗੇ ਦੀ ਵਿਨਰ ਰਹੀ ਹੈ, ਮੋਗਾ ਫਸਟ ਤੇ ਜਿਹੜੀ ਟੀਮ ਕਪੂਰਥਲਾ ਸੈਕਿੰਡ ਹੈ, ਬੁਗਲਾ ਬਠਿੰਡੇ ਵਾਲਾ। 500 ਰੁਪਇਆ ਜਿਹੜਾ ਸਾਡੇ ਵੀਰ ਹਰਿੰਦਰ ਗਿੱਲ ਜੀ ਉਹਨਾਂ ਵੱਲੋਂ ਜੇਤੂ ਟੀਮ ਲਈ, 100 ਰੁਪਇਆ ਬਠਿੰਡੇ ਵਾਲੇ ਇਸ ਰੇਡਰ ਦੇ ਲਈ ਬੁਗਲੇ ਦੇ ਲਈ ਦਿੱਤਾ ਜਾ ਰਿਹਾ। ਵੱਡਾ ਧੰਨਵਾਦ ਹਰਿੰਦਰ ਗਿੱਲ ਸਾਡਾ ਵੀਰ ਬਿਜਲੈਂਸ ਬਿਊਰੋ ਵਾਲਾ, ਵੱਡਾ ਧੰਨਵਾਦ ਹੈ। ਸਾਰੀ ਪੈਰਾਮਾਊਂਟ ਸਪੋਰਟਸ ਕਲੱਬ ਵਧਾਈ ਦੀ ਪਾਤਰ, ਵੱਡਾ ਉਦਮ ਇਹਨਾਂ ਭਰਾਵਾਂ ਦਾ। ਦੂਸਰਾ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੇ ਦੂਜਾ ਦਿਨ ਹੈ, 40 ਸਾਲੇ ਗੱਭਰੂਆਂ ਦਾ ਮੈਚ ਖੇਡਿਆ ਗਿਆ। ਦਰਸ਼ਕ ਵੀਰੋ ਇੱਕ ਵਾਰੀ ਜ਼ੋਰ ਨਾਲ ਤਾੜੀ ਮਾਰ ਦਿਓ ਜੇ ਮੈਚ ਵਧੀਆ ਲੱਗਿਆ, ਜ਼ੋਰ ਨਾਲ ਤਾੜੀ ਮਾਰ ਦਿਓ ਸੋਚੀ ਕਲੱਬ ਦੇ ਨਾਤੇ। ਵੱਡਾ ਧੰਨਵਾਦ ਹੈ ਬਲਜੀਤ ਸਿੰਘ, ਸਰਦਾਰ ਲਛਮਣ ਸਿੰਘ ਗਿੱਲ ਉਹਨਾਂ ਨੂੰ, ਸਰਦਾਰ ਵਜੀਤ ਸਿੰਘ ਜੀ ਜਾਲ ਹੋਣੀ, ਸਾਡੇ ਭਾਈ ਉਤਾਰ ਹੋਣੀ ਜਗਰੂਪ ਹੋਣੀ, ਸਾਰਿਆਂ ਨੂੰ ਮੁਬਾਰਕਬਾਦ ਹੈ। ਹਾਂਜੀ, ਦੋਨੋਂ ਟੀਮਾਂ ਆਪਣੇ ਪ੍ਰਾਈਜ਼ ਲੈ ਲੈਣ, ਮੰਦਰ ਭਾਈ ਦੋਨੋਂ ਟੀਮਾਂ ਆਪਣੇ ਪ੍ਰਾਈਜ਼ ਲੈ ਲੈਣ।
ਸਰਦਾਰ ਜਸਵੰਤ ਸਿੰਘ ਦੀ ਫੌਜੀ ਗਗੜੇ ਵਾਲੇ ਸਾਡੇ ਭਾਈ ਪੱਪੀ ਹੋਣੀ ਆ ਜਾਓ ਬਾਈ ਜੀ ਪ੍ਰਾਈਜ਼ ਲੈ ਲੈਣ ਦੋਨੋਂ ਟੀਮਾਂ ਪੰਮੀ ਵੀਰ ਆ ਜਾਓ ਇੱਧਰ ਨੂੰ ਪ੍ਰਾਈਜ਼ ਲੈ ਲੈਣ ਦੋਨੋਂ ਟੀਮਾਂ ਜਿਹੜੀਆਂ ਆਪਾਂ ਆਪਣੇ ਬੇਨਤੀ ਹੈ ਨਾਲ ਹੀ ਸਾਡੇ ਵੀਰ ਜਿਹੜੇ ਦੱਸ ਰਹੇ ਨੇ ਵੀ ਬੈਸਟ ਰੇਡਰ ਜਿਹੜਾ ਬਠਿੰਡੇ ਵਾਲਾ ਬੁਗਲਾ ਹੈ ਤੇ ਵੈਸ ਜਾਫੀ ਝੂਟ ਚੱਕੀ ਹੈ ਪੱਪੀ ਹੈ ਪੱਪੀ ਝੂਟ ਚੱਕੀ ਹੈ ਵੈਸ ਜਾਫੀ ਤੇ ਬੈਸਟ ਰੇਡਰ ਬਠਿੰਡੇ ਵਾਲਾ ਬੁਗਲਾ ਤਾੜੀਆਂ ਮਾਰਦੇ ਦੋਨਾਂ ਵੀਰਾਂ ਲਈ ਵਧੀਆ ਜਿਹੜਾ ਪ੍ਰਦਰਸ਼ਨ ਕੀਤਾ ਸਾਰੇ ਪਲੇਅਰਾਂ ਨੇ ਸਾਰੇ ਜਿਹੜੇ ਆਪਾਂ ਆਪਣੇ ਸਮੇਂ ਦੇ ਟਾਪ ਦੇ ਪਲੇਅਰ ਹੈ ਮੇਰੇ ਵੀਰੋ ਅੱਜ ਜਿਹੜੇ ਇਹਨਾਂ ਵੀਰਾਂ ਦੇ ਮਾਨ ਸਨਮਾਨ ਕੀਤੇ ਜਾ ਰਹੇ ਨੇ ਫਸਟ ਜਿਹੜੀ ਮੋਗਾ ਹੈ ਤੇ ਸੈਕੰਡ ਕਪੂਰਥਲਾ ਦੋਨੋਂ ਟੀਮਾਂ ਦੇ ਪਲੇਅਰਾਂ ਦਾ ਧੰਨਵਾਦ ਸਾਰੀ ਸਪੋਰਟਸ ਕਲੱਬ ਦਾ ਸਾਡੇ ਸਰਦਾਰ ਵਜੀਰ ਸਿੰਘ ਜੀ ਜਾਲ ਹੋਣੀ ਭਾਈ ਬਲਜੀਤ ਗਿੱਲ ਹੋਣੀ ਭਾਈ ਹਰਿੰਦਰ ਗਿੱਲ ਹੋਣੀ ਹਾਂਜੀ ਜੋਲ ਸਾਹਿਬ ਚਮਕਾਰ ਜੋਲ ਜੀ ਆਓ ਜੀ ਚਮਕਾਰ ਸਿੰਘ ਜੋਲ ਸਾਡੀ ਸੋਚੀ ਜਿਹੜੀ ਸਪੋਰਟਸ ਕਲੱਬ ਪ੍ਰਾਈਜ਼ ਜਿਹੜਾ ਦਿੱਤਾ ਜਾ ਰਿਹਾ ਪੁਰਾਣੇ ਬਾਲ ਦੀ ਟੀਮ ਨੂੰ ਮੋਗੇ ਦੀ ਟੀਮ ਨੂੰ ਪੁਰਾਣੇ ਬਾਲ ਦੀ ਸੋਚੀ ਸਪੋਰਟਸ ਕਲੱਬ ਵੱਲੋਂ ਜਿਹੜਾ ਮੇਰੇ ਵੀਰੋ ਮਾਨ ਸਨਮਾਨ ਦਿੱਤੇ ਜਾ ਰਹੇ ਨੇ ਇਸੇ ਲਈ ਸਾਡੇ ਵੀ ਰਿਚੀ ਗਰਗ ਜੀ ਰਾਣਾ ਜਲੰਧਰ ਤੋਂ ਪੁੱਜੇ ਨੇ ਜਿਨ੍ਹਾਂ ਨੇ ਇਹਨਾਂ ਖੇਡ ਕਬੱਡੀ ਦੇ ਮੈਚਾਂ ਨੂੰ ਮੇਰੇ ਵੀਰੋ ਦੂਰਦਰਸ਼ਨ ਜਲੰਧਰ ਦੇ ਜ਼ਰੀਏ ਕੱਲ੍ਹ ਨੂੰ 9 ਤੋਂ 9:30 ਦੇ ਵਿੱਚ ਪੰਜਾਬੀ ਦਰਪਣ ਪ੍ਰੋਗਰਾਮ ਤੇ ਰਾਤ ਨੂੰ ਜਿਹੜਾ ਦਿਖਾਉਣਾ ਹੈ ਇਹਨਾਂ ਦਾ ਵੀ ਧੰਨਵਾਦ ਹੈ ਦੂਰਦਰਸ਼ਨ ਜਲੰਧਰ ਦੇ ਜਿਹੜਾ ਲਾਈਵ ਦਿਖਾਇਆ ਜਾਵੇਗਾ ਫਸਟ ਮੋਗਾ ਸੈਕਿੰਡ ਕਪੂਰਥਲਾ ਕਪੂਰਥਲੇ ਦੀ ਟੀਮ ਆਓ ਜੀ ਕਪੂਰਥਲਾ ਵੀ ਆ ਜਾਓ ਸੈਕਿੰਡ ਕਪੂਰਥਲੇ ਦੀ ਟੀਮ ਉਹ ਵੀ ਆਪਣਾ ਜਿਹੜਾ ਮਾਨ ਸਨਮਾਨ ਲਵੇ ਹਾਂਜੀ ਕਿਸ਼ਨਪੁਰਾ ਜਿਹੜੀ ਹੈ ਉਹ ਲਹਿੰਦੇ ਵਾਲੇ ਪਾਸੇ ਤੇ ਚੜ੍ਹਦੇ ਵਾਲੇ ਪਾਸੇ ਟੀਮ ਗਗੜੇ ਦੀ ਵੀ ਟੀਮ ਹੈ ਗਗੜਾ ਵੀ ਚੜ੍ਹਦੇ ਵਾਲੇ ਪਾਸੇ ਕਿਸ਼ਨਪੁਰਾ ਲਹਿੰਦੇ ਵਾਲੇ ਪਾਸੇ ਹੈ ਇਸ ਵੇਲੇ ਪ੍ਰਾਈਜ਼ ਜਿਹੜੇ ਦਿੱਤੇ ਜਾ ਰਹੇ ਨੇ ਮਾਨ ਸਨਮਾਨ ਜਿਹੜੇ ਦਿੱਤੇ ਜਾ ਰਹੇ ਨੇ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਵੱਡੇ ਜਿਹੜੇ ਮਾਨ ਸਨਮਾਨ ਸਾਡੇ ਪ੍ਰਬੰਧਕ ਵੀਰਾਂ ਵੱਲੋਂ ਸਟੇਜ ਦੇ ਉੱਪਰ ਕੀਤੇ ਜਾ ਰਹੇ ਨੇ ਵੱਡਾ ਧੰਨਵਾਦ ਹੈ ਇਹਨਾਂ ਸਾਰੇ ਸਤਿਕਾਰਯੋਗ ਵੀਰਾਂ ਦਾ ਪੂਰੇ ਜਿਹੜੇ ਆਪ ਆਪਣੇ ਸਮੇਂ ਦੇ ਟਾਪ ਦੇ ਪਲੇਅਰ ਰਹੇ ਨੇ ਇਹ ਵੀਰ ਜਿਹੜੇ ਮੇਰੇ ਵੀਰ ਵੱਡਾ ਧੰਨਵਾਦ ਇਹਨਾਂ ਸਾਰੇ ਸਤਿਕਾਰਯੋਗ ਵੀਰਾਂ ਦਾ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਵੱਡੇ ਮਾਣ ਦਿੱਤੇ ਗਏ ਨੇ ਹਰਦੀਪ ਲਓ ਦੇਖਾਂਗੇ ਵੀ ਸਾਹਮਣੇ ਉਹ ਕਿਸ਼ਨਪੁਰ ਦੀ ਤਰਫੋਂ ਨੌਜਵਾਨ ਇਸ ਵੇਲੇ ਕਬੱਡੀ ਪਾਉਂਦਾ ਆ ਖੇਡ ਦੇ ਮੈਦਾਨ ਦੇ ਵਿੱਚ ਇੱਕ ਪਾਸੇ ਕਹਿੰਦੇ ਵੀ ਅਮਰੀਕ ਦੌਲੇ ਵਾਲੀ ਆ ਨਾਲ ਕਹਿੰਦੇ ਵੀ ਦੂਜੇ ਪਾਸੇ ਕੇਂਦਰ ਹੈ ਗਗੜੇ ਦੀ ਧਰਤੀ ਦਾ ਚਾਰ ਜਾਫੀਆਂ ਦੇ ਵਿੱਚੋਂ ਵੱਧ ਕਿਉਂ ਕੌਣ ਬੱਲੇ ਬੱਲੇ ਕਰਵਾਊ ਆਪਣੀ ਟੀਮ ਦੇ ਲਈ ਲਓ ਸਾਹਮਣੇ ਕਹਿੰਦੇ ਵੀ ਗਗੜੇ ਦੇ ਕਬੱਡੀ ਕੱਪ ਦੇ USA ਵਾਲੇ ਪਰਮਿੰਦਰ ਨੇ ਬੁਲਟ ਮੋਟਰਸਾਈਕਲ ਦਿੱਤਾ ਸੀ ਆਹ ਨੌਜਵਾਨ ਖਿਡਾਰੀ ਨੂੰ ਲਓ ਦੇਖਦੇ ਹਾਂ ਵੀ ਕੇਂਦਰ ਗਗੜੇ ਦੀ ਧਰਤੀ ਦਾ ਫੜਦਾ ਹੋਇਆ ਬੁੱਟ ਖੇਡ ਦੇ ਮੈਦਾਨ ਦੇ ਵਿੱਚ ਕਿ ਬਾਹ ਟੁੱਟ ਕੇ ਫੜ ਲਵੇ ਸੋਹਣਿਆ ਸਾਡੀ ਉਮਰ ਨੇ ਆੜੀ ਮੈਂ ਸੁਣਿਆ ਮੇਲੇ ਵਿੱਚ ਵਿਛੜ ਗਏ ਕਈ ਰੂਹਾਂ ਦੇ ਹਾੜੀ ਮੈਂ ਸੁਣਿਆ ਮੇਲੇ ਵਿੱਚ ਵਿਛੜ ਗਏ ਕਈ ਰੂਹਾਂ ਦੇ ਹਾੜੀ ਕਾਲੂ ਕਹਿੰਦੇ ਵੀ ਨੌਜਵਾਨ ਦੌਲੇ ਵਾਲੀ ਆ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਦੌਲੇ ਵਾਲਾ ਪਿੰਡ ਕਹਿੰਦੇ ਵੀ ਸੰਤ ਬਾਬਾ ਤੁਲਸੀਦਾਸ ਜੀ ਝੁੱਗੀ ਵਾਲਾ ਦੀ ਧਰਤੀ ਹੈ ਸੰਤ ਬਾਬਾ ਅਵਤਾਰ ਸਿੰਘ ਜੀ ਕਹਿੰਦੇ ਵੀ ਮੁੱਖ ਸੇਵਾਦਾਰ ਆ ਉਸ ਗੁਰਦੁਆਰਾ ਸਾਹਿਬ ਦੇ ਲਓ ਸਾਹਮਣੇ ਦੇਖਦੇ ਆ ਕਾਲੂ ਕਬੱਡੀ ਪਾ ਰਿਹਾ ਜਨੇਤਪੁਰਾ ਦੇ ਚਿੜੈਕ ਅਗਲੇ ਮੈਚਾਂ ਲਈ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ ਜਨੇਤਪੁਰਾ ਦੇ ਚਿੜੈਕ ਚਿੜੈਕ ਦੀ ਟੀਮ ਨੂੰ ਬੇਨਤੀ ਹੈ ਜਨੇਤਪੁਰੇ ਦੀ ਟੀਮ ਖੇਡ ਦੇ ਮੈਦਾਨ ਦੇ ਵਿੱਚ ਪੁੱਜੀ ਹੋਈ ਹੈ ਮੇਰੀ ਬੇਨਤੀ ਹੈ ਵੀ ਚਿੜੈਕ ਦੀ ਟੀਮ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਵੇ ਜਨੇਤਪੁਰਾ ਤੇ ਚਿੜੈਕ ਪਿੰਡ ਦੀਆਂ ਟੀਮਾਂ ਜਿਹੜੀਆਂ ਅਗਲੇ ਮੈਚ ਲਈ ਤਿਆਰੀ ਕਰ ਲੈਣ ਮੇਰੀ ਬੇਨਤੀ ਹੈ ਆਪਣੇ ਵੀਰ ਇੱਕ ਸਾਈਡ ਤੋਂ ਕੇ ਬਹਿ ਜਾਣਾ ਆਪਾਂ ਮੇਰੀ ਬੇਨਤੀ ਹੈ ਸਾਡੇ ਵੀਰ ਅਮਰੂ ਜਨੇਤਪੁਰੇ ਵਾਲਾ ਦੌਲੀ ਅਲਕੜਿਆਂ ਵਾਲਾ ਪੁੱਜੇ ਸਾਰੇ ਪਲੇਅਰਾਂ ਦਾ ਵੱਡਾ ਧੰਨਵਾਦ ਹੈ ਇਸੇ ਲਈ ਅਗਲਾ ਮੈਚ ਵੀ ਬੜਾ ਤਕੜਾ ਖੇਡਿਆ ਜਾਵੇਗਾ ਸਾਹਮਣੇ ਗੱਭਰੂ ਕਿਸ਼ਨਪੁਰੀਏ ਦੀ ਪਾਈ ਹੋਈ ਕਬੱਡੀ ਤੇ ਜਾਫੀ ਗਗੜੇ ਪਿੰਡ ਵਾਲਾ ਕੋਸ਼ਿਸ਼ ਕਰਦਾ ਡੱਕਣ ਦੀ ਤੇ ਗੱਲ ਸਮੇਂ ਦੀ ਹੈ
ਹਾਂਜੀ ਹੌਲਦਾਰ ਬਲਵੀਰ ਸਿੰਘ ਜੀ ਕਲਿਆਣ ਉਹਨਾਂ ਦੇ ਪੁੱਤਰ ਨੂੰ ਜਿਹੜੇ ਮਾਨ ਸਨਮਾਨ ਦਿੱਤੇ ਜਾ ਰਹੇ ਨੇ। ਚਮਕੌਰ ਜੌਲ ਦੀ ਫੋਟੋਗ੍ਰਾਫਰ ਸਾਡਾ ਵੀਰ ਉਹ ਸਨੈਪ ਲਵੇ ਆ ਕੇ ਜਿਹੜੇ ਮਾਨ ਸਨਮਾਨ ਸਟੇਜ ਉੱਪਰ ਸਾਡੇ ਪ੍ਰਬੰਧਕ ਵੀਰਾਂ ਵੱਲੋਂ ਦਿੱਤੇ ਜਾ ਰਹੇ ਨੇ, ਜਿਹੜੇ ਦਾਨੀ ਸੱਜਣਾਂ ਨੇ ਸਾਡੀ ਕਲੱਬ ਨੂੰ ਜਿਹੜੇ ਸਹਿਯੋਗ ਦਿੱਤੇ ਨੇ, ਸਾਰੇ ਵੀਰਾਂ ਦੇ ਜਿਹੜੇ ਮਾਨ ਸਨਮਾਨ ਕੀਤੇ ਜਾ ਰਹੇ ਨੇ। ਮੇਰੀ ਬੇਨਤੀ ਹੈ ਜਿਹੜੇ ਮਾਨ ਸਨਮਾਨ ਦਿੱਤੇ ਜਾ ਰਹੇ ਨੇ ਇਸ ਵੇਲੇ, ਔਰ ਸਾਹਮਣੇ ਇਸ ਵੇਲੇ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਗਗੜੇ ਵਾਲੇ ਧੰਨੇ ਦਾ ਸਪੁੱਤਰ ਹੈ, ਕਾਲੀ ਗਗੜੇ ਵਾਲਾ ਪੁਆਇੰਟ ਲੈ ਕੇ ਵਾਪਸ ਪ੍ਰੇਮ ਕਪੂਰਾਂ ਵਾਲਾ ਸਾਡਾ ਵੀਰ ਆਪਣਾ ਮਾਨ ਸਨਮਾਨ ਆ ਕੇ ਲੈ ਲਵੇ। ਪ੍ਰੇਮ ਕਪੂਰਾਂ ਵਾਲਾ ਸਾਡਾ ਵੀਰ ਆ ਕੇ ਆਪਣਾ ਮਾਨ ਸਨਮਾਨ ਪ੍ਰਾਪਤ ਕਰ ਲਵੇ ਸਟੇਜ ਦੇ ਉੱਪਰੋਂ। ਪ੍ਰੇਮ ਕਪੂਰਾਂ ਵਾਲਾ ਸਾਡਾ ਵੀਰ ਆਪਣੇ ਜਿਹੜੇ ਮਾਨ ਸਨਮਾਨ ਲੈ ਲਵੇ ਆ ਕੇ ਸਟੇਜ ਦੇ ਉੱਪਰੋਂ। ਇਸ ਵੇਲੇ ਸਾਹਮਣੇ ਕਿਸ਼ਨਪੁਰੀ ਗੱਭਰੂ ਨੇ ਕਬੱਡੀ ਪਾਈ ਹੈ, ਜਨੇਤਪੁਰ ਆ ਗਈ ਹੈ, ਕਿਣਕ ਦੀ ਟੀਮ ਆਵੇ ਸਾਡੇ ਵੀਰ ਬੱਬੂ ਹੋਣੀ ਸਾਡੇ ਵੀਰ ਚੈਰੇ ਹੋਣੀ ਜਲਦੀ ਆ ਜਾਣ ਖੇਡ ਗਰਾਊਂਡ ਦੇ ਵੱਲ ਨੂੰ। ਉਸ ਤੋਂ ਬਾਅਦ ਮੇਰੀ ਬੇਨਤੀ ਹੈ ਬਾਬਾ ਹੀਰਾ ਦਾਸ ਕਲੱਬ ਮਾਲਾ ਤੇ ਰਸੂਲਪੁਰ ਨੂੰ, ਦੱਦਾ ਹੁਣ ਤੇ ਸ਼ਕੂਰ ਕਿਸ਼ਨਪੁਰਾ ਬੀ ਤੇ ਗੁਰੂ ਹਰਗੋਬਿੰਦ ਸਾਹਿਬ ਡੋਲੀ ਭਾਈ, ਔਰ ਪਿੰਡਰ ਤੇ ਚੂੜ ਚੱਕ ਦਾ ਲਾਸਟ ਮੈਚ ਖੇਡਿਆ ਜਾਣਾ ਹੈ, ਇਹ ਵੀ ਟੀਮਾਂ ਕਰਕੇ ਤਿਆਰੀਆਂ ਖੇਡ ਗਰਾਊਂਡ ਦੇ ਵੱਲ ਨੂੰ ਪੁੱਜਣਗੀਆਂ। ਲਓ ਸਾਹਮਣੇ ਜਾਗਾਬਰੂ ਦੇਖਦਾ ਵੀ ਕਾਲੂ ਦੌਲੇ ਵਾਲੇ ਪਿੰਡ ਵਾਲਾ ਕਬੱਡੀ ਪਾ ਰਿਹਾ ਹੈ ਤੇ ਸਾਹਮਣੇ ਜਾਫੀ ਕਿਸ਼ਨਪੁਰੀਆ ਕੋਸ਼ਿਸ਼ ਕਰਦਾ ਇਸ ਵੇਲੇ ਟੱਕਰ ਦੀ ਤੇ ਗੱਲ ਸਮਝਦੀ ਹੈ। ਪੁਆਇੰਟ ਰੇਡਰ ਦਾ ਪੁਆਇੰਟ ਇਸ ਵੇਲੇ ਧਾਵੀ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਵਧਿਆ ਹੋਇਆ। ਸਾਹਮਣੇ ਮੇਰੇ ਵੀਰੋ ਦੇਖਦੇ ਵੀ ਚਾਰ ਜਾਫੀ ਬਿਲਕੁਲ ਤਿਆਰ ਹੈ, ਖੁਸ਼ਾਂ ਵਾਲਾ ਗੱਲ ਕਰੀ ਪਾਈ ਹੋਈ ਕਬੱਡੀ ਦੀ, ਕਪੂਰਾਂ ਵਾਲਾ ਪ੍ਰੇਮ ਸਾਡਾ ਵੀਰ ਆਪਣੇ ਮਾਨ ਸਨਮਾਨ ਆ ਕੇ ਸਟੇਜ ਦੇ ਉੱਪਰੋਂ ਲੈ ਲਵੇ। ਲਓ ਸਾਹਮਣੇ ਇੱਕ ਪਾਸੇ ਕਹਿੰਦੇ ਵੀ ਕਿਸ਼ਨਪੁਰ ਦੀ ਧਰਤੀ ਹੈ, ਔਰ ਦੂਜੇ ਪਾਸੇ ਕਹਿੰਦੇ ਵੀ ਗਗੜਾ ਪਿੰਡ ਜਿਹੜਾ ਖਿਡਾਰੀਆਂ ਦਾ ਪਿੰਡ ਹੈ, ਜਸਵੰਤ ਫੌਜੀ ਵਰਗੇ ਸਿਰੇ ਦੇ ਪਲੇਅਰ ਪੈਦਾ ਕੀਤੇ ਨੇ ਗਗੜੇ ਦੀ ਧਰਤੀ ਨੇ। ਨੌਜਵਾਨ ਕਹਿੰਦੇ ਵੀ ਜਿੰਦਰ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ। ਲਓ ਸਾਹਮਣੇ ਗਗੜੇ ਦੀ ਤਰਫੋਂ ਜਿੰਦਰ ਦੀ ਪਾਈ ਹੋਈ ਕਬੱਡੀ ਤੇ ਚਾਰ ਜਾਫੀ ਕਹਿੰਦੇ ਵੀ ਕਿਸ਼ਨਪੁਰ ਦੀ ਧਰਤੀ ਦੇ ਹੈ, ਕਿਸ਼ਨਪੁਰਾ ਪਿੰਡ ਕਹਿੰਦੇ ਵੀ ਬਾਬਾ ਵਿਸਾਖਾ ਸਿੰਘ ਜੀ ਦੀ ਧਰਤੀ ਹੈ ਤੇ ਕਹਿੰਦੇ ਵੀ 9000 ਦੇ ਕਰੀਬ ਜਿਹੜੀ ਵੋਟ ਹੈ। ਸਰਦਾਰ ਜਗਰਾਜ ਸਿੰਘ ਜੀ ਦਾਦਰ ਮੈਂਬਰ ਐਸਜੀਪੀਸੀ ਉਹ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਪਹੁੰਚੇ ਨੇ, ਆਪਣੀ ਸੋਚੀ ਮਿੱਤਰ ਮੰਡਲੀ ਦੇ ਨਾਲ ਸੋਚੀ ਜਿਹੜੀ ਲੀਡਰਸ਼ਿਪ ਦੇ ਨਾਲ ਕਹਿ ਲਈਏ ਸਾਡੇ ਦਰਮਿਆਨ ਆਏ ਨੇ ਸਰਦਾਰ ਜੁਗਰਾਜ ਸਿੰਘ ਜੀ ਦੌਦਰ, ਉਹਨਾਂ ਨੂੰ ਅਸੀਂ ਇੱਥੇ ਪਹੁੰਚਣ ਤੇ ਸੋਚੀ ਪੈਰਾਮਾਊਂਟ ਸਪੋਰਟਸ ਕਲੱਬ ਪੁਰਾਣੇਵਾਲ ਵੱਲੋਂ ਜੀ ਆਏ ਆਖਦੇ ਹਾਂ। ਸਾਡੇ ਬਾਈ ਬਲਜੀਤ ਗਿੱਲ ਹੋਣੀ, ਲਛਮਣ ਸਿੰਘ ਜੀ ਗਿੱਲ, ਵਜੀਰ ਸਿੰਘ ਜੀ ਜਾਲ, ਬਾਈ ਅਵਤਾਰ ਹੋਣੀ, ਬਾਈ ਜਗਰੂਪ ਸਿੰਘ ਜੀ ਗਿੱਲ ਹੋਣੀ, ਸਰਦਾਰਜੀਤ ਸਿੰਘ ਜੀ ਮੈਂਬਰ ਹੋਣੀ, ਸਾਰੇ ਵੀਰਾਂ ਵੱਲੋਂ ਅਸੀਂ ਜੀ ਆਏ ਆਖਦੇ ਹਾਂ। ਸਰਦਾਰ ਜੁਗਰਾਜ ਸਿੰਘ ਜੀ ਦਾਦਰ ਸਾਹਿਬ ਉਹ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਆਏ ਨੇ, ਵੱਡਾ ਧੰਨਵਾਦ ਹੈ ਇਹਨਾਂ ਸਤਿਕਾਰਯੋਗ ਵੀਰਾਂ ਦਾ, ਵੱਡੇ ਧੰਨਵਾਦ ਨੇ ਇਹਨਾਂ ਮਾਣਯੋਗ ਸ਼ਖਸੀਅਤਾਂ ਦੇ। ਮੇਰੀ ਬੇਨਤੀ ਮੇਰੇ ਵੀਰ ਅਗਲੀਆਂ ਟੀਮਾਂ ਜਿਹੜੀਆਂ ਜਨੇਤਪੁਰ ਅਤੇ ਚੜਿਕ ਮੈਚ ਸਮਾਪਤ, ਇਸ ਮੈਚ ਚੋਂ ਸਾਢੇ 9 ਪੁਆਇੰਟ ਲੈ ਕੇ ਗਗੜਾ ਵੀ ਜੇਤੂ ਹੈ। ਮਿੰਦੂ ਵੀਰੇ ਨੋਟ ਕਰ ਲਿਓ, ਗਗੜਾ ਵੀ ਜੇਤੂ ਰਹੀ ਇਸ ਮੈਚ ਦੇ ਵਿੱਚ ਸਾਢੇ 9 ਪੁਆਇੰਟ ਲੈ ਕੇ। ਆਓ ਜੀ ਚੜੈਕ ਤੇ ਜਨੇਤਪੁਰ ਦਾ ਮੈਚ ਖੇਡਿਆ ਜਾਣਾ ਚੜੈਕ ਦੀ, ਹਾਂਜੀ, ਜਿੱਥੇ ਕਬੱਡੀ ਓਪਨ ਦਾ ਸੈਕਿੰਡ ਪ੍ਰਾਈਜ਼ ਸਰਦਾਰ ਗੁਰਵਿੰਦਰ ਸਿੰਘ ਜੀ, ਪੱਪੀ ਵਿਸ਼ਾਲ ਭਾਰਤ ਟਰਾਂਸਪੋਰਟ ਦੁਬਈ ਬਾਰੇ ਗੁਰਮੀਤ ਸਿੰਘ ਜੀ ਜਾਲ ਹੋਣੀ, ਉਹ ਵੀਰ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਆਏ ਨੇ, ਸਰਦਾਰ ਗੁਰਵਿੰਦਰ ਸਿੰਘ ਜੀ, ਪੱਪੀ ਹੋਣੀ ਨਾਲ ਸਾਡੇ ਗੁਰਮੀਤ ਸਿੰਘ ਜੀ ਜਾਲ ਹੋਣੀ, ਵਿਸ਼ਾਲ ਭਾਰਤ ਟਰਾਂਸਪੋਰਟ ਦੁਬਈ ਵਾਲੇ ਜਿਨ੍ਹਾਂ ਨੇ ਸਾਨੂੰ ਕਬੱਡੀ ਓਪਨ ਦਾ ਸੈਕਿੰਡ ਪ੍ਰਾਈਜ਼ ਦੇਣਾ 31000 ਰੁਪਏ, ਉਹ ਮਾਣਯੋਗ ਸ਼ਖਸੀਅਤ ਵੀ ਸਾਡੇ ਦਰਮਿਆਨ ਪੁੱਜੀ ਹੈ। ਅਸੀਂ ਇਹਨਾਂ ਭਰਾਵਾਂ ਨੂੰ ਵੀ ਇੱਥੇ ਪਹੁੰਚਣ ਤੇ ਜੀ ਆਏ ਆਖਦੇ ਹਾਂ, ਧੰਨਵਾਦ ਕਰਦੇ ਹਾਂ ਜਿੰਨੇ ਵੀ ਕਦਮ ਇਹ ਚੱਲ ਕੇ ਆਏ ਨੇ ਸਾਡੇ ਸਿਰ ਮੱਥੇ ਤੇ। ਸਰਦਾਰ ਜੁਗਰਾਜ ਸਿੰਘ ਜੀ ਦੌਦਰ ਸਾਹਿਬ ਨਾਲ ਜਥੇਦਾਰ ਸਰਦਾਰ ਗੁਰਬਖਸ਼ ਸਿੰਘ ਜੀ ਚੇਅਰਮੈਨ, ਬਾਈ ਹਰਿੰਦਰ ਗਿੱਲ ਹੋਣੀ, ਸਰਦਾਰ ਕੁਲਦੀਪ ਸਿੰਘ ਜੀ, ਹਰਪਾਲ ਸਿੰਘ ਜੀ ਸਰਪੰਚ ਹੋਣੀ, ਸੋਚੀ ਪੈਰਾਮਾਊਂਟ ਸਪੋਰਟਸ ਕਲੱਬ ਬੈਠੀ ਹੈ, ਸਰਦਾਰ ਗੁਰਵਿੰਦਰ ਸਿੰਘ ਜੀ ਹੋਣੀ, ਗੁਰਮੀਤ ਸਿੰਘ ਜੀ ਜਾਲ ਹੋਣੀ, ਵਿਸ਼ਾਲ ਭਾਰਤ ਟਰਾਂਸਪੋਰਟ ਦੁਬਈ ਵਾਲੇ
ਉਹ ਵੀਰ ਵੀ ਸਾਡੇ ਦਰਮਿਆਨ ਜਿਹੜੀਆਂ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਪੁੱਜ ਰਹੀਆਂ ਹੈ ਸਮੇਂ ਸਮੇਂ ਸਿਰ ਜਿਵੇਂ ਜਿਵੇਂ ਪ੍ਰਬੰਧਕ ਵੀਰ ਇਹਨਾਂ ਵੀਰਾਂ ਨੂੰ ਜੀਆਂ ਆਖ ਰਹੇ ਸੀ ਸਭ ਦਾ ਜ਼ਿਕਰ ਕਰਦੇ ਜਾ ਰਹੇ ਹਾਂ ਵੱਡਾ ਧੰਨਵਾਦ ਹੈ ਇਹਨਾਂ ਪੁੱਜੀਆਂ ਹੋਈਆਂ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਦਾ ਵੱਡਾ ਧੰਨਵਾਦ ਇਹਨਾਂ ਪੁੱਜੇ ਸਾਰੇ ਸਤਿਕਾਰਯੋਗ ਚਿਹਰਿਆਂ ਦਾ ਸੱਠ ਕਿਲੋ ਦਾ ਪਲੇਅਰ ਕਰਨ ਸਿੰਘ ਰੌਲੀ ਉਹ ਕਿਰਪਾ ਕਰਕੇ ਸਟੇਜ ਕੋਲੇ ਪਹੁੰਚੇ 60 ਕਿਲੋ ਵਰਗ ਦਾ ਖਿਡਾਰੀ ਕਰਨ ਸਿੰਘ ਰੌਲੀ ਸਟੇਜ ਕੋਲੇ ਪਹੁੰਚੇ ਮੇਰਾ ਵੀਰ ਸਾਡੀ ਬੇਨਤੀ ਨਾਲ ਹੀ ਕਪੂਰਿਆਂ ਵਾਲਾ ਪ੍ਰੇਮ ਸਾਡਾ ਵੀਰੋ ਆਪਣਾ ਮਾਨ ਸਨਮਾਨ ਲੈ ਲਵੇ ਪ੍ਰੇਮ ਕਪੂਰੇ ਸਿਰੇ ਦਾ ਪਲੇਅਰ ਆ ਸਾਡਾ ਵੀਰ ਉਹ ਆ ਕੇ ਆਪਣਾ ਮਾਨ ਸਨਮਾਨ ਪ੍ਰਾਪਤ ਕਰ ਲਵੇ ਸਾਡੀ ਬੇਨਤੀ ਹੈ ਜਨੇਤਪੁਰਾ ਤੇ ਜਿਹੜਾ ਮੈਚ ਖੇਡਿਆ ਜਾ ਰਿਹਾ ਤਿੜਕ ਪਿੰਡ ਦੀਆਂ ਟੀਮਾਂ ਦੇ ਦਰਮਿਆਨ ਔਰ ਇਸ ਵੇਲੇ ਉਸ ਤੋਂ ਬਾਅਦ ਜਿਹੜਾ ਮੈਚ ਖੇਡਿਆ ਜਾਣਾ ਹੈ ਸਾਡੇ ਬਾਬਾ ਹੀਰਾ ਦਾਸ ਕਬੱਡੀ ਕਲੱਬ ਮਾਲਾ ਤੇ ਮੇਰੀ ਬੇਨਤੀ ਹੈ ਰਸੂਲਪੁਰ ਮੈਚ ਕਹਿੰਦੇ ਵੀ ਪੂਰਾ ਟੌਪ ਦਾ ਖੇਡਿਆ ਜਾਣਾ ਚੜ੍ਹਦੇ ਵਾਲੇ ਪਾਸੇ ਜਿਹੜੀ ਟੀਮ ਚੜਕਦੀ ਹੈ ਤੇ ਲਹਿੰਦੇ ਵਾਲੇ ਪਾਸੇ ਜਿਹੜੀ ਟੀਮ ਕਹਿੰਦੇ ਵੀ ਜਨੇਤਪੁਰੇ ਦੀ ਹੈ